ਕਪੂਰ ਕਹਿੰਦਾ ਕਹਿੰਦਾ ਵੀ ਅਤੀਤ ਆ ਨਾ ਜਿਹੜਾ ਸਾਡਾ ਬੀਤ ਚੁੱਕਾ ਆ, ਉਹਦੇ ਬਾਰੇ ਜਾਣਕਾਰੀ ਹੋਣੀ, ਇੱਥੋਂ ਤੱਕ ਵੀ ਉਹਦਾ ਸਤਿਕਾਰ ਕਰਨਾ, ਹਾਂਜੀ ਉਹ ਤਾਂ ਹੈਗਾ ਠੀਕ ਠੀਕ ਹੈ। ਜਦੋਂ ਉਹਦਾ ਜਨੂਨ ਚੜ ਜਾਂਦਾ ਨਾ ਤੁਹਾਨੂੰ, ਉਹ ਠੀਕ ਨਹੀਂ, ਠੀਕ ਹੈ, ਉਹ ਦਿਮਾਗ ਨੂੰ ਨਹੀਂ ਚੜ੍ਹਨਾ ਚਾਹੀਦਾ, ਠੀਕ ਹੈ, ਉਹਦੇ ਲਈ ਇੰਨੇ ਪੈਸ਼ਨੇਟ ਨਹੀਂ ਤੁਹਾਨੂੰ ਕਦੇ ਵੀ ਹੋਣ, ਕਿਉਂਕਿ ਬੀਤ ਚੁੱਕਾ ਹੈ ਉਹ ਤਾਂ, ਹਾਂਜੀ ਠੀਕ ਹੈ। ਜੇ ਤੁਹਾਡੇ ਵਿਰੁੱਧ ਵੀ ਗਿਆ ਆ, ਹਾਂਜੀ, ਫਿਰ ਵੀ ਜੇ ਤੁਸੀਂ ਇਹ ਕਹੋਗੇ ਵੀ ਮੈਂ ਹੁਣ ਕਿਉਂਕਿ ਉਦੋਂ ਮੇਰੇ ਵਿਰੁੱਧ ਗਿਆ ਸੀ, ਹਾਂਜੀ, ਹੁਣ ਮੈਂ ਰਿਪੀਟ ਕਰਨਾ ਉਹਨੂੰ ਵੀ ਉਦੋਂ ਮੈਂ 2-0 ਨਾਲ ਹਾਰ ਗਿਆ ਸੀ, ਹਾਂਜੀ, ਹੁਣ ਮੇਰਾ ਮੌਕਾ, ਮੈਂ ਰਿਪੀਟ ਕਰਨਾ ਇਹਨੂੰ, ਮੈਂ 2-0 ਨਾਲ 3-0 ਨਾਲ ਹਰਾਉਣਾ ਮੈਂ, ਠੀਕ ਆ। ਉਹ ਜਿਹੜਾ ਪੈਸ਼ਨ ਆ ਨਾ ਉਹ ਤੁਹਾਨੂੰ ਲੈ ਡੁੱਬਦਾ, ਠੀਕ ਹੈ, ਨਿਘਾਰ ਵਾਲੇ ਪਾਸੇ ਜਾਂਦੇ ਆ ਤੁਸੀਂ, ਠੀਕ ਹੈ। ਉਹਦੀ ਜਾਣਕਾਰੀ ਜਿਹੜੀ ਨਾ ਸਾਨੂੰ ਭੁੱਲਣ ਦੀ ਸਾਡੇ ਅੰਦਰ ਕਮਜ਼ੋਰੀ ਕਹਿੰਦੇ ਅਸੀਂ ਵੀ ਬੰਦਾ ਭੁੱਲ ਜਾਂਦਾ ਹੈ, ਹਾਂਜੀ, ਉਹ ਅਸਲ ਵਿੱਚ ਬਹੁਤ ਵੱਡੀ ਦਾਤ ਆ, ਠੀਕ ਹੈ। ਜੇ ਕਿਤੇ ਉਹ ਨਾ ਹੋਵੇ ਨਾ, ਹਾਂਜੀ, ਤੇ ਇਹ ਸੰਸਾਰ ਸ਼ਮਸ਼ਾਨ ਘਾਟ ਦੇ ਵਿੱਚ ਬਦਲਣ ਨੂੰ ਬਹੁਤੀ ਦੇਰ ਨਾ ਲੱਗੇ, ਠੀਕ ਹੈ, ਠੀਕ ਹੈ। ਔਰ ਉਹ ਜਿਹੜੀ ਭੁੱਲਣ ਦੀ ਆ ਤੁਹਾਡੇ ਅੰਦਰ ਕਮਜ਼ੋਰੀ ਜਿਹੜੀ ਆ, ਉਹ ਜਿਹੜਾ ਖਿਮਾ ਦਾ ਗੁਣ ਆ, ਹਾਂਜੀ, ਉਹਦੇ ਬਹੁਤ ਨੇੜੇ ਆ, ਠੀਕ ਹੈ, ਠੀਕ ਆ। ਹੁਣ ਕਿਸੇ ਨੂੰ ਜਾਣੀ ਤੁਹਾਡੇ ਖਿਮਾ ਦੇ ਅਰਥ ਹੀ ਤਾਂ ਹੁੰਦੇ ਆ, ਹਾਂਜੀ, ਦੇਖੋ ਜੇ ਕੋਈ ਬੰਦਾ ਕਹੇ ਵੀ ਇਹ ਇੱਕ ਰੇੜੀ ਵਾਲਾ ਹੈ ਸੜਕ ਤੇ, ਠੀਕ ਹੈ, ਠੀਕ ਆ, ਵੀ ਦੇਖੋ ਜੀ ਵੀ ਪ੍ਰਧਾਨ ਮੰਤਰੀ ਨੇ ਪਿੱਛੇ ਕਾਨੂੰਨ ਬਦਲਿਆ ਸੀਗਾ, ਹਾਂਜੀ, ਹਨਾ, ਇਹ ਬੰਦਾ ਗੁੱਸੇ ਸੀ, ਠੀਕ ਹੈ, ਉਹਦੇ ਕਾਨੂੰਨ ਤੋਂ, ਪਰ ਹੁਣ ਇਹਨਾਂ ਨੂੰ ਖਿਮਾ ਕਰ ਦਿੱਤਾ, ਇੱਕਦਮ ਹਾਸਾ ਆਇਆ, ਠੀਕ ਹੈ, ਉਹਦੇ ਕੋਈ ਅਰਥ ਨਹੀਂ, ਅਰਥ ਨਹੀਂ ਰਹਿੰਦੇ ਕੋਈ ਵੀ, ਹਨਾ, ਜਾਣੀ ਜਦੋਂ ਤੁਸੀਂ ਜਿਹੜੇ ਬੰਦੇ ਨੂੰ ਜਿਸ ਬਿਨਾ ਤੇ ਖਿਮਾ ਕਰਨੀ ਆ, ਹਾਂਜੀ, ਤੁਸੀਂ ਉਹ ਤੋਂ ਵੱਡੇ ਹੋਣੇ ਚਾਹੀਦੇ, ਫਰਕ ਹੀ ਪਿਆ, ਤੁਹਾਡੇ ਕੋਲ ਅਧਿਕਾਰ ਹੋਣਾ ਚਾਹੀਦਾ ਆ, ਹਾਂਜੀ, ਠੀਕ ਹੈ, ਤਾਂ ਉਹਦੇ ਅਰਥ ਆ ਵੀ ਖਿਮਾ ਕੀਤੀ ਆ, ਬਿਲਕੁਲ, ਠੀਕ ਆ। ਜਿਹੜੇ ਜਿਹੜਾ ਖਿਮਾ ਦਾ ਗੁਣ ਆ, ਹਾਂਜੀ, ਠੀਕ ਆ, ਦਾਇਆ ਆ ਜਿਹੜੀ, ਹਾਂਜੀ, ਠੀਕ ਹੈ, ਜਿਹੜਾ ਤਰਸ ਦੀ ਭਾਵਨਾ ਆ ਸਾਡੀ, ਖਿਮਾ ਦਾ ਗੁਣ ਜਿਹੜਾ ਆ ਉਹ ਤੁਹਾਡੇ ਚ ਤਾਂ ਹੋ ਸਕਦਾ ਜੇ ਤੁਸੀਂ ਵੱਡਾ ਹੋਣਾ ਚਾਹੁੰਦੇ ਆ, ਠੀਕ ਹੈ, ਠੀਕ ਹੈ, ਜੇ ਕੋਈ ਮਿਸ਼ਨ ਆ ਤੁਹਾਡੇ ਕੋਲ, ਠੀਕ ਹੈ, ਜੇ ਕੋਈ ਟੀਚਾ ਆ, ਠੀਕ ਹੈ, ਜਿੰਨਾ ਚਿਰ ਉਦੇਸ਼ ਨਹੀਂ ਮਿਥਦੇ ਨਾ ਤੁਸੀਂ, ਹਾਂਜੀ, ਉਨਾ ਚਿਰ ਸੰਤੁਸ਼ਟ ਨਹੀਂ ਹੋ ਸਕਦੇ, ਉਨਾ ਚਿਰ ਤੁਸੀਂ ਇੱਕ ਖਿਮਾ ਕਰਨੀ ਤਾਂ ਕਿਸੇ ਨੂੰ ਦੂਰ ਦੀ ਗੱਲ ਆ, ਆਪਣੇ ਆਪ ਤੋਂ, ਜਾਣੀ ਆਪਣੇ ਆਪ ਤੋਂ ਮੋਟੀਵੇਸ਼ਨ ਜਿਹੜੀ ਲੈਣੀ ਆ ਨਾ, ਉਹ ਤਾਂ ਹੋ ਸਕਦੀ ਆ ਜੇ ਤੁਸੀਂ ਕਿਸੇ ਵੱਡੇ ਉਦੇਸ਼ ਨੂੰ ਪ੍ਰਣਾ ਹੁੰਦੇ ਆ, ਠੀਕ ਹੈ, ਵੀ ਮੈਂ ਕੁਛ ਕਰਨਾ ਆ, ਠੀਕ ਹੈ, ਉਦੋਂ ਫਿਰ ਸਾਰਾ ਕੁਛ ਨਾ ਜਿਹੜਾ ਤੁਸੀਂ ਦੇਖ ਕੇ ਅਡਿਟ ਵੀ ਕਰ ਦਿੰਦੇ ਆ, ਹਾਂਜੀ, ਠੀਕ ਆ, ਤੁਹਾਨੂੰ ਜਿਹੜੇ ਗਲਤੀਆਂ ਕਰਨ ਵਾਲੇ, ਜਿਹੜੇ ਵਿਰੋਧ ਕਰਨ ਵਾਲੇ ਆ, ਉਹ ਛੋਟੇ ਵੀ ਦਿਸਣ ਲੱਗ ਪੈਂਦੇ ਆ, ਉਦੋਂ ਤੁਸੀਂ ਕ੍ਰਿਟੀਸਿਜ਼ਮ ਵੀ ਬਰਦਾਸ਼ਤ ਕਰਨ ਲੱਗ ਪੈਂਦੇ ਆ, ਹਾਂਜੀ, ਠੀਕ ਆ, ਉਦੋਂ ਬਦਲੇ ਦੀ ਭਾਵਨਾ ਚ ਵੀ ਨਹੀਂ ਆਉਂਦੇ, ਹਾਂਜੀ, ਠੀਕ ਆ, ਇਹ ਤੁਹਾਡੇ ਜਜ਼ਬਾਤਾਂ ਦੀ ਪੀਕ ਆ, ਹਾਂਜੀ, ਜਦੋਂ ਤੁਸੀਂ ਬਦਲੇ ਦੀ ਭਾਵਨਾ ਦੇ ਵਿੱਚ ਆ ਕੇ ਖਤਮ ਕਰਨਾ ਚਾਹੁੰਦੇ ਹੋ, ਅਗਲੇ ਤਬਾਹ ਕਰਨਾ ਚਾਹੁੰਦੇ ਹੋ, ਹਾਂਜੀ, ਜਿੰਨਾ ਬੰਦਾ ਇੰਟੈਲੀਜੈਂਟ ਹੋਣਾ ਤੁਹਾਡਾ ਜਿਹੜਾ ਹੈ ਨਾ, ਉਹ ਕੋਈ ਅਰਥ ਨਹੀਂ ਰੱਖਦਾ, ਠੀਕ ਹੈ, ਹਾਂਜੀ, ਜਿੰਨਾ ਚਿਰ ਤੁਸੀਂ ਇਮੋਸ਼ਨਲੀ ਐਕਟੀਵੇਟ ਆ, ਹਾਂਜੀ, ਠੀਕ ਹੈ, ਖਾਸ ਕਰਕੇ ਜਿਹੜੀਆਂ ਨਾ ਜਿਹੜੀਆਂ ਇੰਟੈਲੀਜੈਂਟ ਔਰਤਾਂ ਹੁੰਦੀਆਂ, ਹਾਂਜੀ, ਉਹਨਾਂ ਦੀ ਬਹੁਤ ਵੱਡੀ ਕਮਜ਼ੋਰੀ ਹੁੰਦੀ ਹੈ, ਠੀਕ ਹੈ, ਵੀ ਉਹ ਜਦੋਂ ਵੀ ਜਿੱਦਾਂ ਜੋ ਉਹ ਚਾਹੁੰਦੀਆਂ ਹੁੰਦੀਆਂ, ਹਾਂਜੀ, ਉਹਨਾਂ ਨੂੰ ਨਹੀਂ ਮਿਲਦਾ, ਠੀਕ ਹੈ, ਠੀਕ ਹੈ, ਉਹਨਾਂ ਨੂੰ ਉਹ ਬੰਦਾ ਹੋਵੇ, ਚਾਹੇ ਉਹ ਗਰੁੱਪ ਹੋਵੇ, ਠੀਕ ਹੈ, ਕੋਈ ਬਾਦਸ਼ਾਹਤ ਵੀ ਹੋਵੇ, ਠੀਕ ਹੈ, ਉਹਨਾਂ ਨੂੰ ਇੱਦਾਂ ਉਹਨਾਂ ਦੀ ਜ਼ਿੰਦਗੀ ਦੇ ਰਾਹ ਵਿੱਚ ਰੋੜਾ ਲੱਗਣ, ਉਹਨਾਂ ਨੂੰ ਲੱਗਦਾ ਵੀ ਇਹਦਾ ਇੱਥੋਂ ਖਤਮ ਹੋਣਾ ਜ਼ਰੂਰੀ ਆ, ਹਾਂਜੀ, ਠੀਕ ਹੈ, ਕਿਉਂਕਿ ਮੇਰੇ ਕੰਮ ਦਾ ਨਹੀਂ, ਇਸ ਕਰਕੇ ਰਹਿਣਾ ਨਹੀਂ ਚਾਹੀਦਾ ਹੈ, ਮੈਨੂੰ ਡਰਾਈ ਕੀਤਾ, ਮੈਨੂੰ ਇਨਕਾਰ ਕੀਤਾ, ਹਾਂਜੀ, ਠੀਕ ਹੈ, ਇਹ ਹੋਣਾ ਨਹੀਂ ਚਾਹੀਦਾ ਹੈ, ਕਿਸੇ ਹੋਰ ਕੰਮ ਨਹੀਂ ਆਉਣਾ ਚਾਹੀਦਾ। ਹੁਣ ਜਿਹੜੇ ਇੰਟੈਲੀਜੈਂਟ ਬੰਦੇ ਵੀ ਹੁੰਦੇ ਨਾ, ਹਾਂਜੀ, ਉਹ ਦਿਮਾਗ ਤਾਂ ਹੁੰਦਾ ਉਹਨਾਂ ਕੋਲ, ਪਰ ਹੁੰਦਾ ਜਾਣੀ ਜਿਹਨੂੰ ਅਸੀਂ ਕਾਮਨ ਸੈਂਸ ਕਹਿੰਦੇ ਹਾਂ, ਜਿਹਨੂੰ ਸਮੁੱਚਤਾ ਕਹਿੰਦੇ ਹਾਂ, ਉਹਦੀ ਘਾਟ ਹੁੰਦੀ ਆ, ਠੀਕ ਹੈ, ਵਿਸ਼ਿਆਂ ਦੇ ਵਿੱਚ ਕੁਛ ਪੱਖਾਂ ਦੇ ਉੱਤੇ ਉਹ ਗਿਆਨ ਲੈ ਕੇ ਬੈਠੇ ਹੁੰਦੇ ਆ, ਹਾਂਜੀ, ਉਹ ਹੁੰਦਾ ਆ, ਚਾਹੇ ਕਾਪੀ ਪੇਸਟ ਹੋਇਆ ਹੋਵੇ, ਚਾਹੇ ਘੋਟਾ ਲੱਗਾ ਹੋਵੇ, ਚਾਹੇ ਉਧਾਰਾ ਲਿਆ ਹੋਵੇ, ਠੀਕ ਹੈ, ਸਮੁੱਚਤਾ ਨਾ ਹੋਣ ਕਰਕੇ ਵਿਚਰਦੇ ਜਜ਼ਬਾਤੀ ਹੋ ਕੇ ਆ, ਹਾਂਜੀ,
ਮੇਰੀ ਨਾ ਤੁਸੀਂ ਆ ਸਾਰੀ ਗੱਲ ਕਰਦੇ ਸੀਗੇ, ਵੈਸੇ ਵੀ ਹੁਣ ਨਾ ਤੁਸੀਂ ਆਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬਦਲੇ ਦੀ ਭਾਵਨਾ ਵਾਲੀ ਲਾਈਏ ਜਾਂ ਜਿਹੜੀ ਸਾਰੀ ਆਹ ਚੀਜ਼ ਆ, ਇਹ ਸਾਡੇ ਪੰਜਾਬੀਆਂ ਦੇ ਵਿੱਚ ਬਹੁਤ ਜ਼ਿਆਦਾ ਆ ਇੱਦਾਂ। ਤੁਸੀਂ ਦੇਖਿਓ ਸਾਡੇ ਨਾ, ਮਤਲਬ ਮੈਂ ਕਈ ਵਾਰੀ ਇੱਦਾਂ ਸੋਚਦਾ ਹੁੰਦਾ ਗੱਲ ਕਰ, ਤੁਸੀਂ ਪੰਜਾਬ ਦੇ ਬਹੁਤੇ ਬੰਦਿਆਂ ਦਾ ਬਹੁਤ ਆਪਣੀ ਰਿਸ਼ਤੇਦਾਰੀ 'ਚ ਆਪਣੇ ਪਰਿਵਾਰਾਂ 'ਚ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲ ਜਾਣਾ ਆ। ਹੁਣ ਇੱਕ ਤਾਂ ਇਸ ਇਹਨਾਂ ਮੁਲਕਾਂ ਦੇ ਵਿੱਚ ਰਹਿ ਕੇ ਗੱਲ ਸਮਝ ਦੇ ਵਿੱਚ ਆਉਂਦੀ ਹੈ ਵੀ ਜਿੱਥੇ ਜੇਕਰ ਤੁਹਾਡਾ ਕੋਈ ਨੁਕਸਾਨ ਹੋ ਰਿਹਾ ਆ ਤੇ ਉਸ ਨੁਕਸਾਨ ਦੇ ਨਾਲ ਜੇਕਰ ਮਤਲਬ ਫਿਊਚਰ ਦੇ ਵਿੱਚ ਤੁਹਾਡਾ ਹੋਰ ਵੱਡਾ ਨੁਕਸਾਨ ਹੋਣਾ ਆ, ਤੁਸੀਂ ਉਸ ਨੁਕਸਾਨ ਨੂੰ ਜਰ ਲਓ ਥੋੜਾ ਜਿਹਾ ਟਾਈਮ, ਤੇ ਜੇਕਰ ਤੁਹਾਨੂੰ ਫੇਰ ਵੀ ਉਹ ਕੁਛ ਕਿਸੇ ਚੀਜ਼ ਨੂੰ ਰੱਖਣ ਦੇ ਨਾਲ ਕਿਸੇ ਜਗ੍ਹਾ ਨੂੰ ਰੱਖਣ ਦੇ ਨਾਲ ਕੰਟੀਨਿਊਸਲੀ ਨੁਕਸਾਨ ਹੋ ਰਿਹਾ ਆ, ਤੁਹਾਨੂੰ ਛੱਡ ਕੇ ਜਾਣ ਚ ਭਲਾਈ ਆ ਵੀ ਤੁਸੀਂ ਅੱਗੇ ਹੋਰ ਕੁਛ ਕੰਮ ਕਰ ਲਓ। ਪਰ ਇਹਦੇ ਉਲਟ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਸਾਡੇ ਪੰਜਾਬੀਆਂ ਚ ਕੀ ਆ, ਉਹ ਕਹਿੰਦੇ ਔੜਾ ਨੀ ਛੱਡਣਾ ਅਸੀਂ ਇੱਕ ਜਾਂ ਵੱਟ ਦਾ ਰੋਲਾ ਨਾ ਅਸੀਂ ਇੱਥੇ, ਮਤਲਬ ਉਹ ਕਹਿੰਦੇ ਵੀ ਜੇਕਰ ਤੁਹਾਡਾ ਉਹਦੇ ਨਾਲ ਕੋਈ ਵੱਧ ਕਲੇਸ਼ ਪੈ ਰਿਹਾ, ਕੋਈ ਲੜਾਈ ਦੰਗਾ ਹੋਣ ਦਾ ਚਾਂਸ ਤਾਂ ਰਹਿੰਦਾ ਹੀ ਆ, ਜੇ ਅਗਲੇ ਨੇ ਮਾਰ ਦਿੱਤਾ ਤੁਹਾਨੂੰ ਤੁਸੀਂ ਖਤਮ ਹੋ ਗਏ, ਜੇ ਤੁਸੀਂ ਮਾਰ ਦਿੱਤਾ ਜੇਲ੍ਹ ਚੱਲ ਗਏ, ਜੇਲ੍ਹ ਚੱਲ ਗਏ, ਫੇਰ ਵੀ ਕਿੱਡਾ ਵੱਡਾ ਨੁਕਸਾਨ ਹੋ ਰਿਹਾ ਆ ਤੇ ਉਸ ਚੀਜ਼ ਨੂੰ ਸਾਡੇ ਬੰਦਿਆਂ ਦੇ ਅੰਦਰ ਕਿੱਦਾਂ ਕੁੱਟ ਕੁੱਟ ਕੇ ਭਰਿਆ, ਅਗਲਾ ਛੱਡ ਕੇ ਨੀ ਜਾਂਦਾ, ਅਗਲਾ ਕਹਿੰਦਾ ਮਾਰ ਦੂੰਗਾ ਆਪ ਤਬਾਹ ਹੋ ਜੂ, ਅਗਲੇ ਨੂੰ ਤਬਾਹ ਕਰ ਦੂ, ਪਰ ਵੱਟ ਨੀ ਛੱਡ ਸਕਦਾ। ਪਰ ਸਾਡਾ ਹਾਲਤ ਦੇਖ ਲਓ ਕਿੱਥੇ ਖੜੇ ਹਾਂ ਅਸੀਂ, ਸਾਨੂੰ ਡਿਫਾਈਨ ਕਰਨੇ ਵਾਲੇ ਨੇ ਇੱਦਾਂ ਕਰ ਦਿੱਤਾ ਡਿਫਾਈਨ। ਪਰ ਇਹਨਾਂ ਮੁਲਕਾਂ ਦੇ ਵਿੱਚ ਉਹ ਕਹਿੰਦੇ, ਹੁਣ ਮੈਂ ਨਾ ਕਿ ਤੁਸੀਂ ਦੇਖਿਓ ਜਿਹੜੇ ਬਿਜ਼ਨਸਮੈਨ ਵੱਲੋਂ ਕਿਸੇ ਦੇ ਨਾਲ ਕੋਈ ਦੋ ਬੰਦੇ ਸੀਗੇ, ਉਹਨਾਂ ਦਾ ਕਲੈਸ਼ ਹੋ ਗਿਆ ਆਪਸ ਦੇ ਵਿੱਚ, ਉਹ ਕਹਿੰਦੇ ਵੀ ਆਪਾਂ ਅੱਡ ਹੋਣਾ ਆ, ਪਰ ਉਹ ਅੱਡ ਹੋ ਗਏ ਬਿਜ਼ਨਸ ਦੇ ਵਿੱਚ। ਦੂਜਾ ਜਿਹੜਾ ਅੱਡ ਹੋ ਕੇ ਗਿਆ ਆ, ਉਹਨਾਂ ਚੋਂ ਜਿਹੜੇ ਇੱਧਰਲੇ ਮੁਲਕਾਂ ਦੇ ਵਿੱਚ ਪਲੇ ਬੜੇ ਆ, ਉਹਨਾਂ ਦੇ ਵਿੱਚੋਂ 90% ਇਹ ਨਹੀਂ ਕਰਦੇ ਵੀ ਉਹਨੂੰ ਫੇਲ ਕਰਨਾ ਬਿਜ਼ਨਸ ਦੇ ਵਿੱਚ, ਉਹ ਕਹਿੰਦੇ ਮੈਂ ਆਪਣਾ ਇਦੂ ਵੱਡਾ ਤੱਕ ਖੜਾ ਕਰਕੇ ਦਿਖਾਉਂਗਾ ਬਰਾਬਰ, ਉਹ ਉਸ ਪਾਸੇ ਨੂੰ ਤੁਰਦੇ ਆ। ਸਾਡੇ ਕੀ ਹੁੰਦਾ ਆ, ਸਾਡੇ ਕਹਿੰਦੇ ਅੱਛਾ ਲੜਾਈ ਹੋ ਗਈ ਆ, ਸਾਰਾ ਜ਼ੋਰ ਉਹਨੂੰ ਭੰਡਣ ਤੇ ਉਹਨੂੰ ਬਰਬਾਦ ਕਰਨ ਦੇ ਉਹਦੇ ਉੱਤੇ ਲਾ ਦਿੰਦੇ ਆ, ਤਾਂ ਕਰਕੇ ਨਾ ਤਾਂ ਉਹ ਕਿਸੇ ਪਾਸੇ ਜੋਗਾ ਤੇ ਨਾ, ਮਤਲਬ ਉਹਨੂੰ ਤੁਸੀਂ ਬਰਬਾਦ ਕਰਕੇ ਤੁਸੀਂ ਕੀ ਹਾਸਲ ਕਰ ਲੈਣਾ ਹੈ, ਮਤਲਬ ਬੇਜੰਦਾ ਸੋਚੇ ਬਰਬਾਦੀ ਹੋਵੇ ਨਾ ਹੋਵੇ, ਪਰ ਜਦੋਂ ਤੁਸੀਂ ਬਦਲੇ ਦੀ ਭਾਵਨਾ ਚਾਹੁੰਦੇ ਆ ਨਾ, ਤੁਹਾਡੇ ਲਈ ਡੈਫੀਨੇਟਲੀ ਆ ਵੀ ਤੁਹਾਡੇ ਕੋਲ ਉਸਾਰੂ ਕੁਛ ਨਹੀਂ ਹੈਗਾ, ਤੁਸੀਂ ਆਪਣੀ ਬਰਬਾਦੀ ਡੈਫੀਨੇਟਲੀ ਕਰ ਰਹੇ ਆ, ਲਗਾਤਾਰ ਕਰ ਰਹੇ ਆ। ਕਿੰਨੇ ਪਰਿਵਾਰ ਤੁਹਾਨੂੰ ਅੱਜ ਦੇਖ ਜਾਣਗੇ ਜਿਹੜੇ ਸਿਰਫ ਇਸ ਬਦਲੇ ਦੀ ਭਾਵਨਾ ਕਰਕੇ ਉਜੜੇ ਹੋਏ ਆ, ਉਹ ਅਗਲੇ ਕੋਸ਼ਿਸ਼ ਕੀਤੀ ਅਗਲੇ ਨੂੰ ਜਾੜਨ ਦੀ, ਪਰ ਉਜੜੇ ਆਪ ਆ ਅਸਲ ਦੇ ਵਿੱਚ, ਨਹੀਂ ਤਾਂ ਕਿੰਨਾ ਉਹਨਾਂ ਦੇ ਵਿੱਚ ਜਜ਼ਬਾ ਜਾਂ ਕਿੰਨੀ ਉਹਨਾਂ ਦੇ ਵਿੱਚ ਲਿਆਕਤ ਹੋ ਸਕਦੀ ਆ ਵੀ ਉਹਨੂੰ ਵਧੀਆ ਤਰੀਕੇ ਦੇ ਨਾਲ ਸਹੀ ਪਾਸੇ ਲਾ ਕੇ ਕਿਸੇ ਜਾਣ ਕੁਛ ਖੇਤਰਾਂ ਚ ਵਧੀਆ ਹੁੰਦੇ ਆ ਉਹ, ਹਾਂਜੀ ਕੁਛ ਖੇਤਰਾਂ ਵਿੱਚ ਵਧੀਆ ਤਰੀਕੇ ਨਾਲ ਕੰਮ ਕਰ ਸਕਦੇ ਆ, ਹਾਂਜੀ ਜੇ ਆਪਣੇ ਆਪ ਨੂੰ ਆਈਡੈਂਟੀਫਾਈ ਕਰ ਲੈਣ ਵੀ ਮੇਰੇ ਚ ਕਮਜ਼ੋਰੀਆਂ ਕੀ ਆ, ਮੇਰੇ ਚ ਗੁਣ ਕੀ ਆ, ਠੀਕ ਆ, ਕਮਜ਼ੋਰੀਆਂ ਨੂੰ ਐਕਸੈਪਟ ਕਰ ਲੈਣ, ਗੁਣਾਂ ਦੇ ਉੱਤੇ ਧਿਆਨ ਦੇਣ ਵੀ ਇਹਨਾਂ ਇਹਨਾਂ ਖੇਤਰਾਂ ਚ ਮੈਂ ਵਧੀਆ ਕੰਮ ਕਰ ਸਕਦਾ ਆ, ਬਸ ਠੀਕ ਆ, ਉਹ ਬੰਦੇ ਲੱਭਣ, ਉਹ ਸੰਸਥਾਵਾਂ ਲੱਭਣ, ਉਹ ਗਰੁੱਪ ਲੱਭਣ ਜਿਨ੍ਹਾਂ ਦੇ ਨਾਲ ਵਿਚਰ ਕੇ ਉਹ ਆਪਣੇ ਗੁਣਾਂ ਨੂੰ ਇਸਤੇਮਾਲ ਕਰਕੇ ਵਧੀਆ ਦੇ ਸਕਦੇ ਕੁਛ, ਬਿਲਕੁਲ। ਪਰ ਬਦਲੇ ਦੀ ਭਾਵਨਾ ਜਿਹੜੀ ਆ ਨਾ, ਉਹ ਇੱਦਾਂ ਤੁਹਾਡੇ ਉਹ ਹੈਗੇ ਆ ਜਿੱਦਾਂ ਜਿਹੜੇ ਜਿਹਨੂੰ ਤੁਸੀਂ ਨਾ ਜਿੱਦਾਂ ਹੰਕਾਰ ਕਹਿੰਦੇ ਆ, ਹਾਂਜੀ, ਜਿਹਨੂੰ ਲੋਭ ਕਹਿੰਦੇ ਆ, ਹਾਂਜੀ, ਠੀਕ ਆ, ਬਦਲੇ ਦੀ ਭਾਵਨਾ ਆ, ਈਰਖਾ ਆ, ਹਾਂਜੀ, ਠੀਕ ਆ, ਦੂਜੇ ਨਾਲ ਸਾੜਾ ਆਇਆ ਤੁਹਾਨੂੰ, ਠੀਕ ਆ, ਤੁਸੀਂ ਟੋਕੇ ਜਾਣਾ ਬਰਦਾਸ਼ਤ ਨਹੀਂ ਕਰਦੇ, ਮੰਨ ਲਓ ਕ੍ਰਿਟੀਸਿਜ਼ਮ ਜਿਹੜਾ ਸਹਾਰਿਆ ਨਹੀਂ ਜਾਂਦਾ ਤੁਹਾਡੇ ਤੋਂ, ਠੀਕ ਹੈ, ਜਿਹੜੇ ਇਹ ਔਗਣ ਆ ਨਾ, ਹਾਂਜੀ, ਇਹ ਔਗਣ ਇੱਦਾਂ ਆ ਵੀ ਜਿੱਦਾਂ ਤੁਸੀਂ ਕੁਛ ਲੈਮੀਨੇਸ਼ਨ ਕਹਿ ਦਿਓ, ਠੀਕ ਹੈ, ਠੀਕ ਹੈ, ਵੀ ਹੁਣ ਤੁਹਾਡੇ ਕਿਤੇ ਸਰੀਰ ਦੇ ਉੱਤੇ ਕੋਈ ਜ਼ਖਮ ਆ, ਉਹ ਤੇ ਤੁਸੀਂ ਬੈਂਡਡ ਲਾ ਲਈ, ਠੀਕ ਹੈ, ਇੱਦਾਂ ਹਨਾ, ਤੇ ਉਹ ਤੇ ਉਹਨੀ ਪਲਾਸਟਿਕ ਲਪੇਟ ਦਿੱਤੀ ਆ, ਹੁਣ ਉਹ ਤੇ ਪਾਣੀ ਪਾ ਦਿਓ, ਤੇਲ ਲਾ ਦਿਓ, ਜੋ ਮਰਜ਼ੀ ਇੱਦਾਂ ਉਹ ਕਰਕੇ ਜੇ ਤੁਸੀਂ ਉੱਤੇ ਦਵਾਈ ਚੱਸੋ, ਅਸਰ ਕਰੂਗੀ ਉਹ ਕਿੱਦਾਂ ਕਰੂ, ਪਹੁੰਚ ਨਹੀਂ ਰਹੀ ਨਾ, ਪਾਣੀ ਨਹੀਂ ਜਾਣਾ ਪਰ ਦਵਾਈ ਵੀ ਨਹੀਂ ਜਾਣੀ, ਕੁਛ ਵੀ ਨਹੀਂ ਜਾਣਾ, ਅੱਛਾ ਹਵਾ ਜਾਊਗੀ ਇੱਥੇ, ਉਹ ਵੀ ਨਹੀਂ ਜਾਣੀ, ਉਹ ਵੀ ਨਹੀਂ ਜਾਣੀ, ਇੱਦਾਂ ਇਹ ਜਿਹੜੇ ਨਾ ਇਹ ਔਗਣੇ ਆ, ਇਹ ਇੱਕ ਜਿੱਦਾਂ ਇੱਕ ਚੀਜ਼ ਆਈ, ਮੰਨ ਲਓ ਤੁਸੀਂ ਇੱਦਾਂ ਕੁਛ ਕਰ ਰਹੇ, ਸੋਚ ਰਹੇ ਆ, ਜਿੱਦਾਂ ਬੈਠੀ ਮੀਟਿੰਗ ਚ ਆਉਣ 10 ਜਣੇ ਦੀ ਮੀਟਿੰਗ ਹੁੰਦੀ ਆ, ਉੱਥੇ ਗੱਲ ਹੁੰਦੀ ਆ ਵੀ ਆਪਾਂ ਆਹ ਕੰਮ ਕਰੀਏ, ਠੀਕ ਹੈ, ਇਹ ਕੰਮ ਕਰੀਏ ਤੇ ਇਹਦੇ ਵਿੱਚੋਂ ਅੰਗਰੇਜ਼ ਸਿੰਘ ਨੂੰ ਜ਼ਿੰਮੇਵਾਰੀ ਦਿੰਨੇ ਆ, ਚਲੋ ਹਰਨੇਕ ਤੂੰ ਸਾਥ ਦੇ, ਠੀਕ ਹੈ, ਹੁਣ ਮੈਂ ਬਰਦਾਸ਼ਤ ਨਹੀਂ ਕਰਦਾ ਤੈਨੂੰ, ਮੇਰੇ ਅੰਦਰ ਈਰਖਾ ਆ, ਮੰਨ ਲਓ, ਠੀਕ ਹੈ, ਹੁਣ ਜਦੋਂ ਨਾ ਈਰਖਾ, ਇੱਕ ਤਾਂ ਇਹ ਸੀ ਭਈ ਉਹ ਖਿੱਤਾ ਆ, ਖਾਸ ਕੰਮ ਆ, ਤੇਰੀ ਜ਼ਿੰਮੇਵਾਰੀ ਆ ਤੇ ਮੈਨੂੰ ਕਿਹਾ ਗਿਆ ਸਾਥ ਦੇ, ਮੇਰੇ ਚ ਬਹੁਤ ਗੁਣ ਆ ਜਿਨ੍ਹਾਂ ਦੇ ਰਾਹੀਂ ਮੈਂ ਆਪਣਾ ਟੈਲੈਂਟ ਦਿਖਾ ਸਕਦਾ, ਉੱਥੇ ਹੋ ਸਕਦਾ ਇਹ ਵੀ ਮੈਂ ਸਾਬਤ ਕਰ ਦਿਆਂ ਵੀ ਮੈਂ ਅੰਗਰੇਜ਼ ਨਾਲੋਂ ਵਧੀਆ ਆ, ਉਹ ਮੇਰੇ ਟੈਲੈਂਟ ਦਿਖਾਉਂਦੇ ਦਿਖਾਉਂਦੇ ਜਿਹਨੇ ਜ਼ਿੰਮੇਵਾਰੀ ਦਿੱਤੀ ਆ ਉਹਨਾਂ ਨੂੰ ਪਛਤਾਵਾ ਹੋ ਜਾਏ ਵੀ ਓਹੋ ਇਹ ਜ਼ਿੰਮੇਵਾਰੀ ਤਾਂ ਹਰਨੇਕ ਨੂੰ ਦੇਣੀ ਚਾਹੀਦੀ ਸੀ, ਬਿਲਕੁਲ, ਠੀਕ ਹੈ, ਚੱਲ ਕੋਈ ਨੀ ਇਹਨੂੰ ਫਲਾਨੇ ਪ੍ਰੋਜੈਕਟ ਦੇ ਉੱਤੇ ਲਾ ਦਿੰਦੇ ਆਪਾਂ,
ਠੀਕ ਹੈ, ਪਰ ਮੇਰੇ ਅੰਦਰ ਕੀ ਹੋਇਆ, ਮੇਰੇ ਅੰਦਰ ਈਰਖਾ ਆ। ਹੁਣ ਈਰਖਾ ਕਿੱਦਾਂ ਆ, ਉਹ ਜਿੱਦਾਂ ਮੈਂ ਕਹਿੰਦਾ ਵੀ ਜ਼ਖਮ ਦੇ ਉੱਤੇ ਤੁਹਾਡੇ ਸਰੀਰ ਤੇ ਉਹ ਪਲਾਸਟਿਕ ਲੱਗ ਗਈ ਆ, ਇੱਦਾਂ ਜਿਹੜੀ ਇੰਟੈਲੀਜੈਂਸੀ ਆ ਤੁਹਾਡੀ ਉਹਦੇ ਉੱਤੇ ਲੈਮੀਨੇਸ਼ਨ ਹੋ ਜਾਂਦੀ ਆ, ਈਰਖਾ ਦੀ, ਈਰਖਾ ਉਹ ਇੱਕ ਇੱਦਾਂ ਦੀ ਲੇਅਰ ਆ ਜਿਹਨੇ ਵਿਕਾਰ ਆ, ਵਿਕਾਰਾਂ ਨੂੰ ਇੱਦਾਂ ਦੇਖ ਸਕਦੇ ਹਾਂ ਅਸੀਂ, ਜਿੱਦਾਂ ਕਹਿੰਦੇ ਵੀ ਕਾਮ ਕ੍ਰੋਧ ਲੋਭ, ਲੋਭ ਆ ਹੁਣ ਮੰਨ ਲਓ ਕਿਤੇ ਕੁਛ ਹੋਣ ਲੱਗਾ, ਕੋਈ ਕੰਮ ਹੋਣ ਲੱਗਾ, ਉੱਥੇ ਮੇਰੇ ਅੰਦਰ ਲੋਭ ਆ ਗਿਆ ਵੀ ਇਹ ਜਿਹੜਾ ਇਹ ਜਿਹੜੀ ਚੀਜ਼ ਹੈ ਨਾ ਜੋ ਵੰਡ ਵਟਾਈਆ ਹੋਣ ਲੱਗਾ, ਇਹ ਮੈਂ ਆਪਣਿਆਂ ਨੂੰ ਦਿਆਂ, ਠੀਕ ਹੈ। ਹੁਣ ਲੋਭ ਆ ਗਿਆ, ਲੋਭ ਉਹਨੂੰ, ਲੋਭ ਨੇ ਲੈਮੀਨੇਸ਼ਨ ਕਰ ਦਿੱਤੀ ਸਾਰੀ ਜਿੰਨੀ ਇੰਟੈਲੀਜੈਂਸੀ ਆ ਨਾ, ਜਿਹੜੀ ਫੇਅਰਨੈਸ ਹੋਣੀ ਸੀ, ਜਿਹੜਾ ਡਰ ਹੋਣਾ ਸੀ ਲੋਕਾਂ ਦਾ ਵੀ ਲੋਕ ਕੀ ਕਹਿਣਗੇ ਮੈਨੂੰ, ਇੱਦਾਂ ਉਹ ਸਾਰੇ ਦੇ ਉੱਤੇ ਉਹ ਇੱਕ ਲੇਅਰ ਜੰਮ ਗਈ ਲੋਭ ਦੀ, ਠੀਕ ਹੈ। ਹੁਣ ਜਦੋਂ ਇੱਦਾਂ ਮੈਂ ਕਿਤੇ ਵੀ ਕਲਿੱਕ ਕਰਦਾ ਜਾ ਕੇ ਕਰਨ ਲਈ ਤੇ ਮੂਹਰੇ ਆ ਕੀ ਰਿਹਾ, ਲੋਭ ਲੋਭ ਲੋਭ, ਠੀਕ ਹੈ। ਇੱਦਾਂ ਜਦੋਂ ਈਰਖਾ ਗਈ ਆ, ਹੋਰ ਕੁਛ ਨੀ ਸੋਚ ਰਿਹਾ, ਜਿੰਨੀ ਅਕਲ ਆ ਜੋ ਕੁਛ ਆ ਸਾਰਾ ਕੁਛ ਥੱਲੇ ਦੱਬਿਆ ਗਿਆ, ਈਰਖਾ ਸੋਚਣੇ ਨੀ ਦਿੰਦੀ ਕੁਛ ਵੀ, ਤੇ ਨੁਕਸਾਨ ਇਹਦਾ ਕਿੰਨਾ ਹੋ ਜਾਣਾ, ਗਾਹ ਕਰੇਗਾ ਕੀ, ਤੂੰ ਤਾਂ ਤਬਾਹ ਹੋ ਜਾਣਾ ਇਹਦੇ ਨਾਲ, ਤੇਰਾ ਇਮੇਜ ਕਿੰਨਾ ਖਰਾਬ ਹੋ ਜਾਣਾ, ਉਹ ਕੁਛ ਨੀ ਸੋਚਣ ਦਿੰਦੀ, ਕਹਿੰਦੀ ਨਹੀਂ ਇਹਨੂੰ ਖਤਮ ਕਰਨਾ, ਠੀਕ ਹੈ। ਇੱਦਾਂ ਜੋ ਵੀ ਆਉਂਦਾ ਨਾ ਤੁਹਾਡੇ ਦਿਮਾਗ ਵਿੱਚ, ਜਿੰਨੇ ਵਿਕਾਰ ਆ ਉਹ ਇੱਦਾਂ ਜਦੋਂ ਉਹਨਾਂ ਨੂੰ ਮੌਕਾ ਮਿਲਦਾ, ਵਾਇਰਸ ਵਾਂਗ ਇੱਦਾਂ, ਠੀਕ ਹੈ, ਵੀ ਜਦੋਂ ਜਦੋਂ ਟਾਈਮ ਆਉਂਦਾ ਆ ਉਦੋਂ ਪੋਪ ਅਪ ਹੋ ਕੇ ਸਾਹਮਣੇ ਆ ਜਾਂਦੇ, ਉਹ ਇੱਕ ਵਾਰੀ ਆ ਗਏ ਫਿਰ ਖਤਮ ਕਹਾਣੀ। ਚੰਗੇ ਚੰਗੇ ਵਿਦਵਾਨ ਜਿਹੜੇ ਆ ਨਾ, ਉਹ ਹੁਣ ਇੱਕ ਨਾ ਇੱਕ ਸਿਚੁਏਸ਼ਨ ਹੁੰਦੀ ਆ ਤੁਹਾਡੀ, ਸਥਿਤੀ ਆ ਇੱਕ, ਹਾਂਜੀ, ਵੀ ਤੁਸੀਂ ਕੁਛ ਕਰਨ ਲੱਗੇ ਆ, ਕਿਤੇ ਜਾ ਰਹੇ ਆ, ਕਿਤੇ ਤੁਹਾਨੂੰ ਕੋਈ ਅਹੁਦੇਦਾਰੀ ਮਿਲੀ ਆ, ਕੋਈ ਓਪਰਚੁਨਿਟੀ ਮਿਲੀ ਆ, ਕੋਈ ਬਿਜ਼ਨਸ ਸਟਾਰਟ ਕੀਤਾ ਤੁਸੀਂ, ਹੈਨਾ, ਕੋਈ ਰਿਲੇਸ਼ਨਸ਼ਿਪ ਕਿਸੇ ਚ ਗਏ ਆ, ਜਦੋਂ ਵੀ ਨਾ ਇਹ ਇਹ ਸਥਿਤੀ ਤੁਹਾਡੀ ਬਣਦੀ ਆ ਵੀ ਤੁਸੀਂ ਕਰਨਾ ਮਤਲਬ ਆ ਚਾਹੁੰਦੇ ਆ, ਹਾਂਜੀ, ਹੈਨਾ, ਤੇ ਕਰ ਆ ਰਹੇ ਆ, ਹੋਣਾ ਤੁਸੀਂ ਇੱਥੇ ਚਾਹੁੰਦੇ ਆ ਪਰ ਹੈਗੇ ਉੱਥੇ ਆ, ਠੀਕ ਆ, ਮਿਲਣਾ ਤੁਸੀਂ ਇਹਨੂੰ ਚਾਹੁੰਦੇ ਆ ਪਰ ਮਜਬੂਰੀ ਬਸ ਸਮਾਂ ਉਦਾਂ ਦਾ ਆ, ਮਿਲ ਉਹਨੂੰ ਰਹੇ ਆ, ਹਾਂਜੀ, ਠੀਕ ਆ। ਉਦੋਂ ਇੰਨੀ ਟੈਨਸ਼ਨ ਬਣਦੀ ਆ ਨਾ, ਇੰਨੀ ਪ੍ਰੋਬਲਮ ਆਉਂਦੀ ਆ, ਉਹ ਜਿਹੜੀ ਟੈਨਸ਼ਨ ਆ ਤੁਹਾਨੂੰ ਕੁਛ ਵੀ ਕਰਨ ਨਹੀਂ ਦਿੰਦੀ, ਹਾਂਜੀ, ਪੱਗ ਬੰਨਣ ਲੱਗੇ ਆ ਤੁਸੀਂ, ਹਾਂਜੀ, ਠੀਕ ਆ, ਪੱਗ ਬੰਨੀ ਆ ਇੱਦਾਂ ਰੱਖੀ ਆ, ਰੱਖ ਕੇ ਲੱਗੇ ਕਰਨ, ਤੇ ਇੱਕ ਜਣਾ ਆਇਆ ਉਹ ਪੱਗ ਦਾ ਲੜ ਦੂਜਾ ਚੱਕ ਕੇ ਇੱਦਾਂ ਤੁਸੀਂ ਬੰਨਣ ਲੱਗੇ ਆ, ਉਹ ਦੂਜੇ ਪਾਸੇ ਨੂੰ ਲੈ ਗਿਆ ਤੇ ਉਹਨੂੰ ਪੂਰੇ ਜ਼ੋਰ ਨਾਲ ਖਿੱਚ ਦਿੱਤਾ ਇੱਦਾਂ, ਠੀਕ ਹੈ, ਬੰਨ ਲਓਗੇ ਤੁਸੀਂ ਪੱਗ, ਹੁਣ ਤੁਸੀਂ ਉਹ ਤਾਂ ਤੁਹਾਡੇ ਕੋਲ ਇੱਦਾਂ ਨੇੜੇ ਇੱਦਾਂ ਪਈ ਹੋਣੀ ਚਾਹੀਦੀ ਵੀ ਜਿੰਨੀ ਤੁਸੀਂ ਖਿੱਚਣੀ ਚਾਹੁੰਦੇ ਆ ਉਨੀ ਖਿੱਚ ਹੋ ਜਾਵੇ, ਠੀਕ ਹੈ, ਜੇ ਟੈਨਸ਼ਨ ਆ ਉਹਦੇ ਵਿੱਚ ਫੇਰ ਨੀ, ਫਿਰ ਤਾਂ ਪੂਣੀ ਵੀ ਉੱਧੜ ਜਾਣੀ, ਠੀਕ ਹੈ, ਉਹ ਸਿਚੁਏਸ਼ਨ ਬਣ ਜਾਂਦੀ ਤੁਹਾਡੀ ਸਾਰੀ, ਸਾਰਾ ਕੁਛ ਕਰਨੇ ਦੀ, ਬਿਲਕੁਲ, ਠੀਕ ਹੈ। ਜਿਹੜੇ ਜਿਹੜੇ ਬੰਦੇ ਇਹ ਰੌਲਾ ਪਾਉਂਦੇ ਆ ਅੱਜ, ਜਿੰਨਾ ਮੁਕਾਬਲਾ, ਵੈਸੇ ਨਾ ਸਵਾਦ ਬਹੁਤ ਆ, ਹਾਂਜੀ, ਜਿੱਦਾਂ ਦੀ ਸਿਚੁਏਸ਼ਨ ਸਾਡੀ ਆ ਵੀ ਅਸੀਂ ਅਜੇ ਵਿਕਾਸ ਦੇ ਰਾਹ ਦੇ ਉੱਤੇ ਆ, ਹਾਂਜੀ, ਸਾਡੀ ਕੌਮ ਜਿਹੜੀ ਆ, ਜਿਹੜਾ ਆ ਤੁਸੀਂ ਆਹ ਆਪਣਾ ਰੌਲਾ ਪਿਆ ਹੁਣ, ਠੀਕ ਹੈ, ਹਰਿਮੰਦਰ ਸਾਹਿਬ ਦਰਬਾਰ ਸਾਹਿਬ ਕੀਰਤਨ ਦਾ, ਔਰਤਾਂ ਦਾ ਵੀ ਬਰਾਬਰੀ ਦਾ ਕਿੱਦਾਂ ਜੇ ਉਹ, ਹਨਾ, ਜਦੋਂ ਨਾ ਜਿਹੜੀਆਂ ਵਿਰੋਧੀ ਧਿਰਾਂ ਹੁੰਦੀਆਂ ਆ, ਜਿਹਨਾਂ ਦਾ ਟਕਰਾਅ ਹੋ ਰਿਹਾ ਹੁੰਦਾ, ਹਾਂਜੀ, ਹਨਾ, ਜਦੋਂ ਉਹਨਾਂ ਦੇ ਵਿੱਚ ਸੰਭਾਵਨਾ ਕਿਸੇ ਵੀ ਤਰ੍ਹਾਂ ਇੱਕ ਦੂਜੇ ਦੇ ਨੇੜੇ ਹੋਣ ਦੀ, ਹਾਂਜੀ, ਵੀ ਇੱਦਾਂ ਦੀ ਹੋਵੇ, ਜਦੋਂ ਕਈ ਵਾਰ ਇੱਦਾਂ ਹੁੰਦੀ ਆ ਵੀ ਦੋ ਜਣੇ ਲੜਨ ਲੱਗਦੇ ਆ, ਹਾਂਜੀ, ਹਨਾ, ਵੀ ਤੁਸੀਂ ਦੇਖਦੇ ਇੱਦਾਂ ਵੀ ਯਾਰ ਉਹਨਾਂ ਦਾ ਬੈਂਸਣ ਲੱਗੇ ਹੋ ਆ, ਨਾਲ ਦਾ ਕਹਿੰਦਾ ਕੋਈ ਫਿਕਰ ਨਾ ਕਰ, ਘੰਟਾ ਕੁ ਠਹਿਰ ਲਾ, ਵੀ ਘਰ ਨੂੰ ਜਾਣਾ ਜਦੋਂ, ਹਾਂਜੀ, 250 ਕਿਲੋਮੀਟਰ ਆ ਜਾਣਾ ਆਪਾਂ, ਇੱਕੋ ਹੀ ਕਾਰ ਚ ਆਏ ਹੋ ਆਏ, ਠੀਕ ਹੈ, ਸਰਨਾ ਨਹੀਂ ਦਸ ਕੁ ਮਿੰਟ ਤੇ ਨੀ ਇਕੱਠੇ ਹੋਏ ਹੋਣਾ, ਠੀਕ ਹੈ, ਇੱਦਾਂ ਹੀ ਹੁਣ ਜਿਹੜਾ ਔਰਤ ਤਾਂ ਮਰਦ ਆ ਨਾ, ਉਹ ਜਿੰਨੀ ਮਰਜ਼ੀ ਟੈਨਸ਼ਨ ਵਿੱਚ ਹੋਣ, ਇੱਕ ਦੂਜੇ ਤੋਂ ਬਿਨਾਂ ਸਰਦਾ ਨੀ, ਜਦੋਂ ਨਾ ਇਹੋ ਜਿਹਾ ਮੁਕਾਬਲਾ ਹੁੰਦਾ ਫਿਰ ਉਹਦੇ ਵਿੱਚ ਜਿੱਤ ਹਾਰ ਨਹੀਂ ਹੁੰਦੀ, ਵਿਕਾਸ ਬਹੁਤ ਹੁੰਦਾ, ਠੀਕ ਹੈ, ਕਿਉਂਕਿ ਦੋਹਾਂ ਨੂੰ ਪਤਾ ਹੁੰਦਾ ਸਰਨਾ ਨੀ ਮੇਰਾ, ਜਿੰਨੀ ਮਰਜ਼ੀ ਟੈਨਸ਼ਨ ਪਾ ਲੈਣ, ਜਿੰਨਾ ਮਰਜ਼ੀ ਮੁਕਾਬਲਾ ਕਰ ਲੈਣ, ਕਿਤੇ ਨਾ ਕਿਤੇ ਜਾ ਕੇ ਸਮਝੌਤੇ ਦੀ ਸੰਭਾਵਨਾ ਹੁੰਦੀ ਹੈ, ਇੱਕ ਦੂਜੇ ਦੇ ਪੂਰਕ ਹੋ ਜਾਂਦੇ ਆ, ਹੁਣ ਜਿੱਥੇ ਸੰਭਾਵਨਾ ਇਹ, ਜਿੱਦਾਂ ਹੁਣ ਦੋ ਜਣੇ ਆ ਜਿਹੜੇ ਘੁੰਮਣ 250 ਕਿਲੋਮੀਟਰ ਦੂਰ ਗਏ ਆ, ਉੱਥੇ ਬਹਿਸ ਪੈ, ਹਨਾ, ਹੁਣ ਘਰ ਨੂੰ ਇਕੱਠਿਆਂ ਨੇ ਜਾਣਾ, ਹਾਂਜੀ, ਓਕੇ, ਹੁਣ ਜੇ ਗਾਹਾਂ ਜਾ ਕੇ ਗੱਡੀ ਸਟਾਰਟ ਨਾ ਹੋਵੇ, ਮਤਲਬ ਇੱਕ ਜਣਾ ਵਿੱਚ ਬੈਠਾ ਆ, ਧੱਕਾ ਲਾਉਣ ਦੀ ਲੋੜ ਆ, ਜਿਹੜਾ ਦੂਜਾ ਆ ਉਹ ਵਿੱਚੇ ਬੈਠਾ ਰਹੂਗਾ ਜਾਂ ਉੱਤਰ ਕੇ ਧੱਕਾ ਲਾਉਣ ਦੀ ਕੋਸ਼ਿਸ਼ ਕਰੂਗਾ, ਕਰਨੀ ਪੈਣੀ ਆ, ਕਿਉਂ ਜਾਣਾ ਜੋ ਉਹਨੂੰ ਵੀ ਜਾਣਾ, ਬਿਲਕੁਲ, ਉਹ ਜਿੰਨੇ ਮਰਜ਼ੀ ਬਦਲੇ ਦੀ ਭਾਵਨਾ ਚ ਹੋਣ, ਜਿੰਨੇ ਮਰਜ਼ੀ ਵਿਰੋਧੀ ਹੋਣ, ਕਿਤੇ ਨਾ ਕਿਤੇ ਜਾ ਕੇ ਸਾਂਝੇ ਮਕਸਦ ਲਈ ਇੱਕ ਦੂਜੇ ਦੇ ਪੂਰਕ ਬਣ ਜਾਂਦੇ ਆ,
ਇੱਦਾਂ ਹੀ ਔਰਤ ਦੇ ਮਰਦ ਨਾਲ ਹੋਣੇ ਵਾਲੀ ਆ ਔਰ ਜਾਣੀ ਹੈ ਬੜਾ ਸਵਾਦਲਾ ਹੈ ਸੰਭਾਵਨਾ ਬੜੀ ਵਧੀਆ ਹੈ ਠੀਕ ਹੈ ਪਰ ਇਹ ਜੇ ਪੁਜਾਰੀ ਵਿੱਚ ਨਾ ਹੋਵੇ ਨਾ ਫਿਰ ਜਿਹੜੀਆਂ ਮੁਸ਼ਕਲਾਂ ਆ ਉਹ ਆਪਣੇ ਆਪ ਹੀ ਹੱਲ ਹੋਣ ਲੱਗ ਪਈਆਂ ਜਿਹੜੇ ਡਰਿਆ ਬੰਦੇ ਨੂੰ ਕਿਉਂਕਿ ਮੇਲ ਡੋਮੀਨੇਟਡ ਸੋਸਾਇਟੀ ਆ ਸਾਡੀ ਬਿਲਕੁਲ ਉਹਦੇ ਵਿੱਚ ਬੰਦੇ ਨੂੰ ਸੁਵਿਧਾ ਆ ਜਿਹੜਾ ਡੋਮੀਨੇਟ ਕਰ ਰਿਹਾ ਹੁੰਦਾ ਉਹਨੂੰ ਸੁਵਿਧਾ ਹੁੰਦੀ ਆ ਠੀਕ ਆ ਉਹ ਜਦੋਂ ਉਹਦੀ ਡੋਮੀਨੇਸ਼ਨ ਟੁੱਟਣ ਦੀ ਸੰਭਾਵਨਾ ਬਣਦੀ ਆ ਉਹਨੂੰ ਸਭ ਤੋਂ ਪਹਿਲਾਂ ਆਪਣਾ ਡਰ ਲੱਗਦਾ ਵੀ ਜੇ ਸਮਾਜ ਦੇ ਵਿੱਚ ਕਾਨੂੰਨ ਲਾਗੂ ਹੋ ਗਿਆ ਮੇਰੇ ਘਰ ਦਾ ਕੀ ਬਣੂ ਹੁਣ ਮੈਂ ਸਵੇਰੇ ਚਲ ਜਾਣਾ ਕੰਮ ਤੇ ਹਨਾ ਘਰ ਵਾਲੀ ਨੂੰ ਦੱਸ ਜਾਣਾ ਇੱਦਾਂ ਤੇ ਉਹ ਆਰਾਮ ਨਾਲ ਘਰੇ ਬੈਠੀ ਆ ਮੇਰੇ ਆਉਂਦੇ ਨੂੰ ਰੋਟੀ ਬਣਾ ਲੈਂਦੀ ਆ ਕੰਮ ਕਰ ਲੈਂਦੀ ਆ ਜੋ ਮੈਂ ਕਹਿੰਦਾ ਕਰੀ ਜਾ ਰਹੀ ਆ ਠੀਕ ਆ ਜੇ ਟੁੱਟ ਗਈ ਫਿਰ ਤਾਂ ਆਪਣਾ ਵੀ ਕਰਨਾ ਪੈਣਾ ਮੇਰੇ ਮੇਰੇ ਘਰ ਦਾ ਬਾਕੀ ਤਾਂ ਦਰਬਾਰ ਸਾਹਿਬ ਦਾ ਕੀਰਤਨ ਪਤਾ ਨਹੀਂ ਚਲੋ ਕੀਰਤਨ ਦਾ ਇਹਨੂੰ ਨਹੀਂ ਆਉਂਦਾ ਮੇਰੇ ਘਰ ਦੀ ਨੂੰ ਉਹ ਤਾਂ ਕੋਈ ਗੱਲ ਨਹੀਂ ਇਹ ਕਿਹੜੀ ਦਰਬਾਰ ਸਾਹਿਬ ਦੀ ਰਾਗੀ ਬਣ ਲੱਗੀ ਹਨਾ ਪਰ ਬਾਕੀ ਕੰਮਾਂ ਚ ਕੀ ਹੋਊਗਾ ਫਿਰ ਲਾਗ ਤਾਂ ਲੱਗ ਜਾਣੀ ਆ ਬਹੁਤਿਆਂ ਨੇ ਇਹੀ ਰੌਲਾ ਪਾਇਆ ਨਾ ਵੀ ਕਿੱਦਾਂ ਬਰਾਬਰੀ ਦੇ ਦਈਏ ਅਸੀਂ ਬਰਾਬਰੀ ਕਿੱਦਾਂ ਦੇ ਦਈਏ ਤਾਂ ਕੁਦਰਤ ਨਹੀਂ ਪਾਏਗੀ ਬਰਾਬਰੀ ਹੁਣ ਦਾੜੀਆਂ ਕੇਸਾਂ ਵਾਲੇ ਜਿਹੜੇ ਲੋਜਿਕ ਦੇ ਰਹੇ ਆ ਵੀ ਦਾੜੀਆਂ ਮੰਗਣਗੀਆਂ ਫਲਾਨਾ ਕਰਨਗੀਆਂ ਉਹ ਇਸੇ ਚੋਂ ਨਿਕਲਣ ਲੱਗਿਆ ਡਰ ਆਪਣਾ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਵੀ ਜਿਹੜੀ ਅੱਜ ਉਹਨਾਂ ਦੀ ਡੋਮੀਨੇਟ ਕਰ ਰਹੇ ਆ ਉਹ ਘਰ ਦੇ ਵਿੱਚ ਕਿਤੇ ਜਾ ਕੇ ਇੱਦਾਂ ਨਾ ਕਹਿੰਦਾ ਵੀ ਹੁਣ ਦੋ ਘੰਟੇ ਤੂੰ ਸਵਾਗ ਸੰਭਾਲ ਜਵਾਕ ਨੂੰ ਅੱਜ ਮੈਂ ਫਲਾਨੇ ਥਾਂ ਜਾ ਕੇ ਆਉਣੀ ਆ ਚਾਰ ਘੰਟੇ ਤੂੰ ਰੱਖ ਅੱਜ ਆਹ ਕੰਮ ਕਰ ਲਈ ਮੇਰੇ ਆਉਂਦਿਆਂ ਨੂੰ ਮੈਂ ਚੱਲੀ ਹਾਂ ਪਰ ਉਹ ਚੀਜ਼ਾਂ ਦੇ ਬਿਲਕੁਲ ਠੀਕ ਹੈ ਗੱਲ ਉਹ ਹਾਲਾਂਕਿ ਜਿੰਨਾ ਕੁਛ ਨਾ ਔਰਤ ਦੇ ਅੰਦਰ ਆ ਹਾਂਜੀ ਜਦੋਂ ਅਸੀਂ ਧਰਮ ਦੀ ਗੱਲ ਵੀ ਕਰਦੇ ਹਾਂ ਹਾਂਜੀ ਹਨਾ ਅੱਜ ਇੱਕ ਵੀਰ ਦਾ ਫੋਨ ਆਇਆ ਉਹ ਗੱਲ ਮੈਨੂੰ ਬੜੀ ਵਧੀਆ ਲੱਗੀ ਨਾ ਵੀ ਅਸੀਂ ਬੰਦਾ ਕਹਿੰਦਾ ਵੀ ਧਰਮ ਜਿਹੜਾ ਅਪਣਾਉਣਾ ਜੋ ਕਰਨਾ ਮੈਂ ਇੱਦਾਂ ਠੀਕ ਆ ਵੀ ਮੇਰਾ ਦਸਵਾਂ ਦੁਆਰ ਜਿਹੜਾ ਪ੍ਰਗਟ ਹੋ ਜਾਣਾ ਠੀਕ ਇੱਦਾਂ ਅੰਮ੍ਰਿਤ ਵਰਖਦਾ ਉਹ ਤੋਂ ਹੁਣ ਜਿਹੜੇ ਬੰਦੇ ਦੇ ਨੌਂ ਦੁਆਰ ਆ ਨਾ ਹਾਂਜੀ ਨਵਾਂ ਦੁਆਰਾਂ ਨੂੰ ਟੱਚ ਕਰਕੇ ਉਹ ਠੀਕ ਕਿਤੇ ਵੀ ਹਾਂਜੀ ਆਪਣੇ ਹੱਥ ਨੂੰ ਆਪਣੀ ਉਂਗਲੀ ਨੂੰ ਮੂੰਹ ਚ ਪਾ ਕੇ ਦਿਖਾ ਲੇ ਨਹੀਂ ਹੋ ਸਕਦਾ ਕੰਨ ਦੇ ਵਿੱਚ ਉਂਗਲੀ ਫੇਰ ਲਓ ਨੱਕ ਚ ਫੇਰ ਲਓ ਓਬਵੀਅਸਲੀ ਨਹੀਂ ਇਕੱਲੇ ਮੂੰਹ ਤੋਂ ਬਿਨਾਂ ਯਾ ਕਿਤੇ ਵੀ ਟੱਚ ਕਰਕੇ ਦਿਖਾ ਲਓ ਤੁਸੀਂ ਯਾ ਹਨਾ ਹੁਣ ਅਸੀਂ ਅਕਸਰ ਇਹ ਗੱਲ ਕਹਿੰਦੇ ਹਾਂ ਵੀ ਨੌਂ ਦੁਆਰ ਆ ਹਾਂਜੀ ਦੋ ਅੱਖਾਂ ਦੋ ਕੰਨ ਹਾਂਜੀ ਦੋ ਨਸਾਂ ਇੱਦਾਂ ਨੌਂ ਪੂਰੇ ਸਰੀਰ ਦੇ ਮਲਮੂਤਰ ਦੀ ਜਗ੍ਹਾ ਪਿਸ਼ਾਬ ਦੀ ਜਗ੍ਹਾ ਹਾਂਜੀ ਨੌਂ ਦਾ ਦੁਆਰ ਆ ਨਾ ਔਰਤ ਦੇ ਤਾਂ ਦੋ ਛਾਤੀਆਂ ਚ ਦੁੱਧ ਨਿਕਲਦਾ ਗਿਆਰਾਂ ਤਾਂ ਗਿਆਰਾਂ ਆ ਉਹਦੇ ਤਾਂ ਹੁਣ ਜਿਹੜਾ ਦੁੱਧ ਆ ਉਹਦੇ ਉਹ ਤੋਂ ਵਧੀਆ ਅੰਮ੍ਰਿਤ ਕੀ ਹੋ ਸਕਦਾ ਹੋਰ ਸਹੀ ਜਿਹੜਾ ਮਾਂ ਦੀ ਛਾਤੀ ਚੋਂ ਦੁੱਧ ਆਉਂਦਾ ਬੱਚੇ ਲਈ ਹਾਂਜੀ ਉਹ ਤਾਂ ਦੁੱਧ ਮੱਝ ਦਾ ਗਾਂ ਦਾ ਤੁਸੀਂ ਬਾਜ਼ਾਰੋਂ ਲੈ ਆਉਂਦੇ ਆ ਬਥੇਰੀ ਤਰ੍ਹਾਂ ਦਾ ਸੁੱਕਾ ਮਿਲਦਾ ਜੋ ਮਰਜ਼ੀ ਆ ਜਾਣੀ ਫਿਰ ਜਿਹੜਾ ਉਹ ਦੁੱਧ ਆ ਉਹਦੇ ਨਾਲ ਦਾ ਅੰਮ੍ਰਿਤ ਹੈ ਕੋਈ ਧਰਤੀ ਦੇ ਉੱਤੇ ਇਨਸਾਨ ਦੇ ਲਈ ਬੰਦੇ ਦੇ ਲਈ ਕੋਈ ਨੀ ਜੇ ਕੋਈ ਬੰਦਾ ਜੇ ਕੋਈ ਕਹੇ ਵੀ ਉਹ ਤੱਤ ਆ ਜਿਹੜੇ ਉਹ ਕੁਛ ਆ ਜਿਹੜਾ ਉਹ ਇੱਦਾਂ ਬਣੌਟੀ ਕਰਕੇ ਕਰ ਦੇਣਾ ਪੈਦਾ ਫਿਰ ਵੀ ਨੀ ਉਹਦਾ ਮੁਕਾਬਲਾ ਨਹੀਂ ਹੋ ਸਕਦਾ ਜਿਹੜੀ ਹਨਾ ਤੇ ਫਿਰ ਬੰਦੇ ਦੇ ਮੁਕਾਬਲੇ ਔਰਤ ਕਿੰਨੀ ਜ਼ਿਆਦਾ ਪਵਿੱਤਰ ਆ ਬਿਲਕੁਲ ਤੁਸੀਂ ਦਸਵੇਂ ਦੁਆਰ ਨੂੰ ਖੋਲਣ ਨੂੰ ਫਿਰਦੇ ਹੋ ਉਹਦੇ ਤਾਂ ਗਿਆਰਾਂ ਆ ਉਹ ਤਾਂ ਦੋ ਪਹਿਲਾਂ ਹੀ ਦੋ ਅੰਮ੍ਰਿਤ ਦੇ ਚੱਕੀ ਫਿਰਦੀ ਆ ਉਹ ਤਾਂ ਬਿਲਕੁਲ ਹੁਣ ਜੇ ਜੇ ਤੁਸੀਂ ਮੁਕਾਬਲੇ ਦੀ ਕਰਨੀ ਆ ਗੱਲ ਜੇ ਤੁਸੀਂ ਗਾਂ ਕੁਛ ਸੁਧਾਰਨੇ ਦੀ ਕਰਨੀ ਆ ਹਾਂਜੀ ਨਾ ਹੈ ਕੋਈ ਮੁਕਾਬਲਾ ਉਹਦਾ ਨਾ ਪਰ ਕਿੱਥੇ ਟਕਸਾਲੀਆਂ ਨੂੰ ਸੁਣਨੇ ਦੀ ਆਦਤ ਹੀ ਨਹੀਂ ਜਾਣੀ ਉਹਨਾਂ ਨੂੰ ਕਿੱਥੇ ਬਿਲਕੁਲ ਦੇਖਣ ਦੀ ਮੁੱਖ ਸਾਡੇ ਨਾਲ ਇੱਕ ਸਰੋਤੇ ਆ ਜੀ ਵਟਸਐਪ ਤੇ ਤੁਸੀਂ ਆਉਂਦੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਗੁਰੂ ਫਤਿਹ ਜੀ ਵੀਰ ਜੀ ਦੋ ਕਮੈਂਟ ਦਿਓ ਬਾਹਲਾ ਨੀ ਟਾਈਮ ਲੈਣਾ ਕੰਮ ਨਵੇੜਾ ਛੇਤੀ ਤੁਹਾਨੂੰ ਪਿਛਲੇ ਜਨਮ ਤੋਂ ਸੁਣਦੇ ਆ ਜੀ ਤੇ ਗੱਲ ਹੈਗੀ ਆ ਇਹ ਵੀ ਜਿਹੜੇ ਹੁਣ ਦੇਖਦਾ ਵੀ ਟਕਸਾਲੀ ਵੀਰ ਉਹ ਪਹਿਲਾਂ ਕਹਿਣਗੇ ਜੀ ਤਿੰਨ ਕੁ ਸਾਲ ਤੋਂ ਸੁਣਦੇ ਆ ਫਿਰ ਉਹਨਾਂ ਨੇ ਆਪਣੀਆਂ ਜੋ ਵੀ ਆਪਣੇ ਚਵਲਾਂ ਮਾਰਨੀਆਂ ਉਹਦੇ ਮਾਰਦੇ ਨੇ ਤੇ ਅਸੀਂ ਤਾਂ ਐਸੇ ਜਨਮ ਚ ਵੀ ਪਿਛਲੇ ਤੋਂ ਵੀ ਸੁਣਦੇ ਆ ਜੀ ਅਸੀਂ ਨੀ ਮਾਰਦੇ ਇਹੋ ਜਿਹਾ ਕੰਮ ਠੀਕ ਹੁਣ ਗੱਲ ਇਹ ਆ ਜੀ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਹੁਣ ਆਹ ਥੋੜਾ ਜਿਹਾ ਵਿਸ਼ਾ ਸਮਝਣ ਵਾਲਾ ਜਾਂ ਤੁਸੀਂ ਸਮਝਾ ਦਿਓ ਜੇ ਮੈਂ ਕਿਤੇ ਭੁਲੇਖਾ ਖਾ ਜਾਵਾਂ ਵੈਸੇ ਖਾਣ ਵਾਲਾ ਕੰਮ ਨੀ ਆ ਜਾ ਕਹਿੰਦਾ ਜਿਹੜੀ ਹੁਣ ਪਹਿਲੀ ਗੱਲ ਤਾਂ ਇਹ ਵੀ ਜਿਹੜੇ ਕਹਿੰਦੇ ਨੇ ਬੀਬੀਆਂ ਕੀਰਤਨ ਨਹੀਂ ਕਰ ਸਕਦੀਆਂ ਨਾ ਪੀਰੀਅਡ ਆਉਣ ਤੇ ਗਲਤ ਹਨਾ ਉਹ ਅਪਵਿੱਤਰ ਕਹਿ ਰਹੇ ਨੇ ਉਹਨਾਂ ਨੂੰ ਅਪਵਿੱਤਰ ਅਪਵਿੱਤਰ ਸ਼ਬਦ ਅਸੀਂ ਕਿਹਦੇ ਲਈ ਵਰਤ ਸਕਦੇ ਹਾਂ ਜਿਹੜਾ ਬੰਦਾ ਆਪਣੀ ਮਾਂ ਭੈਣ ਧੀ ਨੂੰ ਅਪਵਿੱਤਰ ਕਹਿ ਸਕਦਾ ਉਹ ਸਾਨੂੰ ਸਾਡਾ ਕੀ ਲੱਗਦਾ ਸਾਨੂੰ ਕਿਵੇਂ ਬਖਸ਼ ਦੂਗਾ ਉਹ ਕੀ ਇਹ ਮਾਂ ਭੈਣ ਧੀ ਨੂੰ ਅਪਵਿੱਤਰ ਕਹਿਣਾ ਇੱਕ
ਗੰਦੀ ਗਾਲ ਕੱਢਣ ਦੇ ਬਰਾਬਰ ਨਹੀਂ, ਮੇਰੀ ਸਮਝ ਤਾਂ ਇਹੀ ਕਰਦੀ ਹੈ ਵੀ ਉਹ ਗੰਦੀ ਗਾਲ ਕੱਢਣ ਦੇ ਬਰਾਬਰ ਆ, ਜਿਹੜੇ ਉਹਨੂੰ ਕਹਿੰਦੇ ਨੇ ਵੀ ਇਹ ਅਪਵਿੱਤਰ ਹੋ ਜਾਂਦੀ ਹੈ ਇਹ ਉੱਥੇ। ਬਿਲਕੁਲ ਕੋਈ ਸ਼ੱਕ ਨਹੀਂ ਜੀ। ਹੁਣ ਦੂਜੀ ਗੱਲ ਜਿਹੜੀ ਇਹ ਕਹਿੰਦੇ ਨੇ ਕੀਰਤਨੀਆਂ ਨੇ ਜਿਹੜੇ, ਇਹਨਾਂ ਨੂੰ ਅੱਧਿਆਂ ਨੂੰ ਸ਼ੂਗਰ ਹੋਈ ਹੁੰਦੀ ਆ, ਇਹਨਾਂ ਦੇ ਟੈਸਟ ਕਰ ਲੈਣ, ਇਹਨਾਂ ਦਾ ਕਛਹਿਰਿਆਂ ਚ ਰੋਜ਼ ਪਿਸ਼ਾਬ ਨਿਕਲਦਾ, ਬੀਬੀਆਂ ਨੂੰ ਤਾਂ ਜਦ ਪੀਰੀਅਡ ਹੁੰਦੇ ਨੇ ਉਹ ਤਾਂ ਆਪਣਾ ਕੋਈ ਪ੍ਰਿਕੋਸ਼ਨ ਵਰਤਦੀਆਂ ਨੇ, ਇਹ ਕਿਹੜਾ ਵਰਤਦੇ ਨੇ ਜਿਹੜਾ ਉੱਥੇ ਪਾਠ ਕਰਦੇ ਨੇ, ਮੂੰਹ ਚੋਂ ਇਹਨਾਂ ਦੇ ਥੁੱਕ ਦੱਸਦਾ, ਕਿਹੜੀ ਪਵਿੱਤਰਤਾ ਫੈਲਾਉਂਦੇ ਨੇ ਉੱਥੇ ਇਹ? ਨਹੀਂ ਜੀ ਨਹੀਂ, ਕੋਈ ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ ਉਹਦੇ ਵਿੱਚ। ਜਿੰਨੇ ਵੀ ਸਵਾਲ ਤੁਸੀਂ ਕਰੋਗੇ ਥੋੜੇ ਆ ਇਹਨਾਂ ਲਈ। ਹਾਂਜੀ, ਮੈਂ ਤਾਂ ਇਹੀ ਸੋਚਿਆ ਵੀ ਇਹ ਜਿਹੜੇ ਜੇ ਇਹ ਸਿੱਧੀ ਤਰੀਕੇ ਨਾਲ ਆਪਣੀ ਮਾਂ ਭੈਣ ਨੂੰ ਗਾਲਾਂ ਹੀ ਕੱਢ ਰਹੇ ਨੇ, ਜਿਨ੍ਹਾਂ ਨੇ ਜਨਮ ਦਿੱਤੇ ਨੇ ਉਹਨਾਂ ਨੂੰ ਅਪਵਿੱਤਰ ਕਹਿ ਰਹੇ ਨੇ, ਇਦੋਂ ਵੱਡੀ ਘਟੀਆ ਸੋਚ ਕੀ ਹੋ ਸਕਦੀ ਹੈ? ਨਹੀਂ, ਗੱਲ ਉਹੀ ਹੈ ਨਾ ਜਿਹੜੀ ਅਸੀਂ ਅੱਗੇ ਵੀ ਗੱਲ ਕਰਦੇ, ਸਾਡੇ ਸਮਾਜ ਦਾ ਢਾਂਚਾ ਇਹੋ ਜਿਹਾ ਆਇਆ ਵੀਰ, ਔਰਤ ਦੇ ਕੋਲ, ਔਰਤ ਦੇ ਆਲੇ ਦੁਆਲੇ ਨਾ ਇੱਕ ਦਾਇਰਾ ਜਿਹੜਾ ਬਣਾ ਦਿੱਤਾ ਗਿਆ ਆ, ਉਹ ਇੰਨਾ ਪੀੜਾ ਆ ਵੀ ਉਹਨੂੰ ਆਪਣੇ ਆਪ ਚ ਹੀ ਆਪਣੇ ਦਿਮਾਗ ਦੇ ਅੰਦਰ ਇਹ ਲੱਗ ਰਿਹਾ ਆ ਵੀ ਮੇਰੇ ਕੋਲ ਹੋਰ ਕੋਈ ਆਪਸ਼ਨ ਨਹੀਂ ਹੈਗੀ ਇਹ ਤੋਂ ਬੰਦੇ ਤੋਂ ਬਿਨਾਂ। ਜਿਹੜੇ ਬੰਦੇ ਨੂੰ ਮੈਂ ਵਿਆਹ ਦਿੱਤੀ ਗਈ ਆ, ਜੇ ਮੈਂ ਇਹਦਾ ਕਹਿਣਾ ਨਾ ਮੰਨਿਆ, ਜੇ ਮੈਨੂੰ ਛੱਡ ਗਿਆ, ਜੇ ਮੈਨੂੰ ਇਹਨੇ ਤੰਗ ਕੀਤਾ, ਜੇ ਇਹਨੇ ਮੇਰਾ ਸਾਥ ਨਾ ਦਿੱਤਾ, ਮੈਨੂੰ ਨਾ ਰੱਖਿਆ, ਮੈਨੂੰ ਲੋਕਾਂ ਨੇ ਛੁੱਟੜ ਕਹਿਣਾ, ਮੇਰੇ ਬੱਚੇ ਆ, ਮੈਂ ਗਾਹਾਂ ਕਿੱਦਾਂ ਵਸਾਉਂਗੀ, ਘਰ ਕਿਹਦੇ ਰਹੂੰਗੀ, ਮੇਰੇ ਖਰਚੇ ਕਿੱਦਾਂ ਚੱਲਣਗੇ? ਉਹ ਜਿਹੜੇ ਡਰ ਆ ਨਾ, ਉਹ ਡਰ ਔਰਤ ਨੂੰ ਆਪਣੇ ਪੈਰਾਂ ਤੇ ਖੜਾ ਨਹੀਂ ਹੋਣ ਦਿੰਦੇ। ਇਹਨਾਂ ਮੁਲਕਾਂ ਚ ਹੁਣ ਆਇਓ ਆ, ਬਾਹਰਲੇ ਮੁਲਕਾਂ ਚ ਅਸੀਂ, ਇੱਥੇ ਤਾਕਤ ਆ ਜਾਣੀ, ਪਰ ਅਸੀਂ ਕਿਉਂਕਿ ਅਜੇ ਵਿਕਸਿਤ ਹੋ ਰਹੇ ਹਾਂ, ਤੇ ਸੰਭਾਵਨਾ ਇਹ ਆ ਵੀ ਜਦੋਂ ਇੱਕ ਐਕਸਟ੍ਰੀਮ ਵਿੱਚੋਂ ਨਿਕਲਦੇ ਆ ਤੁਸੀਂ, ਤੇ ਦੂਜੇ ਚ ਡਿੱਗਣ ਦੀ ਪੂਰੀ ਪੂਰੀ ਜਿਹੜੀ ਆ ਉਹ ਹਾਲਤ ਹੁੰਦੀ ਆ। ਉਹਦੇ ਚ ਸਾਨੂੰ ਹੁਣ ਖਤਰਾ ਇਹ ਆ ਵੀ ਕਿਤੇ ਇੱਦਾਂ ਨਾ ਹੋਵੇ ਵੀ ਔਰਤ ਇੱਕ ਦਬਾਅ ਦੇ ਥੱਲੇ ਨਿਕਲੀ ਤੇ ਮੁੜ ਕੇ ਉਹ ਜਿੱਥੇ ਉਹਦਾ ਸੂਤ ਆਇਆ ਉੱਥੇ ਉਹ ਕਹੇ ਵੀ ਮੈਂ ਬਦਲਾ ਲੈਣਾ ਆ। ਹਾਂਜੀ, ਇਹ ਬਹੁਤ ਤੁਸੀਂ ਨਾ ਦੇਖੋ, ਕੋਈ ਬੰਦਾ ਤੁਹਾਨੂੰ ਹੱਥ ਤੋਂ ਫੜ ਕੇ ਇੱਦਾਂ ਖਿੱਚ ਰਿਹਾ, ਮੰਨ ਲਓ ਤੁਸੀਂ ਉਹ ਤੋਂ ਹੱਥ ਛਡਾਉਣਾ ਚਾਹੁੰਦੇ ਆ, ਉਦੋਂ ਇੰਨਾ ਕੁ ਜ਼ੋਰ ਲਾਇਓ, ਖਿਆਲ ਰੱਖਿਓ ਵੀ ਜਦੋਂ ਨਾ ਤੁਹਾਡਾ ਹੱਥ ਛੁੱਟ ਜਾਣਾ ਉਹਦੇ ਕੋਲੋਂ, ਉਦੋਂ ਕਿਤੇ ਦੂਰ ਜਾ ਕੇ ਡਿੱਗਣਾ, ਲੱਤ ਵਾਹਣਾ ਅਪਣਾ ਲਵੋਂ। ਸਾਡੇ ਨਾਲ ਅਕਸਰ ਇੱਦਾਂ ਹੁੰਦੀ ਆ, ਅਸੀਂ ਅਗਲੇ ਤੋਂ ਛੁੱਟਣ ਲਈ ਇੰਨਾ ਜ਼ੋਰ ਲਾ ਦਿੰਦੇ ਹਾਂ ਵੀ ਉਹਦੇ ਫੜਿਓ ਤੇ ਇੰਨਾ ਨੁਕਸਾਨ ਨਹੀਂ ਹੋਣਾ ਹੁੰਦਾ ਜਿੰਨਾ ਉਹਦੇ ਹੱਥ ਚੋਂ ਛੁੱਟ ਕੇ ਹੋ ਜਾਣਾ ਹੁੰਦਾ। ਹੁਣ ਸਾਡੀਆਂ ਬੱਚੀਆਂ ਨੂੰ ਔਰਤਾਂ ਨੂੰ ਵੀ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਵੀ ਜਿਹਨੂੰ ਅਸੀਂ ਗੁਲਾਮੀ ਕਹਿੰਦੇ ਹਾਂ, ਜਿਹਨੂੰ ਦਬਾਅ ਕਹਿੰਦੇ ਹਾਂ, ਇਹਦੇ ਵਿੱਚੋਂ ਛੁੱਟਣ ਲਈ ਇੰਨਾ ਜ਼ਿਆਦਾ ਜ਼ੋਰ ਨਾ ਲਾਇਓ ਵੀ ਤੁਸੀਂ ਇੱਕਦਮ ਦੂਜੇ ਪਾਸੇ ਡਿੱਗੋ ਜਾ ਕੇ। ਮਸਲਾ ਸਮਾਜ ਨੂੰ ਚਲਾਈ ਰੱਖਣ ਦਾ ਆ, ਕਿਉਂਕਿ ਇੱਦਾਂ ਨਹੀਂ ਹੋ ਸਕਦੀ ਵੀ ਔਰਤ ਤੇ ਮਰਦ ਇੱਕ ਦੂਜੇ ਨੂੰ ਪਿਆਰ ਨਾ ਕਰਦੇ ਹੋਣ, ਉਹਨਾਂ ਦਾ ਸਰਦਾ ਨਹੀਂ ਇੱਕ ਦੂਜੇ ਤੋਂ ਬਿਨਾਂ। ਬਸ ਢਾਂਚਾ ਹੀ ਆ ਬਣਿਆ ਇੱਦਾਂ ਦਾ, ਜਿਹਦੇ ਕਰਕੇ ਮੁਸ਼ਕਿਲ ਬਣੀ ਹੋਈ, ਜੇ ਕਿਤੇ ਉਹਨੂੰ ਸਮਝ ਲਈਏ, ਉਹਦੇ ਵਿੱਚੋਂ ਨਿਕਲ ਜਾਈਏ ਤੇ ਬਹੁਤ ਵਧੀਆ ਹੱਲ ਜਿਹੜੇ ਆ ਨਿਕਲ ਸਕਦੇ ਆ, ਹਨਾ। ਹਾਂਜੀ, ਤੇ ਦੂਜੀ ਗੱਲ ਜਿਹੜੀ ਹੁਣ ਭਾਈ ਰਣਜੀਤ ਸਿੰਘ ਤੇ ਤੁਹਾਡੀਆਂ ਜਿਹੜੀਆਂ ਵਿਚਾਰਾਂ ਨੇ ਜਾਗਰੂਕਤਾ ਲਿਆਂਦੀ ਆ ਨਾ, ਹੁਣ ਮੈਂ ਜਿੱਥੇ ਤੱਕ ਸੁਣਿਆ ਲੋਕ ਇਹ ਕਹਿਣ ਲੱਗ ਗਏ ਹੁਣ ਵੀ ਸ਼ਰਾਰਤਾਂ ਕਰਦੇ ਸੀ ਠੀਕ ਸੀਗੇ, ਪਰ ਹੁਣ ਸਿਆਸਤਾਂ ਕਰਦੇ ਹੋ, ਹੁਣ ਸਾਨੂੰ ਸਮਝ ਆ ਗਈ ਹਨਾ, ਤੇ ਲੋਕ ਸਿੱਧੇ ਸੀਗੇ ਪਰ ਸਿੱਧਰੇ ਨੀ ਸੀਗੇ, ਹੁਣ ਜਾਣੀ ਕਿ ਇਹ ਆ ਵੀ ਉਹ ਸਾਰੀ ਉਹਨਾਂ ਨੂੰ ਸਮਝ ਆ ਰਹੀ, ਹੁਣ ਉਹ ਗੱਲਾਂ ਜਾਣੀ ਕਿ ਟਿਕਾਣੇ ਦੀਆਂ ਕਰਨ ਲੱਗ ਪਏ। ਮੈਂ ਕਾਫੀ ਦੇਖੀ ਇਹ ਚੀਜ਼ ਦੀ ਜਾਗਰੂਕਤਾ, ਪਹਿਲਾਂ ਮੈਂ ਚੀਜ਼ ਸੋਚੀ ਨੀ ਸੀ ਕਦੇ ਵੀ ਇਹ ਵੀ ਇੱਥੇ ਤੱਕ ਇਹ ਜਾਣੀ ਕਿ ਉੱਠਣਗੇ ਹਨਾ, ਜਾਣੀ ਕਿ ਜੋ ਵੀ ਆਪਣੇ ਵੀਰ ਨੇ ਸਾਰੇ ਉੱਠ ਰਹੇ ਨੇ। ਹੁਣ ਤੁਹਾਡੇ ਤੇ ਤਿੰਨ ਕੇਸ ਵੀ ਬਣਦੇ ਨੇ ਜੀ, ਇੱਕ ਤਾਂ ਹੁਣ ਉਹਨਾਂ ਦਾ ਵੀ ਹਰਜਾਨਾ ਦੇਣਾ ਪੈਣਾ, ਤੇ ਜਿਹੜੀ ਗੱਲ ਭਿੰਦੇ ਵੀਰ ਨੇ ਕਿਹਾ ਸੀ ਨਾ ਆਪਣਾ ਰੱਬ ਥੋੜਾ ਭਲਾ ਕਰੇ, ਆਹ ਪੱਡੇ ਬਾਰੇ ਕਹਿੰਦੇ ਸੀ ਵੀ ਇਹਨੂੰ ਕੰਪੇਅਰ ਕਰ ਲਓ ਵੀ ਜਿਹੋ ਜਿਹੇ ਜਿਹੜੇ ਬੱਸ ਚ ਵਿਚਾਰੇ ਉਹ ਮੰਜਣ ਮੁੰਜਣ ਵੇਚਦੇ ਹੁੰਦੇ ਨੇ ਵੀ ਪੱਡਾ ਵੀ ਉਵੇਂ ਜਿਹੜੀਆਂ ਐਡਾਂ ਹੁੰਦੀਆਂ ਨੇ ਉਵੇਂ ਚੱਲਦਾ ਵੀ ਫਰਕ ਲੱਭ ਲਿਓ ਵੀਰੇ, ਉਹ ਤਾਂ ਜਿਹੜੇ ਬੱਸਾਂ ਚ ਵੇਚਣ ਵਾਲੇ ਨੇ ਉਹ ਤਾਂ ਸਾਡੇ ਤੇ ਕੇਸ ਕਰ ਸਕਦੇ ਨੇ, ਉਹ ਤਾਂ ਕਹਿਣਗੇ ਵੀ ਗੱਲ ਸੁਣ ਲਓ ਮੇਰੀ, ਸਾਡੀ ਸਾਰੀ ਸਾਰੀ ਉਮਰ ਬੱਸ ਚ ਇਹ ਚੀਜ਼ਾਂ ਵੇਚਦਿਆਂ ਦੀਆਂ ਨਹਿੰਗੀ, ਪਰ ਅਸੀਂ ਕਿਸੇ ਦੀ ਗੁਲਾਮੀ ਨੀ ਕਬੂਲੀ, ਕਿਸੇ ਦੀ ਝੋਲੀ ਚ ਨੀ ਡਿੱਗੇ, ਜਿਹੜਾ ਬੰਦਾ ਝੋਲੀ ਕਿਸੇ ਦੇ ਡਿੱਗਦਾ ਝੋਲੀ ਚ ਬੰਦੇ ਤੇ ਕੁਛ ਵੀ ਹੋ ਸਕਦਾ, ਤਾਂ ਬੰਦੇ ਦਾ ਕੁਛ ਵੀ ਪਾੜ ਸਕਦਾ। ਤੇ ਦੂਜੀ ਗੱਲ ਉਹ ਜਿਹੜਾ ਸਾਇੰਸਦਾਨ ਸੀ ਉਦਣ ਜਿਹੜਾ ਕਹਿੰਦਾ ਸੀਗਾ ਵੀ ਉਹ ਹਰਿਮੰਦਰ ਸਾਹਿਬ ਦੇ ਉੱਥੇ ਜੀ ਆਪਣੇ
ਦਰਬਾਰ ਸਾਹਿਬ ਦੇ ਸਰੋਵਰ ਬਾਰੇ ਵੀ ਇਹ ਅਮਰਤਾ ਉਹ ਜੇ ਇਹ ਅਮਰਤਾ ਇੰਨੇ ਲੋਕ ਛੱਕ ਕੇ ਜਾਂਦੇ ਨੇ ਤਾਂ ਸਾਰੇ ਅਮਰਤਾਰੀ ਨੇ ਉਹਨਾਂ ਦੇ ਵੱਖਰੀਆਂ ਕਿਰਪਾਨਾਂ ਪਾਓ। ਦੂਜੀ ਗੱਲ ਜਿਹੜਾ ਥੱਲੇ ਜੰਮਿਆ ਹੋਇਆ ਅਮਰਤਾ ਉਹਨੂੰ ਕਹਿਣਾ ਵੀ ਤੂੰ ਤਾਂ ਸਾਇੰਸਦਾਨ ਆ, ਉਹ ਗਾੜਾ ਹੁੰਦਾ ਸਮਾਂ ਤੂੰ ਵੀ ਪੱਟ ਕੇ ਉਹਦਾ ਵੀ ਕਰਿਆ ਕਰੋ ਨਾ, ਉਹ ਵੀ ਦਿਆ ਕਰੋ ਲੋਕਾਂ ਨੂੰ ਪਤਾ ਲੱਗੇ, ਪੀ ਲਿਆ ਕਰੋ ਯਾਰ। ਨਹੀਂ ਸਾਰੇ ਗੋਰੇ ਸਿੱਖ ਬਣ ਜਾਣ, ਉਹ ਵੀ ਕਹਿਣ ਵੀ ਯਾਰ ਇੰਨਾ ਗਾੜਾ ਅੰਮ੍ਰਿਤ ਸੀ, ਸਾਡੀ ਸਾਡੀ ਸੁਰਤ ਬਦਲ ਗਈ ਹਨਾ, ਵੀ ਉਹਦੇ ਉਹਦੇ ਬਾਰੇ ਵੀ ਕੁਛ ਨਾ ਕੁਛ ਕਰੋ। ਤੀਜੀ ਗੱਲ ਸੀਗੀ ਇਹਨਾਂ ਨੇ ਲਾਲੀ ਚਲਾਇਆ ਸੀਗਾ, ਹਾਂਜੀ ਆਪਣਾ ਵੀਰ, ਉਹ ਦੇਖੋ ਜੀ ਉਹ ਹੈਗਾ ਇੰਟੈਲੀਜੈਂਟ ਬੰਦਾ ਹਨਾ, ਉਹਦੇ ਉੱਤੇ ਜਾਣੀ ਕਿ ਟਿੱਪਣੀ ਕਰਨੀ ਵੀ ਸਾਨੂੰ ਸ਼ੋਭਾ ਨੀ ਦਿੰਦੀ। ਉਹ ਤਾਂ ਇਹੋ ਜਿਹਾ ਭਲਾ ਮਾਨਸ, ਉਹ ਨਿਆਣੇ ਟੋਬੇ ਚੋਂ ਮੱਝਾਂ ਇੱਟਾਂ ਮਾਰ ਮਾਰ ਕੱਢਦੇ ਸੀ ਤੇ ਠੰਡ ਦਾ ਮਹੀਨਾ ਸੀਗਾ, ਉਹ ਕਹਿੰਦਾ ਵੀ ਤੁਹਾਨੂੰ ਤਾਂ ਕੱਢਣੀਆਂ ਨੀ ਆਉਂਦੀਆਂ, ਮੈਂ ਛੇ ਦਿਨ ਕਰਾਂ। ਵਿੱਚ ਵੜ ਕੇ ਉਹਨੇ ਮੱਝਾਂ ਕੱਢੀਆਂ, 3 ਮਹੀਨੇ ਮੰਜੇ ਤੇ ਪਿਆ ਨਮੂਨੀਏ ਦੇ ਨਾਲ ਉਹ ਬੰਦਾ ਹਨਾ। ਹੁਣ ਉਹ ਬੰਦਿਆਂ ਦੀਆਂ ਉਹ ਬੰਦੇ ਇਹਨਾਂ ਨੇ ਗਾਹਾਂ ਕੀਤੇ ਹੋਏ ਨੇ ਵਿਚਾਰਾਂ ਕਰਨ ਲਈ ਵੀ ਇੰਨੀ ਉਹਨਾਂ ਦੀ ਵਿਚਾਰ ਤਕੜੀ ਆ, ਕਿੱਧਰ ਨੂੰ ਲਈ ਜਾਂਦੇ ਨੇ ਇਹ ਸਾਨੂੰ ਇਹ, ਤੇ ਸਾਡੇ ਬੰਦੇ ਸੋਚਦੇ ਵੀ ਇਹਨਾਂ ਦੇ ਪਿੱਛੇ ਤੁਰ ਕੇ ਸਾਡਾ ਕੋਈ ਗੁਜ਼ਾਰਾ, ਤੇ ਇਹਨਾਂ ਨੂੰ ਮਹਾਨ ਸਮਝੀ ਸਾਡੇ। ਮੈਂ ਸਿਆਣੇ ਬੰਦਿਆਂ ਨੂੰ ਦੇਖਿਆ, ਉਹ ਕਹਿੰਦੇ ਵੀ ਲਾਲੀ ਦੀ ਦੇਖੋ ਕਿੱਡੀ ਸੋਚ ਉਭਰੀ ਆ, ਉਹਨੂੰ ਕਿੰਨਾ ਗਿਆਨ ਹੋ ਗਿਆ, ਲੈ ਦੱਸੋ। ਨਹੀਂ ਨਹੀਂ ਕੁਛ ਨਾ ਕੁਛ ਚਾਹੁੰਦੇ ਆ ਬੰਦੇ, ਚਲੋ ਜਿਹੜਾ ਬੰਦਾ ਸਾਡੇ ਤਾਂ ਇਹ ਆ ਜਿਹੜਾ ਬੰਦਾ ਮੂਹਰੇ ਬੋਲਦਾ ਨਾ ਬਹੁਤ ਗਿਆਨੀ ਹੋਣਾ। ਨਹੀਂ ਨਹੀਂ ਹੁਣ ਇਹੋ ਜਿਹੇ ਬੰਦੇ ਜਦ ਸਾਡੇ ਸਿਰ ਤੇ ਥੋਪਣਗੇ ਹੌਲੀ ਹੌਲੀ ਤੇ ਫਿਰ ਸਾਡੇ ਸਾਡੀ ਹਾਲਤ ਕਹਿ ਜੀ ਹੋਊਗੀ, ਤਾਂ ਪਹਿਲਾਂ ਜੇ ਨਹੀਂ ਬੰਦੇ ਧਿਆਨ ਦੇਣਗੇ ਇਹਨੂੰ ਨਹੀਂ ਸਮਝ, ਉਹਨਾਂ ਨੇ ਤਾਂ ਹੁਣ ਜਿਹੋ ਜਿਹੀ ਉਹਨੇ ਵਿਚਾਰ ਦਿੱਤੀ ਜੀ ਬੀਬੀਆਂ ਅੰਮ੍ਰਿਤ ਛਕਣ ਨੀ ਗਈਆਂ ਉੱਥੇ ਬੀਬੀਆਂ ਨੇ, ਕਿ ਵੀ ਜਿਹੜੇ ਟੋਕੜੇ ਬੀਬੀਆਂ ਨੇ ਬੱਚਿਆਂ ਦੇ ਕਰਵਾਏ ਨੇ ਵੀ 9 ਮਹੀਨੇ ਬੱਚੇ ਨੂੰ ਢਿੱਡ ਚ ਰੱਖਿਆ ਫਿਰ ਉਹਨਾਂ ਦੇ ਟੋਟੇ ਗਲ ਚ ਪਾਏ ਨੇ, ਕੀ ਇਹ ਬਹੁਤ ਛੋਟੀ, ਇਹਨੂੰ ਛੋਟੀ ਗੱਲ ਸਮਝੀ ਫਿਰਦੇ ਨੇ ਇਹ ਬਹੁਤ ਜ਼ਿਆਦਾ। ਨਹੀਂ ਨਹੀਂ ਉਹਨੂੰ ਨੀ, ਲਾਲੀ ਨੂੰ ਕਾਹਤੇ ਸਮਝਾਉਣਾ ਯਾਰ, ਤੁਸੀਂ ਅਸੀਂ ਕਾਹਤੇ ਚਾਹੁੰਦੇ ਉਹਦੇ ਨਾਲ ਮਗਜ਼ਮਾਰੀ ਕਰਨੀ, ਠੀਕ ਹੈ ਬਸ ਇਹਨਾਂ ਨੂੰ ਵੀ ਨਹੀਂ ਸਮਝਾਇਆ ਜਾ ਸਕਣਾ। ਸਾਡਾ ਮਕਸਦ ਤਾਂ ਇੰਟੈਲੀਜੈਂਟ ਲੋਕ ਜਿਹੜੇ ਗੱਭੇ ਆ ਨਾ ਲੋਕ ਬੈਠੇ, ਉਹਨਾਂ ਨੂੰ ਜਿਹੜੇ ਨਾ ਟਕਸਾਲ ਦੇ ਨਾ ਸਾਡੇ ਆ, ਉਹਨਾਂ ਨੂੰ ਉਹਨਾਂ ਦੇ ਦਿਮਾਗ 'ਚ ਗੱਲ ਪਾਉਣੀ ਆ ਤੇ ਪੈ ਰਹੀ ਆ ਉਹਨਾਂ ਦੇ ਪੈ ਜਾਣੀ, ਬਸ ਇੱਕ ਵਾਰੀ ਗੱਲ ਹੋ ਗਈ ਕਲਿੱਕ ਹੋ ਜਾਣੀ ਅਗਲੇ। ਪਿੰਡਾ ਵੀਰ ਨੇ ਕਹਿੰਦਾ, ਕਹਿੰਦਾ ਜਿਹੜੇ ਮਿਸ਼ਨਰੀ ਨੇ ਕਹਿੰਦਾ ਪਹਿਲੀ ਪੌੜੀ ਤੋਂ 7ਵੀਂ ਤੱਕ ਜਾਂਦੇ ਨੇ ਫੇਰ ਪਿੱਛੇ ਮੁੜ ਜਾਂਦੇ ਨੇ, ਮੈਂ ਕਿਹਾ ਇਹ ਟਕਸਾਲੀਆਂ ਨੇ ਸਰਕਸ ਖੋਲਣੀ, ਉਹਦੀ ਪ੍ਰੈਕਟਿਸ ਕਰਦੇ ਨੇ ਵੀ 7ਵੀਂ ਪੌੜੀ ਤੋਂ ਪਿੱਛੇ ਮੁੜ ਕੇ ਆਉਣੀ, ਲੋਕੀ ਤਾੜੀਆਂ ਕਿਵੇਂ ਮਾਰਦੇ ਨੇ ਵੀ ਬਹੁਤ ਸਪੀਡ ਨਾਲ ਜਾਂਦੇ ਨੇ ਫੇਰ ਮੁੜੇ ਆਉਂਦੇ ਨੇ। ਕੋਈ ਸ਼ੱਕ ਨੀ ਵੀਰਾ, ਕੋਈ ਨੀ, ਚਲੋ ਠੀਕ ਆ, ਓਕੇ ਜੀ, ਠੀਕ ਆ, ਥੈਂਕ ਯੂ ਵੀਰੇ। 108 ਦੇ ਉੱਤੇ ਤੁਸੀਂ ਆਉਣੇ ਰਹੋ ਜੀ। ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਭਾਜੀ, ਰਣਜੀਤ ਬੋਲ ਰਿਹਾ ਜੀ ਆਸਟ੍ਰੇਲੀਆ ਤੋਂ। ਹਾਂਜੀ ਭਾਜੀ, ਇੱਕ ਵਿਚਾਰ ਕਰਨੀ ਸੀਗੀ। ਇੱਕ ਸੋਸ਼ਲ ਮੀਡੀਆ ਤੇ ਫੋਟੋ ਘੁੰਮਦੀ ਪਈ ਆ ਮੀਰ ਖਾਨ ਦੀ, ਕਰਤਾਰਪੁਰ ਲਾਂਘੇ ਦੀ, ਸ਼ਾਇਦ ਤੁਸੀਂ ਵੀ ਦੇਖੀ ਹੋਵੇਗੀ ਸ਼ਾਇਦ। ਹਾਂਜੀ, ਉਹਦੇ ਵਿੱਚ ਉਹ ਸਰਦਾਰ ਬਣਿਆ ਹੋਇਆ ਤੇ ਬਹੁਤ ਜਾਣੀ ਕਿ ਲੋਕੀ, ਚਲੋ ਉਹਦੀ ਲੁੱਕ ਵਾਈਜ਼ ਵਧੀਆ ਆ, ਯਾਨੀ ਕਿ ਲੋਕੀ ਉਹਨੂੰ ਬਹਿ ਕਹਿ ਰਹੇ ਜੀ ਬਾਬਾ ਇਹ ਤਾਂ ਸਿੱਖ, ਗੁਰੂ ਦਾ ਸਿੱਖ ਵਾ, ਇਹ ਆ ਵੋ ਆ, ਇੱਦਾਂ ਕਮੈਂਟ ਕਰ ਰਹੇ ਆ। ਪਰ ਇਹਨਾਂ ਲੋਕਾਂ ਨੂੰ ਇਹ ਨੀ ਪਤਾ ਵੀ ਉਹ ਇੱਕ ਕਲਾਕਾਰ ਆ, ਉਹ ਆਪਣੀ ਲੁੱਕ ਉਹ ਆਪਣੇ ਆਪ ਨੂੰ ਪ੍ਰਪੇਅਰ ਕਰ ਰਿਹਾ ਵੀ ਮੈਂ ਸਿੱਖ, ਉਹਨੇ ਸ਼ਾਇਦ ਕੋਈ ਫਿਲਮ ਫਿਊਚਰ ਵਿੱਚ ਬਣਾ ਰਿਹਾ, ਉਹਦੇ ਵਿੱਚ ਆਪਣੇ ਆਪ ਨੂੰ ਉਹ ਸਿੱਖ ਦੇ ਰੂਪ ਵਿੱਚ ਲੈ ਕੇ ਆ ਰਿਹਾ ਤੇ ਅਸੀਂ ਉਹਨੂੰ ਕਹਿ ਰਹੇ ਹਾਂ ਵੀ ਇਹ ਫਲਾਨਾ ਇਹ ਧਮਕਾਨਾ ਜੀ ਇਹ। ਮੈਂ ਇਹੀ ਕੁਐਸਚਨ ਪੁੱਟ ਕਰਨਾ ਚਾਹੁੰਦਾ ਵੀ ਜੇ ਮੰਨ ਲਓ ਅੱਜ ਅਮੀਰ ਖਾਨ ਸਰਦਾਰ ਬਣ ਗਿਆ, ਠੀਕ ਵਾ, ਜੇ ਕੱਲ ਨੂੰ ਦਿਲਜੀਤ ਦੋਸਾਂਝ ਸਾਡਾ ਪੰਜਾਬੀ ਕਲਾਕਾਰ ਆ, ਜੇ ਉਹਨੂੰ ਕਿਸੇ ਹਿੰਦੂ ਬਾਹਮਣ ਦਾ ਰੋਲ ਕਰਨਾ ਪੈ ਗਿਆ, ਉਹਨੂੰ ਬੋਦੀ ਰੱਖਣੀ ਪੈ ਗਈ, ਤਾਂ ਫੇਰ ਅਸੀਂ ਉਹਨੂੰ ਲੋਕੀ ਕੀ ਕਹਾਂਗੇ ਕਿ ਇਹ ਤਾਂ ਪੰਥ ਦਾ ਗੱਦਾਰ ਵਾ। ਐਗਜ਼ੈਕਟਲੀ, ਸਾਨੂੰ ਤਾਂ 30 ਸਾਲ ਹੋ ਗਏ ਇੱਥੇ ਤਾਂ ਨਾ, ਅਸੀਂ ਇੱਕ ਵਾਰੀ 99-90 ਚ ਤਾਂ ਅਸੀਂ ਇੱਦਾਂ ਗੱਲ ਕਹਿੰਦੇ ਹੁੰਦੇ ਸੀ ਭਈ ਜੇ ਨਾ ਕਿਸੇ ਭੇਡ ਬੱਕਰੀ ਦੇ ਸਿਰ ਤੇ ਦਸਤਾਰ ਬੰਨ ਕੇ ਗੁਰਦੁਆਰੇ ਲੈ ਆਉਂਦੀ ਤੇ ਅਖੰਡ ਕੀਰਤਨੀ ਟਕਸਾਲੀਆਂ ਨੇ ਤਾਂ ਉਹਨੂੰ ਵੀ ਏਦਾਂ ਭੈਣ ਜੀ ਕਹਿ ਕੇ ਲੈ ਜਾਣਾ ਘਰ ਨੂੰ, ਦਸਤਾਰ ਬੰਨੀ ਹੋਵੇ ਜਾਣੀ, ਭਾਵਾਂ ਜਿੱਡੇ ਮਰਜ਼ੀ ਕਮੀਣੇ ਖੱਚਰ ਟੱਬਰ ਹੋਣ, ਬਸ ਦਸਤਾਰ ਹੋਵੇ, ਇੱਕ ਬਾਜੇ ਦੇ ਦੋ ਸੁਰਨ ਪਣੀਆਂ ਆਉਂਦੀਆਂ ਹੋਣ, ਏਦਾਂ ਵੀ ਵਾਹਿਗੁਰੂ ਸੰਘ ਪਟਾਇਆ ਹੋਵੇ, ਭਾਵਾਂ ਪਾਟੇ ਉਹ ਬਾਂਸ ਵਰਗੀ ਆਵਾਜ਼ ਹੋਵੇ, ਨਾ ਕੋਈ ਅਕਲ ਨਾ ਥੋ, ਘਰ ਕਿੱਦਾਂ ਚਲਾਉਣੀ ਕੁਛ ਪਤਾ ਨਾ, ਬਸ ਸੁਰਾਂ ਤੋਂ ਦੱਬ ਲੈਂਦੀ ਹੋਵੇ ਜਾਣੀ। ਬਸ ਅਸੀਂ ਅੱਜ ਕੱਲ ਲੋਕ ਜੀ ਬਸ ਬਾਹਰੀ ਦੇਖਦੇ ਪਿੱਛੇ ਪੈ ਗਏ ਆ ਵੀ ਇਹਦੇ ਦਾੜੀ ਰੱਖੀ ਹੋਵੇ, ਸਰਦਾਰ ਹੋਵੇ, ਪੱਗ ਬੰਨੀ ਹੋਵੇ, ਬਸ ਜੀ। ਨਹੀਂ ਨਹੀਂ ਕੋਈ ਸ਼ੱਕ ਨੀ ਵੀਰਾ ਉਹਦੇ ਵਿੱਚ, ਬਸ ਇਹੀ ਗੱਲ ਕਰਨੀ ਸੀ ਭਾਜੀ। ਥੈਂਕ ਯੂ, ਤੁਹਾਡਾ ਪ੍ਰੋਗਰਾਮ ਸੁਣ ਰਹੇ ਜੀ। ਥੈਂਕ ਯੂ ਜੀ। 107 ਤੇ ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ਼੍ਰੀ ਅਕਾਲ।
ਮੈਂ ਆਪਣੇ ਮਾਧਿਅਮ ਰਾਹੀਂ ਇਹ ਮਤਲਬ ਕਿ ਕਿਉਂਕਿ ਸੁਣਦੇ ਤਾਂ ਦੂਜੀ ਪਾਰਟੀ ਵਾਲੇ ਵੀ ਆ, ਤੀਜੀ ਪਾਰਟੀ ਵਾਲੇ ਵੀ ਸਾਰੇ ਸੁਣਦੇ ਆ ਤੁਹਾਨੂੰ ਹਨਾ, ਮੈਂ ਕਹਿਣਾ ਚਾਹੁੰਦਾ ਸੀ ਵੀ ਕਿਉਂ ਨਾ ਵੀ ਆਪਾਂ ਆਨਲਾਈਨ ਅੱਜ ਕੱਲ ਸਾਰੇ ਇੰਟਰਨੈਟ ਯੂਜ ਕਰਦੇ ਆ, ਜੇ ਰੈਫਰੈਂਡਮ ਹੋ ਸਕਦਾ 2020 ਕਹਿੰਦੇ ਆਨਲਾਈਨ, ਤੇ ਆਪਾਂ ਵੋਟਿੰਗ ਕਰਾ ਲੈਣੇ ਇਸ ਗੱਲ ਦੀ ਆਨਲਾਈਨ, ਸੰਗਤ ਖਰਚਾ ਰਲ ਕੇ ਕਰ ਦੂਗੀ ਜਿੰਨਾ ਆਊਗਾ, ਵੀ ਬੀਬੀਆਂ ਨੂੰ ਕੀਰਤਨ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਆਹੋ ਕੋਈ ਜ਼ਿੰਮੇਵਾਰ ਧਿਰ ਜਿਹੜੀ ਆ ਉਹ ਪਟੀਸ਼ਨ ਵਿੱਚ ਕੋਈ ਜ਼ਿੰਮੇਵਾਰ ਪਾਵੇ, ਉਦਾਂ ਤਾਂ ਹੁਣ ਇਦਾਂ ਜੇ ਆਪੋ ਆਪਣੀ ਪਾਈ ਫੇਰ ਤਾਂ ਗੱਲ ਨੀ ਬਣਨੀ ਨਾ। ਨਹੀਂ ਪਰ ਜੇ ਕਹਿੰਦੇ ਆ ਵੀ ਰੈਫਰੈਂਡਮ ਕਰਾਉਣਾ, ਐਡਾ ਫੈਸਲਾ ਹੋ ਸਕਦਾ, ਤੇ ਇਹ ਤਾਂ ਗੱਲ ਹੀ ਨਿੱਕੀ ਜੀ ਆ, ਇਹ ਕਮਰੇ 'ਚ ਬਹਿ ਕੇ ਹੋਣ ਵਾਲੀ ਗੱਲ ਹੈ। ਆਹੋ ਆਪਸ ਵਿੱਚ ਹੀ ਤਾਂ ਕਰੇ ਸਕਦੇ, ਸ਼੍ਰੋਮਣੀ ਕਮੇਟੀ ਵਾਲੇ ਪਟੀਸ਼ਨ ਪਾ ਦੇਣ ਪਏ ਭਾਈ, ਇਹ ਤੇ ਤੁਸੀਂ ਜਿੰਨੇ ਬੰਦੇ ਹੱਕ 'ਚ ਆ ਜਦੋਂ ਐਤਕੀ ਵੋਟਾਂ ਕਰਾਉਣਗੇ ਸ਼੍ਰੋਮਣੀ ਕਮੇਟੀ ਦੇ ਨਾਲ ਆ ਵੀ ਕਰ ਦੇਣ, ਇੱਕੋ ਦੇ ਬਟਨ ਹੀ ਨੱਪਣਾ ਇੱਕ ਜਾਂ ਇੰਨੀ ਕੀ ਮੇਰੀ ਤਾਂ ਸਲਾਹ ਸੀਗੀ ਜੀ। ਚਲੋ ਸੁਣਦੇ ਨੀ ਪ੍ਰੋਗਰਾਮ। ਥੈਂਕ ਯੂ ਜੀ। ਕੋਈ ਸ਼ੱਕ ਨੀ ਜੀ ਉਹਦੇ ਵਿੱਚ ਵੀ ਜੇ ਉਹ ਕਰਨਾ ਚਾਹੁਣਗੇ, ਮਸਲੇ ਤਾਂ ਗੱਲ ਤਾਂ ਹੁੰਦੀ ਆ ਜੇ ਅਗਲਾ ਹੱਲ ਕਰਨਾ ਚਾਹੇ, ਕਿਉਂਕਿ ਇੰਨੀ ਅਜੇ ਸਾਡੇ ਕੋਲ ਦਿਆਂਤਦਾਰੀ ਆਈ ਨਹੀਂ ਵੀ ਜੇ ਅਸੀਂ ਕਹੀਏ, ਜਿਹੜੀਆਂ ਕੌਮਾਂ ਵਿਕਾਸ ਦੇ ਰਾਹ 'ਤੇ ਪਈਆਂ ਹੁੰਦੀਆਂ ਨਾ, ਅਜੇ ਵਿਕਸਿਤ ਹੋ ਰਹੀਆਂ ਹੁੰਦੀਆਂ, ਉਹਨਾਂ ਲਈ ਬਹੁਤ ਔਖਾ ਹੁੰਦਾ ਆਪਣੇ ਆਪ ਨਾਲ ਫਿਰ ਕਰਨਾ, ਦੂਜਿਆਂ ਨਾਲ ਫਿਰ ਕਰਨਾ, ਨਹੀਂ ਤਾਂ ਧੱਕੇ ਦੇ ਨਾਲ ਜਾਣੀ। ਜਦੋਂ ਜਿਹੜੇ ਬੰਦੇ ਇਹਨਾਂ ਦੇ ਆ, ਇੱਥੇ ਨਾ ਇੱਕ ਦੋ ਕਲਿੱਪ ਆ ਸਾਡੇ ਕੋਲ, ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰ ਲੈਂਦੇ ਹਾਂ ਵੀ ਇਹ ਬੰਦੇ ਜਿਨ੍ਹਾਂ ਨੂੰ ਅਸੀਂ ਕਹਿ ਰਹੇ ਹਾਂ, ਜਿਨ੍ਹਾਂ ਤੋਂ ਅਸੀਂ ਫੇਰ ਦੀ ਆਸ ਰੱਖਦੇ ਹਾਂ, ਉਹ ਕਿੱਦਾਂ ਵਿਚਰਦੇ, ਸੋਚਦੇ ਕਿੱਦਾਂ ਆ ਆਪਣੀ ਜ਼ਿੰਦਗੀ ਦੇ ਵਿੱਚ। ਠੀਕ ਆ ਜੀ। ਅਬੀਰ ਦਾ ਮੈਸੇਜ ਆਇਆ ਜੀ, ਕਹਿੰਦੇ ਉਹ ਕਰਤਾਰਪੁਰ ਲਾਂਘੇ ਦੀ ਨਹੀਂ ਹੈਗੀ ਫੋਟੋ, ਉਹ 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 ਫਿਲਮ ਦੀ ਫੋਟੋ ਆ ਜਿਹੜੀ ਉਹਦੀ ਫਿਲਮ ਆ ਰਹੀ ਆ, ਉਹਦੇ ਸੰਬੰਧ ਵਿੱਚ ਉਹ ਵੀਡੀਓ ਆ। ਅਤੇ ਚਲੋ ਮੈਨੂੰ ਵੀ ਇਸ ਗੱਲ ਤੋਂ ਸਿਘਾਵ ਦਾ, ਮੈਂ ਸੋਚਿਆ ਨਹੀਂ ਪਹਿਲਾਂ ਵੀ, ਕਿਉਂਕਿ ਕਰਤਾਰਪੁਰ ਦੇ ਸੰਬੰਧ ਵਿੱਚ ਉਹਦੀ ਕੋਈ ਵੀ ਅਮੀਰ ਖਾਨ ਦੀ ਖਬਰ ਆਈ ਨਹੀਂ ਸੀ, ਜਿਸ ਕਰਕੇ ਥੋੜ੍ਹਾ ਜਿਹਾ ਆਊਟ ਲੱਗਿਆ ਸੀਗਾ। ਪਰ ਕੋਈ ਨਹੀਂ, ਚਲੋ ਮੈਂ ਸ਼ੋਰ ਨਹੀਂ ਸੀਗਾ, ਉਹ ਹੁਣ ਵੀਰ ਨੇ ਸ਼ੋਰ ਕਰ ਦਿੱਤਾ ਆਪਾਂ ਨੂੰ। ਠੀਕ ਹੈ ਜੀ। ਆਹ ਕਲਿੱਪ ਆ ਜੀ, ਦੋ ਛੋਟੇ ਛੋਟੇ ਨਾਨਕ ਸਰੀਆਂ ਦਾ ਸਾਧ ਦਾ ਚੇਲਾ ਆ, ਉਹ ਇਹ ਲੋਕ ਕਿੱਦਾਂ ਸੋਚਦੇ ਆ, ਇਹਨੂੰ ਸੁਣਿਓ ਮਾੜਾ ਜਿਹਾ। ਆਨੰਦ ਸਿੰਘ ਜੀ 24 ਘੰਟਿਆਂ ਦੇ ਵਿੱਚ 1 ਤੋਲਾ ਅੰਨ ਛਕਦੇ ਸੀ। ਬਾਬਾ ਆਨੰਦ ਸਿੰਘ ਦੀ ਸਿਫਤ ਕਰਨ ਲੱਗਾ ਜੀ ਇਹ ਬੰਦਾ, ਤੇ ਤੁਸੀਂ ਇਹਨੂੰ ਸੁਣ ਕੇ ਦੇਖਿਓ। ਗੱਪ ਤਾਂ ਮਾਰਨੀ ਹੁੰਦੀ ਆ, ਵਡਿਆਈ ਕਰਨੀ ਹੁੰਦੀ ਆ, ਚੰਗੀ ਗੱਲ ਆ। ਜਿਹੜੇ ਜਿਹਨਾਂ ਨੂੰ ਤੁਸੀਂ ਬ੍ਰਹਮ ਗਿਆਨੀ, ਜਿਹੜੇ ਤੁਹਾਡੇ ਹੀਰੋ ਆ, ਉਹ ਵਧੀਆ ਹੋਣੇ ਚਾਹੀਦੇ, ਦੂਜਿਆਂ ਨਾਲੋਂ ਵੱਖਰੇ ਹੋਣੇ ਚਾਹੀਦੇ ਆ, ਬਰਦਾਸ਼ਤ ਕਰਨ ਜੋਗੇ ਹੋਣੇ ਚਾਹੀਦੇ, ਉਹਨਾਂ ਅੰਦਰ ਸਹਿਣਸ਼ੀਲਤਾ ਹੋਣੀ ਚਾਹੀਦੀ ਆ, ਵੱਧ ਅਕਲ ਚਾਹੀਦੀ ਆ, ਕੁਛ ਨਾ ਕੁਛ ਵੱਧ ਚਾਹੀਦਾ ਉਹਨਾਂ ਦੇ ਕੋਲ। ਪਰ ਕੀ ਵੱਧ ਆ ਜਾਣੀ ਇਹ ਜਦੋਂ ਇਹ ਦੱਸਦੇ ਆ, ਵਡਿਆਈ ਕਰਦੇ ਆ, ਉਹ ਬੜੀ ਹੈਰਾਨੀ ਦੀ ਗੱਲ ਆ ਵੀ ਇਹਨਾਂ ਨੂੰ ਦੀਦਾ ਕੀ ਆ ਉਹਨਾਂ ਦੇ ਅੰਦਰ, ਉਹ ਦੱਸਣ ਲੱਗਾ। ਉਹ ਤੋਂ ਪਹਿਲਾਂ ਇੱਕ ਸਰੋਤੇ ਆ ਜੀ ਸਾਡੇ ਨਾਲ, 108 ਤੇ ਤੁਸੀਂ ਆਉਂਦੇ ਰਹੋ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਬਹੁਤ ਵਧੀਆ। ਮੈਂ ਤੁਹਾਡਾ ਰੇਡੀਓ ਪ੍ਰੋਗਰਾਮ ਤਾਂ ਸੁਣਦੇ ਨੂੰ ਹੋ ਗਏ 5-6 ਸਾਲ, ਤੇ ਇੱਕੋ ਹੀ ਗੱਲ ਮੈਂ ਨੋਟ ਕੀਤੀ ਹੈ ਵੀ ਆਪਾਂ ਨੂੰ ਕੁਛ ਚੇਂਜ ਹੀ ਕਰਨਾ ਪੈਣਾ ਹਨਾ, ਇਹਨਾਂ ਦੇ ਨਾਲ ਰਲ ਕੇ ਕੁਛ ਨੀ ਹੋਣਾ ਹੈਗਾ। ਜੇ ਕੋਈ ਬੰਦਾ ਸੋਚੇ ਵੀ ਇਹਨਾਂ ਦੇ ਨਾਲ ਆ ਗਲਤੀਆਂ ਸੁਧਾਰ ਲੈਣਗੇ ਇੱਦਾਂ ਹੋ ਜੂ, ਇਹ ਕੁਛ ਨੀ ਹੋਣਾ। ਜਿਵੇਂ ਤੁਸੀਂ ਕਹਿੰਦੇ ਹੋ ਕੋਈ ਸੰਸਥਾ ਹੀ ਚਲਾਉਣੀ ਪੈਣੀ ਆ, ਉਹੀ ਕੰਮ ਹੋਣਾ, ਹੋਰ ਤਾਂ ਕੁਛ ਨੀ ਹੋ ਸਕਦਾ। ਆਹੋ ਪਤਾ ਨਹੀਂ ਉਹ ਵੀ ਕਿੱਦਾਂ ਕੀ ਹੋਣਾ ਆ, ਕਿਉਂਕਿ ਸਮਾਂ ਪਾ ਕੇ ਜੇ ਗੁਰੂ ਨਾਨਕ ਦੀ ਚੱਲੀ ਹੋਈ ਸੰਸਥਾ ਗਰਕ ਸਕਦੀ ਆ। ਹਾਂਜੀ, ਗੁਰੂ ਨਾਨਕ ਪਾਤਸ਼ਾਹ ਨੇ ਜੋ ਵੀ ਇੰਨੀ ਮਿਹਨਤ ਕਰਕੇ ਬ੍ਰਾਹਮਣ ਦਾ, ਪੁਜਾਰੀ ਦਾ, ਸਾਰਿਆਂ ਦਾ ਵਿਰੋਧ ਕਰਕੇ ਜੋ ਚਲਾਇਆ, ਹਾਂਜੀ, ਇੱਕ ਟਾਈਮ ਤੁਸੀਂ ਦੇਖ ਲਓ ਆਇਆ ਆ, ਤੇ ਉੱਤੇ ਸਾਰਾ ਕੁਛ ਅਗਲੇ ਨੇ ਆਪਣੀ ਮਰਜ਼ੀ ਦੇ ਨਾਲ ਸਾਂਭ ਲਿਆ। ਤੇ ਹੁਣ ਵੀ ਜਿਹੜੀ ਕੋਈ ਸੰਸਥਾ ਚੱਲੂਗੀ ਉਹਦਾ ਭਵਿੱਖ ਕਿੰਨਾ ਕੁ ਹੋਊਗਾ, ਕਿੰਨੇ ਕੁ ਸਾਲ ਕੱਢ ਸਕਾਂਗੇ, ਕਿੱਥੇ ਜਾ ਕੇ ਪੁਜਾਰੀ ਆਪਣਾ ਪਰਛਾਵਾਂ ਪਾਊਗਾ, ਉਹ ਗੱਲ ਵਿਚਾਰਨੇ ਵਾਲੀ ਆ। ਵੀ ਗੱਲ ਇਹ ਆ ਵੀ ਉਹਦੀ ਰਿਜੈਕਸ਼ਨ ਜਿਹੜੀ ਆ ਬੜੀ ਜ਼ਰੂਰੀ ਆ, ਕਿ ਉਹਦੀ ਲੋੜ ਹੈਗੀ ਪੁਜਾਰੀ ਦੇ ਇਹਨਾਂ ਕੰਮਾਂ ਦੀ ਲੋੜ ਹੈਗੀ ਆ ਜਾਂ ਨਹੀਂ ਹੈਗੀ, ਇਹ ਗੱਲ ਜ਼ਰੂਰੀ ਆ। ਯਾ ਥੈਂਕ ਯੂ ਜੀ, ਥੈਂਕ ਯੂ। ਉਹ ਤਾਂ ਜਦੋਂ ਸਮਝ ਲਵਾਂਗੇ ਜੀ ਅਸੀਂ ਮੁੱਦਿਆਂ ਨੂੰ,
ਤੇ ਸਾਨੂੰ ਪਤਾ ਲੱਗ ਜਾਣਾ ਆ ਵੀ ਅਸਲ 'ਚ ਹੈ ਕੀ ਆ। ਠੀਕ ਆ ਜੀ, ਚਲੋ ਆਪਾਂ ਆਹ ਬਾਬਾ ਆਨੰਦ ਸਿੰਘ ਦਾ ਜਿਹੜਾ ਚੇਲਾ ਆ ਉਹਨੂੰ ਪਹਿਲਾਂ ਸੁਣੀਏ ਵੀ ਵਡਿਆਈ ਦੇ ਵਿੱਚ ਉਹ ਕਹਿਣਾ ਕੀ ਚਾਹੁੰਦਾ ਆ। ਠੀਕ ਆ ਜੀ, ਹਾਂਜੀ ਚਲੋ। ਆਨੰਦ ਸਿੰਘ ਜੀ 24 ਘੰਟਿਆਂ ਦੇ ਵਿੱਚ ਇੱਕ ਤੋਲਾ ਅੰਨ ਛਕਦੇ ਸੀ, ਇੱਕ ਤੋਲਾ ਅੰਨ ਛਕਦਣਾ, ਜਿਹਦੀ ਜੇ ਆਪਾਂ ਵਿਚਾਰ ਕਰੀਏ ਕੇਵਲ 10 ਗ੍ਰਾਮ ਪ੍ਰਸ਼ਾਦ, 10 ਗ੍ਰਾਮ ਭੋਜਨ। ਕਿੰਨੀ ਹੈਰਾਨੀ ਦੀ ਗੱਲ ਆ ਵੀ ਜਦੋਂ ਇਹ ਬੰਦੇ ਗੱਪ ਮਾਰਦੇ ਆ, ਜਦੋਂ ਕੁਛ ਕਹਿੰਦੇ ਆ, ਉਦੋਂ ਕੋਮਨ ਸੈਂਸ ਜਿਹੜੀ ਆ ਇਹਨਾਂ ਦੀ ਕਿੱਥੇ ਗਈ ਹੁੰਦੀ ਆ। ਠੀਕ ਆ ਜੀ, ਕਿੰਨੀ ਹੈਰਾਨੀ ਵੀ 10 ਗ੍ਰਾਮ ਅੰਨ ਛਕਣਾ, 10 ਗ੍ਰਾਮ ਭੋਜਨ। ਹੁਣ ਜਾਂ ਤਾਂ ਪਤਾ ਨਹੀਂ ਇਹਦੇ ਅਰਥ ਇਹ ਹੋਣੇ ਆ ਵੀ ਅੰਨ ਜਾਣੀ ਆਟਾ ਜਿਹੜਾ ਆ ਸਿਰਫ ਇੱਕ ਤੋਲਾ 10 ਗ੍ਰਾਮ ਛਕਣਾ ਆ, ਅਤੇ ਬਾਕੀ ਹੋਰ ਵੀ ਜਾਣੀ ਜੋ ਹੁਣ ਹੋਵੇ ਵੀ ਚਲੋ ਜੀ ਚੌਲ ਪਤਾ ਨਹੀਂ ਅੰਨ 'ਚ ਆਉਂਦੇ ਜੀ, ਕਹਿਣ ਵੀ ਨਹੀਂ ਜੀ ਰਾਜਮਾਂਹ ਅੰਨ 'ਚ ਨਹੀਂ ਆਉਂਦੇ। ਮੈਂ ਤਾਂ ਸੋਚਦਾ, ਮੈਂ ਕਿਹਾ 4 ਕੁ ਰਾਜਮਾਂਹ ਮਸੀਂ ਚੜ੍ਹਦੇ ਹੋਣੇ ਆ 10 ਗ੍ਰਾਮ ਦੇ ਵਿੱਚ, ਵੀ ਉਹ ਜਦੋਂ ਰਿੱਝੇ ਹੁੰਦੇ ਆ ਵਿੱਚ ਪਾਣੀ ਵੀ ਭਰਿਆ ਹੁੰਦਾ, ਭਾਰ ਜ਼ਿਆਦਾ ਹੋਇਆ ਹੁੰਦਾ। ਬਾਕੀ ਪਤਾ ਨਹੀਂ ਅਜੇ ਇਹਨਾਂ ਦੀ ਥਿਊਰੀ ਕੀ ਹੋਊਗੀ, ਪਰ ਜਿਹੜੇ ਬੰਦੇ ਇਹਨਾਂ ਨੂੰ ਸੁਣਦੇ ਆ, ਇਹਨਾਂ ਨੂੰ ਮੰਨਦੇ ਆ, ਇਹਨਾਂ ਨੂੰ ਫੋਲੋ ਕਰਦੇ ਆ, ਉਹਨਾਂ ਨੂੰ ਬੇਨਤੀ ਜ਼ਰੂਰ ਹੁੰਦੀ ਆ ਵੀ ਤੁਸੀਂ ਸਮਝ ਜਿਆ ਕਰੋ, ਥੋੜ੍ਹਾ ਬਹੁਤ ਫੇਰ ਕਰਿਆ ਕਰੋ। ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਗੱਲਾਂ ਨੂੰ, ਜਦੋਂ ਸਿੱਖ ਧਰਮ ਦੀ ਗੱਲ ਹੋਣੀ ਆ, ਜਦੋਂ ਬੰਦੇ ਬ੍ਰਹਮ ਗਿਆਨੀ ਬਣ ਕੇ ਵਿਚਰਨੇ ਆ, ਜਦੋਂ ਜ਼ਿੰਮੇਵਾਰ ਬੰਦੇ ਹੋਣੇ ਆ ਉਹ ਬਾਬਾ ਆਨੰਦ ਸਿੰਘ ਵਰਗੇ, ਫਿਰ ਦੁਨੀਆਂ ਨੇ ਜਦੋਂ ਸਿੱਖ ਧਰਮ ਨੂੰ ਇਸ ਨਜ਼ਰੀਏ ਨਾਲ ਦੇਖਣਾ ਆ ਵੀ ਜਿਹੜੀਆਂ ਗੱਲਾਂ ਇਹ ਬੰਦੇ ਕਰਦੇ ਆ, ਜਿਹਨਾਂ ਨੂੰ ਮਹਾਨ ਕਹਿੰਦੇ ਆ, ਉਹ ਗੱਪਾਂ ਕਿੰਨੀਆਂ ਮਾਰਦੇ, ਝੂਠ ਕਿੰਨੇ ਬੋਲਦੇ ਸੀ। ਹਾਂਜੀ, ਮਹਾਂਪੁਰਖਾਂ ਨੇ ਤੇ ਕਿਸੇ ਨੇ ਕਿਹਾ ਬਾਬਾ ਜੀ ਨਾਮ ਵਿੱਚ ਭਿੱਜੇ ਹੋਏ ਹੋ, ਬੰਦਗੀ ਵਿੱਚ ਰਤੇ ਹੋਏ ਹੋ, ਜੇ ਛਕਣਾ ਤੇ ਰੱਜ ਕੇ ਛਕੋ ਤੇ ਜੇ ਨਹੀਂ ਛਕਣਾ ਤੇ ਇੱਕ ਤੋਲਾ ਵੀ ਨਾ ਛਕੋ, ਫਿਰ ਏਦਾਂ ਹੀ ਚੰਗੇ ਹੋ। ਤੇ ਬਾਬਾ ਆਨੰਦ ਸਿੰਘ ਨੇ ਕਿਹਾ ਗੁਰਮੁਖੋ ਅਸੀਂ ਇੱਕ ਗ੍ਰਾਈ ਇੱਕ ਤੋਲਾ ਤਾਂ ਛਕਦੇ ਹਾਂ ਕਿਉਂਕਿ ਸਾਡੇ ਬਾਪੂ ਦਾ ਹੁਕਮ ਹੈ, ਸਾਡੇ ਬਾਪੂ ਦੀ ਆਵਾਜ਼ ਹੈ ਕਿ ਅੰਨ ਛੋੜ ਜੋ ਕਰੇ ਪਖੰਡ, ਨਾ ਉਹ ਸੁਹਾਗਣ ਨਾ ਉਹ ਰੰਡ। ਦੱਸ ਉਹ ਕਬੀਰ ਸਾਹਿਬ ਦਾ ਸ਼ਲੋਕ ਆ ਖੋਤਿਆ, ਤੂੰ ਸ਼ਲੋਕ ਤਾਂ ਸਹੀ ਪੜ੍ਹ ਲਾ ਜਾਣੀ। ਅੰਨ ਛੋੜ ਜੋ ਕਰੇ ਪਖੰਡ, ਗੁਰਬਾਣੀ ਦੀ ਪੰਕਤੀ ਜਿਹੜੀ ਆ ਉਹ ਹੈਗੀ ਆ ਛੋੜੈ ਅੰਨ ਕਰੈ ਪਖੰਡ ਨਾ ਸੁਹਾਗਣ ਨਾ ਉਹ ਰੰਡ। ਵੀ ਤੂੰ ਬੈਠਾ ਸੰਘ ਪਾੜੀ ਜਾਣਾ, ਤੈਨੂੰ ਬ੍ਰਹਮ ਗਿਆਨੀ ਦੇ ਕੱਛੇ ਤੁਹਾਨੂੰ ਪਤਾ, ਉਹਨਾਂ ਦੇ ਸਾਈਜ਼ ਤੁਹਾਨੂੰ, ਉਹਦੀਆਂ ਖੜਾਵਾਂ ਦਾ ਪਤਾ, ਟੋਲਟਾਂ ਦਾ ਪਤਾ ਤੁਹਾਨੂੰ, ਇਹ ਪਤਾ ਵੀ ਅਨਾਜ ਖਾਂਦੇ ਕਿੰਨਾ ਸੀ, ਹੱਗ ਦੇ ਕੀ ਸੀਗੇ ਕਿ ਨਹੀਂ ਸੀਗੇ, ਮੋਰੀਆਂ ਬੰਦ ਸੀ, ਆਹ ਤੁਹਾਨੂੰ ਨੌਲੇਜ ਹੈਗੀ ਆ। ਗੁਰਬਾਣੀ ਦੀ ਪੰਕਤੀ ਨਹੀਂ ਪਤਾ ਤੈਨੂੰ ਜਾਣੀ, ਤੂੰ ਐਗਜ਼ਾਮਪਲ ਦੇਣੀ ਆ ਕਿੱਥੋਂ ਕਿਹੜੇ ਗ੍ਰੰਥਾਂ 'ਚ ਇਹ ਬੰਦੇ ਲੈ ਕੇ ਇਹ ਕੁਛ ਆਉਂਦੇ ਆ ਵੀ 10 ਗ੍ਰਾਮ ਜਾਣੀ ਇੱਦਾਂ ਇੱਕ ਤੋਲਾ ਛੱਕ ਕੇ ਕਿੱਦਾਂ ਸਰੀਰ ਰਹਿ ਸਕਦਾ ਆ, ਜਿਹੜੇ ਸਰੀਰ ਨੂੰ ਪੌਸ਼ਟਿਕ ਤੱਤ ਚਾਹੀਦੇ ਆ ਉਹ ਕਿੱਥੋਂ ਪੂਰੇ ਹੁੰਦੇ ਹੋਣਗੇ, ਕਿੰਨੀਆਂ ਕੈਲੋਰੀ ਤੁਹਾਡੇ ਜਾਣੀ। ਤੁਸੀਂ ਅਗਲੇ ਤਾਂ ਕਹਿੰਦੇ ਵੀ ਤੁਸੀਂ ਵੈਸੇ ਹੀ ਹੱਥ ਨੂੰ ਚੱਕ ਕੇ ਇੱਦਾਂ ਕੰਨ ਦੇ ਉੱਤੇ ਖਾਜ ਵੀ ਕਰਦੇ ਆ ਤਾਂ 10-15 ਕੈਲੋਰੀ ਤੁਹਾਡੀਆਂ ਸੜ ਜਾਂਦੀਆਂ ਉਹਨੇ ਨਾਲ। ਜਿਹੜੀ ਐਨਰਜੀ ਮਿਲਣੀ ਆ ਬੋਡੀ ਨੂੰ, ਤਾਕਤ ਚਾਹੀਦੀ, ਕਿੱਥੋਂ ਮਿਲਣੀ ਆ ਉਹ, ਕੀ ਪੈਮਾਨਾ ਆ ਜਾਣੀ। ਫਿਰ ਇਹ ਕਹਿੰਦੇ ਵੀ ਸਾਨੂੰ ਆ ਜਾਂਦੇ ਮੁੜ ਕੇ, ਉਹ ਕਹਿੰਦਾ ਸੀ, ਕਹਿੰਦਾ ਠਾਕੁਰ ਤੁਹਾਨੂੰ ਪਸ਼ੂ ਨਾ ਕਿਹਾ ਕਰੋ, ਹੋਰ ਕੀ ਕਹਿਣਾ ਤੁਸੀਂ ਯਾਰ, ਜੇ ਇਹਨਾਂ ਨੂੰ ਉਸ ਤਲ ਤੋਂ ਉੱਚਾ ਕਹਿਣਾ ਆ ਤਾਂ ਹੋਰ ਕੀ ਆ, ਕੀ ਕਿੱਦਾਂ ਫਿਰ ਕਰੂੰਗੇ ਤੁਸੀਂ ਇਨਸਾਨੀਅਤ ਦੇ ਨਾਲ। ਸਾਡੇ ਨਾਲ ਸਰੋਤੇ ਆ ਜੀ, ਵਟਸਐਪ 'ਤੇ ਤੁਸੀਂ ਆਉਂਦੇ ਰਹੋ ਜੀ। ਹੈਲੋ ਜੀ, ਨਹੀਂ ਜੀ ਮੈਨੂੰ ਲੱਗਦਾ ਕਾਲ ਡਰੋਪ ਹੋ ਗਈ ਹੈ। ਭਈ ਇੰਨਾ ਅੰਨ ਫੇਰ ਜਾਣੀ, ਇੰਨਾ ਧੱਕਾ, ਇਸ ਤਰੀਕੇ ਨਾਲ ਇਹ ਬੰਦੇ ਸੋਚ ਕੇ ਗੁਰੂ ਸਾਹਿਬ ਦੇ ਨਾਲ ਕਿੱਦਾਂ ਨਿਆਂ ਕਰਨਗੇ ਜਦੋਂ ਇਹਨਾਂ ਦੇ ਕੋਲੋਂ, ਕਾਹਦੀ ਆਸ ਰੱਖਾਂਗੇ ਅਸੀਂ ਜਿਸ ਤਰੀਕੇ ਨਾਲ ਇਹ ਕਹਿ ਰਹੇ ਆ। ਹਾਂਜੀ, ਜਿਵੇਂ ਸਾਡਾ ਬਾਪੂ ਸਾਨੂੰ ਕਹਿੰਦਾ ਹੈ ਅਸੀਂ ਬਾਪੂ ਦੇ ਹੁਕਮ ਵਿੱਚ ਚੱਲਦੇ, ਅਸੀਂ ਆਪਣੇ ਪਿਤਾ ਦੇ ਹੁਕਮ ਵਿੱਚ। ਭਈ ਹੁਣ ਜਾਣੀ
ਗੁਰੂ ਦੀ ਗੱਲ ਆ ਜੇ ਕਹੀ ਆ, ਇਹ ਗੱਲ ਕਿੱਥੇ ਕਹਿ ਦਿੱਤੀ ਗੁਰੂ ਸਾਹਿਬ ਨੇ ਭਈ ਭਈ ਤੁਸੀਂ ਭੁੱਖੇ ਰਹੋ? ਇਹ ਗੱਲ ਕਿਹੜੇ ਧਰਮ ਦੀ ਆ? ਕਿੱਦਾਂ ਕਿੱਦਾਂ ਇਨਸਾਨ ਦੇ ਅੰਦਰ ਆਈ ਆ ਵੀ ਮੈਂ ਕੁਛ ਖਾਣਾ ਨਹੀਂ ਹੈਗਾ? ਹਾਂ ਠੀਕ ਆ, ਸਰੀਰ ਨੂੰ ਮੁੱਖ ਰੱਖ ਕੇ ਤੁਸੀਂ ਆਪਣੀਆਂ ਲੋੜਾਂ ਨੂੰ ਮੁੱਖ ਰੱਖ ਕੇ ਆਲੇ ਦੁਆਲੇ ਨੂੰ ਦੇਖ ਕੇ ਤੁਸੀਂ ਖਾਂਦੇ ਆ, ਵਧੀਆ ਗੱਲ ਆ, ਚੰਗੀ ਗੱਲ ਆ, ਪਰ ਉਹਦੇ ਇਹ ਅਰਥ ਕਿੱਦਾਂ ਹੋ ਗਿਆ ਵੀ ਤੁਸੀਂ ਬਿਲਕੁਲ ਖਾਣਾ ਹੀ ਨਹੀਂ ਹੈਗਾ, 10 ਗ੍ਰਾਮ ਖਾਣਾ ਹੈ ਤੁਸੀਂ, ਅਤੇ ਸ਼ਲੋਕ ਦੇ ਇਹ ਅਰਥ ਕਿੱਥੇ ਕਿਸੇ ਨੇ ਕੱਢ ਦਿੱਤੇ? ਠੀਕ ਆ ਜੀ, ਇਸੇ ਮਹਿਰੂ ਦੀ ਇੱਕ ਹੋਰ ਆ, ਇਹਨੂੰ ਇਹ ਵੀ ਮਿੰਟ ਦਾ ਕਲਿੱਪ ਆ, ਇਹਨੂੰ ਇਹਨੂੰ ਸੁਣ ਕੇ ਦੇਖ ਲਓ ਪਹਿਲਾਂ। ਹਾਂਜੀ, ਜੋ ਸਾਹਿਬ ਚਲੀ ਗਈ ਬਾਬਾ ਜੀ ਮਾਂ ਰਾਮ ਸਿੰਘ ਜੀ ਕੋਲ, ਸਾਡਾ ਆਹ ਹਾਲ ਹੈ, ਅਸੀਂ ਗੁਰੂ ਕੋਲੇ ਕਿਉਂ ਕਿਵੇਂ ਆਉਣੇ ਆ? ਧਿਆਨ ਲਿਖ ਸੁਣਿਓ ਹੁਣ, ਸੰਗਤ ਪੁੱਛੋ ਸਾਹਿਬ ਚਲੀ ਗਈ ਜਾ ਕੇ ਬਾਬਾ ਜੀ ਨੂੰ, ਕਹਿੰਦੀ ਬਾਬਾ ਜੀ ਮੀਂਹ ਨੀ ਪੈਂਦਾ, ਹਵਾ ਨੀ ਚੱਲਦੀ, ਅਸੀਂ ਮਰ ਗਏ ਗਰਮੀ ਚ। ਜਾਣੀ ਬਈਏ ਬਈਏ ਕਤੀੜ ਜਿਹੜੀ ਆ ਨਾ, ਇਹ ਇਕੱਠੀ ਹੋਈ ਓ ਆ ਸਾਧਾਂ ਦੇ ਡੇਰਿਆਂ ਤੇ, ਜਾ ਜਾ ਕੇ ਅੰਮ੍ਰਿਤ ਛੱਕ ਕੇ ਗਾਉਣਾ ਆਉਂਦਾ, ਗਲੇ ਸਾਫ ਆ, ਬਾਜੇ ਸਿੱਖ ਲਏ ਆ। ਅਸੀਂ ਜਦੋਂ ਮਿਸ਼ਨਰੀਆਂ ਦੀ ਵੀ ਗੱਲ ਕਰਦੇ ਹਾਂ, ਤਿਆਰ ਕਰਨ ਦੀ, ਜੱਥਿਆਂ ਦੇ ਤਿਆਰ ਕਰਨ ਦੀ ਗੱਲ ਕਰਦੇ ਹਾਂ, ਦਿਨੋਂ ਦਿਨੋਂ ਜਿਹੜੀ ਧਾਰਨਾ ਆ ਨਾ ਉਹਦੇ 'ਤੇ ਮੋਹਰ ਲੱਗਦੀ ਜਾ ਰਹੀ ਆ ਵੀ ਇਹ ਮੰਗ ਖਾਣੇ ਲੋਕ, ਪਾਟੜੇ ਲੋਕ ਜਿਹੜੇ ਆ ਨਾ, ਸੋਹਲੇ ਗਾਉਣ ਵਾਲੇ ਲੋਕ, ਜਿਹੜੇ ਸਿਹਰੇ ਵਿਆਹਾਂ 'ਤੇ ਸਿਹਰੇ ਪੜ੍ਹਨ ਵਾਲੇ ਲੋਕ। ਕੋਈ ਟਾਈਮ ਸੀ ਜਦੋਂ ਵਿਆਹਾਂ ਸ਼ਾਦੀਆਂ 'ਤੇ ਸਿਹਰੇ ਪੜ੍ਹਨ ਦੇ ਲਈ ਅਤੇ ਮਰਿਆਂ ਹੋਇਆਂ ਦੀਆਂ ਮਕਾਨਾਂ ਦੇਣ ਦੇ ਲਈ ਇੱਦਾਂ ਲੋਕਾਂ ਨੂੰ ਪੈਸੇ ਦੇ ਦੇ ਕੇ ਲਿਆਂਦਾ ਜਾਂਦਾ ਸੀ, ਕਿੱਤੇ ਵਾਲੇ ਲੋਕ ਜਿਹੜੇ ਹੁੰਦੇ ਸੀ। ਇਹੋ ਜਿਹੇ ਲੋਕਾਂ ਨੇ ਆ ਕੇ ਡੇਰੇ ਜਿਹੜੇ ਆ ਉਹ ਪ੍ਰਚਾਰਕਾਂ ਦੇ ਤੌਰ 'ਤੇ ਸਾਡੇ ਧਰਮ ਦੇ ਅੰਦਰ ਲਾ ਲਏ ਆ, ਐਡੀ ਦੂਰ 'ਤੇ ਪਹੁੰਚ ਗਏ ਆ। ਠੀਕ ਆ, ਜਦੋਂ ਇਹ ਬੰਦੇ ਵਡਿਆਈ ਕਰਦੇ ਆ, ਨਾ ਇਹਨਾਂ ਨੂੰ ਵਡਿਆਈ ਦੀ ਸਮਝ ਆ, ਨਾ ਗੁਰੂ ਸਾਹਿਬ ਦੀ। ਸੰਤੋਖ ਸਿੰਘ ਨੂੰ ਵੀ ਪੜ੍ਹ ਕੇ ਦੇਖ ਲਓ, ਜਿੱਥੇ ਜਿੱਥੇ ਗੁਰੂ ਸਾਹਿਬ ਦੀ ਵਡਿਆਈ ਕਰਨੀ ਚਾਹੁੰਦਾ ਉੱਥੇ ਸੱਤਿਆਨਾਸ਼ ਮਾਰਦਾ। ਉਹਦਾ ਕਾਰਨ ਇਹ ਆ ਵੀ ਸ਼ਾਇਦ ਉਹਨਾਂ ਨੂੰ ਖੁਦ ਨੂੰ ਸਮਝ ਨਹੀਂ ਉਹਨਾਂ ਗੱਲਾਂ ਦੀ। ਠੀਕ ਆ ਜੀ, ਸਾਡੇ ਨਾਲ ਸਰੋਤੇ ਆ ਜੀ ਵਟਸਐਪ ਦੇ ਉੱਤੇ, ਤੁਸੀਂ ਆਉਣੇ ਰਹੋ ਜੀ। ਹਾਂਜੀ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ। ਹਾਂਜੀ, ਤੇ ਭਾਜੀ ਨਾਨਕਸਰੀਆਂ ਦੀ ਗੱਲ ਕਰਦੇ ਸੀਗੇ, ਚੱਲਦੀ ਸੀ ਹੁਣ। ਹਾਂਜੀ, ਇਹ ਤਾਂ ਭਾਜੀ ਤੁਸੀਂ ਕਹਿੰਦੇ ਹੋ ਕਿੱਥੋਂ ਪੜ੍ਹਦੇ ਆ, ਕਿਹੜੀਆਂ ਕਿਤਾਬਾਂ ਚ ਪੜ੍ਹਦੇ ਆ, ਮਤਲਬ ਪਖੰਡ ਦੀ ਮਤਲਬ ਐਡੀ ਵੱਡੀ ਦੁਕਾਨ ਆ ਇਹ, ਤੇ ਆਪ ਹੀ ਇਹਨਾਂ ਨੇ ਕਹਾਣੀਆਂ ਘੜੀਆਂ ਹੋਈਆਂ ਬਈ, ਕਦੇ ਕਹਿੰਦੇ ਉਹ ਮਹਾਰਾਣੀ ਐਲਜਾਬੈਥ ਉੱਥੇ ਰਹਿੰਦੀ ਹੁੰਦੀ ਸੀ ਪੁੱਛੋ, ਤੇ ਕਦੇ ਉਹ ਬਾਬੇ ਆਨੰਦ ਸਿੰਘ ਦੇ ਨਾਂ ਦੇ ਉੱਤੇ ਉਹ ਕਿੱਲੀ ਬੰਨਦੇ ਹੁੰਦੇ ਸੀ, ਕਿੱਲੀ ਨਾਲ ਕੇਸ ਬੰਨ ਕੇ, ਕਦੇ ਆ ਕਹਿੰਦੇ ਭੁੱਖਾ ਕੋਈ ਰਹਿੰਦਾ ਸੀਗਾ, ਮਤਲਬ ਬਹੁਤ ਵੱਡਾ ਮਤਲਬ ਪਖੰਡ ਆ। ਪਤਾ ਨਹੀਂ ਦੇਖ ਲਓ ਤੁਸੀਂ ਲੋਕ ਇਹਨਾਂ ਦੇ ਮਗਰ ਜਿਹੜੇ ਲੱਗੇ ਹੋਏ ਆ ਕਿੱਦਾਂ ਸੁਣੀ ਜਾਂਦੇ ਆ ਸਾਹਮਣੇ ਬੈਠ ਕੇ, ਤੇ ਉੱਥੇ ਉਹਨਾਂ ਨੇ ਕੁਰਸੀਆਂ ਰੱਖੀਆਂ ਹੋਈਆਂ, ਕਿਸੇ ਨੇ ਕੁਛ ਰੱਖਿਆ ਹੋਇਆ ਪੂਜਣ ਵਾਸਤੇ, ਉਹਨੂੰ ਮੱਥਾ ਟੇਕੀ ਜਾਂਦੇ ਆ ਲੋਕ, ਤੇ ਉਹ ਗੁਰੂ ਗ੍ਰੰਥ ਸਾਹਿਬ ਇਹਨਾਂ ਨੇ ਮਗਰ ਰੱਖੇ ਹੁੰਦੇ ਆ ਕੰਧ ਦੇ ਨਾਲ, ਤੇ ਉਹ ਪੂਰੇ ਸਾਧ ਦੀ ਕੁਰਸੀ ਲਾਈ ਹੁੰਦੀ ਆ, ਤੇ ਉੱਥੇ ਕੋਈ ਕਹਿੰਦਾ ਨਲਕਾ ਸੀ ਇਹਦੇ ਬਾਬਾ ਜੀ ਇਹਦੇ ਥੱਲੇ ਨਹਾਉਂਦੇ ਹੁੰਦੇ ਸੀ, ਉਹਨੂੰ ਲੋਕ ਮੱਥਾ ਟੇਕੀ ਜਾਂਦੇ ਆ, ਤੇ ਮਤਲਬ ਐਡੀ ਵੱਡੀ ਪਖੰਡ ਦੀ ਦੁਕਾਨ ਹੈ, ਤੁਸੀਂ ਮਤਲਬ ਕਹਿ ਨੀ ਸਕਦੇ। ਮੈਂ ਮੇਰਾ ਪਿੰਡ ਉਧਰ ਹੀ ਆ ਬਰਨਾਲੇ ਕੋਲੇ, ਤੇ ਮੈਂ ਇੱਥੇ ਮੈਂ ਕੈਲੀਫੋਰਨੀਆ ਰਹਿੰਦਾ ਗਾ, ਤੇ ਕਾਫੀ ਦੇਰ ਤੋਂ ਮੈਂ ਤੁਹਾਨੂੰ 3-4 ਸਾਲ ਤੋਂ ਸੁਣਦਾ, ਪਹਿਲੇ ਦਿਨ ਕੀਤੀ ਹੈ। ਤੇ ਫਿਰ ਇੱਕ ਗੱਲ ਮੈਂ ਕਰਨੀ ਸੀ, ਉਹ ਦੂਜੀ ਪਿਛਲੇ ਦਿਨ ਚੱਲਦੀ ਸੀ ਵੀ ਆਪਣੇ ਉਹ ਗ੍ਰੰਥੀਆਂ ਨੇ ਕੇਸ ਕਰਤਾ ਵੀ ਉਹ ਹੋ ਗਿਆ ਏਦਾਂ ਹਨਾ, ਤੇ ਇੱਥੇ ਫਰਿੱਜ ਨੂੰ ਤੁਸੀਂ ਯਕੀਨ ਕਰੋ ਭਾਜੀ ਵੀ ਗੁਰਦੁਆਰਾ ਇਹਨਾਂ ਦਾ ਟਕਸਾਲੀਆਂ ਦਾ, ਧੁੰਨਾ ਹੀ ਉਹਨੂੰ ਆਨ ਕਰਦਾ ਉਸ ਗੁਰਦੁਆਰੇ, ਤੇ ਉੱਥੇ ਹੁਣ ਤੁਸੀਂ ਦੇਖ ਲਓ ਵੀ ਗ੍ਰੰਥੀਆਂ ਦੇ ਨਾਲ ਮੈਂ ਮੇਰੇ ਨਾਲ ਕੋਈ ਗੱਲ ਕਰ ਸਕਦਾ, ਮਤਲਬ $600 ਮਹੀਨੇ ਦੇ ਉੱਤੇ ਹਨਾ ਉਹਨਾਂ ਨੇ ਇੱਕ ਗ੍ਰੰਥੀ ਨੂੰ ਰੱਖਿਆ ਉੱਥੇ 10 ਸਾਲ, ਤੇ ਵੀ ਤੈਨੂੰ ਪੱਕਾ ਕਰਾਵਾਂਗੇ। ਅੱਛਾ, ਫਿਰ ਉਹਨਾਂ ਨੇ ਉੱਥੇ ਲਾਂਗਰੀ ਰੱਖਿਆ ਹੋਇਆ ਸੀ $1,000 ਦੇ ਉੱਤੇ, ਤੇ ਉਹਨੂੰ ਉਹ ਤੋਂ 5-6 ਸਾਲ ਕੰਮ ਲਿਆ। ਤਕਰੀਬਨ 2 ਬੰਦਿਆਂ ਨੂੰ ਮੈਨੂੰ ਪਤਾ ਜੀ ਇਹਨਾਂ ਨੂੰ, ਉਹਨਾਂ ਨੇ ਤਨਖਾਹ ਦਿੱਤੀ ਹੈ ਇੱਕ ਉਹਨੂੰ ਤੇ ਇੱਕ ਉਸ ਨੂੰ ਗ੍ਰੰਥੀ, ਤੇ ਉਹ ਫਰੀ ਲੋਕਾਂ ਤੋਂ ਭਾਜੀ ਕੰਮ 5-5 ਸਾਲ 4-4 ਸਾਲ ਉੱਥੋਂ ਕਰਵਾਉਂਦੇ ਆ ਵੀ ਤੁਹਾਨੂੰ ਪੱਕੇ ਕਰਾਵਾਂਗੇ, ਤੁਹਾਨੂੰ ਗ੍ਰੀਨ ਕਾਰਡ ਦਵਾਵਾਂਗੇ। ਮੈਨੂੰ ਤਾਂ ਲੱਗਦਾ ਵੀ ਇਹ ਗ੍ਰੰਥੀ ਵੀ ਉਹੀ ਜੁੱਤੀਆਂ ਦੇ ਲੈ ਕੇ ਆ, ਸੂਤ ਵੀ ਉੱਥੇ ਹੀ ਆਉਂਦੇ ਆ ਇਹ। ਨਾ ਉਹ ਕਮੇਟੀਆਂ ਨਾ ਸਾਰਾ ਦਿਨ ਇਹਨਾਂ ਨੂੰ ਕੁੱਤਿਆ ਬਿੱਲਿਆ ਕਰਦੀਆਂ ਵੀ ਪਕੌੜੇ ਲਿਆ ਕੱਢ ਕੇ ਆਹ ਕਰ ਆਹ ਕਰ। ਹਾਂਜੀ, ਜਦੋਂ ਉਹ ਆਉਂਦਾ ਹੈ ਨਾ ਕੋਈ ਪ੍ਰਧਾਨ ਜਾਂ ਕੋਈ ਉੱਥੇ ਜਿਹੜੇ 2-3 ਬੰਦੇ ਉਹਨਾਂ ਨੇ ਕਮੇਟੀ ਨੀ ਬਣਾਈ ਹੋਈ, ਤੇ ਉਹਨਾਂ ਨੇ 2-3 ਬੰਦਿਆਂ ਦੀ ਉੱਦਾਂ ਹੀ ਬਣਾਈ ਹੋਈ ਆ ਟਰੱਸਟ ਜਾ ਕੇ, ਉਹਦੇ ਵਿੱਚ ਇੱਕ ਧੁੰਮਾ ਹੈਗਾ, ਇੱਕ ਇੱਥੇ ਸਾਡੇ ਹੋਰ ਆ ਡਾਕਟਰ ਤੇ 3 ਕੁ ਬੰਦੇ ਆ, ਤੇ ਉਹਦੇ ਪਰਸਨਲ ਹੀ ਬੰਦੇ ਆ, ਇੱਕ ਇਹਦੇ ਵਿੱਚ ਭਿੰਡਰਾਂ ਵਾਲੇ ਦੇ ਮੁੰਡੇ ਦਾ ਸਾਲਾ ਹੈਗਾ ਇੱਥੇ ਰਹਿੰਦਾ,
ਉਹ ਆ ਉਹ ਪੈਸੇ ਪੂਸੇ ਸਾਰੇ ਆਪਸ ਵਿੱਚ ਵੰਡ ਲੈਂਦੇ ਆ ਉਹ ਤੇ ਜਿਹੜਾ ਕੁਛ ਵੀ ਹੁੰਦਾ ਕਿਸੇ ਨੂੰ ਕੋਈ ਹਿਸਾਬ ਨੀ ਕਿਸੇ ਨੂੰ ਕੁਛ ਨੀ ਤੇ ਉਹ ਗ੍ਰੰਥੀਆਂ ਨੂੰ ਇੱਦਾਂ ਰੱਖਦੇ ਆ ਮਤਲਬ ਜੁੱਤੀ ਦੇ ਥੱਲੇ ਲਾ ਕੇ ਹਨਾ ਤੇ ਉਹ ਜਿਹੜੇ ਬੰਦੇ ਹੁਣ ਇੱਥੇ ਜਿਹੜੇ ਕਹਿੰਦੇ ਆ ਦੇਖੋ ਜੀ ਉਹਨਾਂ ਨੇ ਸ਼ੋਸ਼ਣ ਕੀਤਾ ਉਹ ਫਸ ਗਏ ਆ ਜੀ ਉਹਨਾਂ ਨੂੰ ਏਦਾਂ ਇਹਨਾਂ ਨੂੰ ਪੁੱਛੇ ਵੀ ਤੁਹਾਡੀ ਆਪਦੀ ਔਕਾਤ ਕੀ ਹੈ ਤੁਸੀਂ ਕਿੱਦਾਂ ਦਾ ਟ੍ਰੀਟ ਕਰਦੇ ਹੋ ਉੱਥੇ ਇਹ ਮੈਨੂੰ ਤਾਂ ਲੱਗਦਾ ਸੂਤ ਵੀ ਏਦਾਂ ਹੀ ਆਉਂਦੇ ਆ ਗ੍ਰੰਥੀ ਆ ਜਿਹੜੇ ਪਤਾ ਪਤਾ ਜੀ ਪਤਾ ਸੂਤ ਏਦਾਂ ਹੀ ਆਉਂਦੇ ਕੋਈ ਸ਼ੱਕ ਨੀ ਪਤਾ ਹੈ ਜੀ ਉਹਨਾਂ ਨੂੰ ਵੀ ਪਤਾ ਹੈ ਨਿਊਜ਼ੀਲੈਂਡ ਦੇ ਵਿਚ ਵੀ ਏਦਾਂ ਹੀ ਕਾਰਡ ਰੱਖੇ ਹੋਆ ਕਮੇਟੀਆਂ ਨੇ ਗ੍ਰੰਥੀਆਂ ਦੇ ਏਟੀਐਮ ਕਾਰਡ ਪੈਸੇ ਆਪ ਕਢਾ ਲੈਂਦੇ ਆ ਗੱਲਾਂ ਮਾਰੀ ਜਾਂਦੇ ਆ ਉਹ ਤਾਂ ਸਾਰੇ ਬਸ਼ਰਮ ਇਕੱਠੇ ਹੁਣ ਪੰਗਾ ਇਹ ਆ ਜੇ ਅਸੀਂ ਇਸ ਰਾਹ ਤੇ ਤੁਰਦੇ ਆ ਤੇ ਸਾਨੂੰ ਜਿਹੜੇ ਬਾਕੀ ਕੰਮ ਆ ਸਾਡੇ ਉਹ ਰਹਿ ਜਾਣੇ ਆ ਜੇ ਹੁਣ ਅਸੀਂ ਗ੍ਰੰਥੀ ਇਕੱਠੇ ਕਰਨ ਲੱਗ ਪਏ ਠੀਕ ਆ ਮੈਨੂੰ ਉਹ ਕੇਸ ਹੋਣ ਤੋਂ ਬਾਅਦ 4-5 ਫੋਨ ਆ ਗਏ ਆ ਪਰ ਪੰਗਾ ਇਹ ਵੀ ਜੇ ਅਸੀਂ ਉਹਨਾਂ ਨੂੰ ਲੈ ਕੇ ਕੇਸ ਕਰਨ ਦੇ ਰਾਹ ਤੁਰੇ ਤੇ ਸਾਡੀ ਐਨਰਜੀ ਬਹੁਤ ਵੇਸਟ ਹੋਣੀ ਆ ਸਾਡਾ ਆਪਣਾ ਸੋਰੀ ਸੋਰੀ ਜੀ ਤੁਹਾਡੀ ਆਵਾਜ਼ ਬੰਦ ਹੋ ਗਈ ਸੀ ਹਾਂਜੀ ਹਾਂਜੀ ਮੈਂ ਤਾਂ ਇਹੀ ਕਹਿੰਦਾ ਸੀ ਬਈ ਇਹਨਾਂ ਮੈਨੂੰ ਧਿਆਨ ਹੀ ਨਾ ਦੇਵੇ ਇਹਨਾਂ ਨੇ ਤਾਂ ਲੱਗੇ ਰਹਿਣਾ ਤੇ ਆਪਦਾ ਕੰਮ ਕਰਦੇ ਰਹੋ ਭਾਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਕੋਈ ਗੱਲ ਨੀ ਜੀ $1,00,000 ਆ ਤਾਂ ਕਿ ਸੰਗਤ ਦਾ ਹੀ ਸੀਗਾ ਜੇ ਉਹ ਚੀਜ਼ ਜਿਹੜੇ ਪੈਸੇ ਗੁਰਦੁਆਰੇ ਦੇ ਵਿੱਚ ਆ ਉਹ ਉਹ ਅਸੀਂ ਕਿਤੇ ਇੱਦਾਂ ਥੋੜੀ ਆ ਗੁਰਦੁਆਰਾ ਇੱਦਾਂ ਦੁਨੀਆਂ 'ਚ ਹੋਇਆ ਕੋਈ ਗੁਰਦੁਆਰਾ ਵੀ ਕਮੇਟੀ ਵਾਲੇ ਜਦੋਂ ਇੱਦਾਂ ਪਤਾ ਲੱਗਾ ਵੀ ਅਸੀਂ ਮਰ ਜਾਣਾ ਤਾਂ ਵੇਚ ਕੇ ਆਪ ਪੈਸੇ ਖਾ ਗਏ ਹੁਣ ਉਹ ਛੇੜੀਏ ਨਾ ਆਪਾਂ ਵੀ ਤਾਂ ਕਿ ਇਹ ਕਮਲੇ ਹੈਗੇ ਆ ਜਜ਼ਬਾਤੀ ਬੰਦੇ ਆ ਇਹ ਆਪ ਪੈਸੇ ਇਕੱਠੇ ਕਰ ਕਰਕੇ ਜਗ੍ਹਾ ਫ੍ਰੀ ਕਰ ਦੇਣੀ ਆ ਨੀ ਵੀ 10-15 ਸਾਲ ਹੋਰ ਅਕਸਰ ਮਰੇ ਹੀ ਜਾਣਾ ਨੀ ਤੇ ਇਕੱਠੇ ਹੋ ਕੇ ਸਾਰੇ ਗੁਰਦੁਆਰੇ ਇੱਦਾਂ ਮੁੜ ਕੇ ਭਈ 2-4 ਬੰਦੇ ਹੁੰਦੇ ਆ ਜਦੋਂ ਹੁਣ ਕੇਵਲ ਸਿੰਘ ਭਾਜੀ ਨਾ ਹੋਏ ਮੁੜ ਕੇ ਕਿਹਨੇ ਇੱਥੇ ਟੈਨਸ਼ਨ ਲੈਣੀ ਆ ਸਾਡੇ ਬੰਦੇ ਨੇ ਤਾਂ ਫਟਾਫਟ ਛੱਡ ਕੇ ਹੋਰ ਪਾਸੇ ਕੋਈ ਆਪਣੇ ਕੰਮ ਕਰਨ ਲੱਗ ਪੈਣਾ ਉਹ ਸਗੋਂ ਸਾਨੂੰ ਮਜਬੂਰ ਕਰਨ ਲੱਗੇ ਹੋ ਵੀ ਨਹੀਂ ਨਹੀਂ ਤੁਸੀਂ ਇਹ ਦੇਖੋ 7-8-10 million ਦੀ ਜਿੰਨੀ ਵੀ ਜਗ੍ਹਾ ਹੈਗੀ ਆ ਇਹਨੂੰ ਬਿਉਂਤੋ ਇਹਨੂੰ ਕਿਸੇ ਪਾਸੇ ਲਾਓ ਠੀਕ ਹੈ ਅਸੀਂ ਸਾਡੇ ਨਹੀਂ ਕੰਮ ਦੀ ਹੈਗੀ ਠੀਕ ਹੈ ਤੁਸੀਂ ਇੱਦਾਂ ਕਰਾਉਣੀ ਆ ਤੇ ਚੱਕ ਕੇ ਅਸੀਂ ਚਾਹੇ ਗ੍ਰੰਥੀਆਂ ਨੂੰ ਦਵਾ ਲਓ ਚਾਹੇ ਸਰਕਾਰ ਨੂੰ ਦਵਾ ਲਓ ਹਨਾ ਹੋਰ ਕਿਤੇ ਕਰਾ ਲਓ ਠੀਕ ਕੋਈ ਗੱਲ ਨੀ ਤਾਂ ਕੀ ਨਹੀਂ ਅਸੀਂ ਤਾਂ ਸਾਨੂੰ ਤਾਂ ਪਤਾ ਹੈ ਜੀ ਸਾਨੂੰ ਧੱਕੇ ਖਾਣ ਦੀ ਜਾਂਚ ਆ ਜਿੰਨੇ ਧੱਕੇ ਮਾਰਨਗੇ ਅਸੀਂ ਤਾਂ ਸਟਰੋਂਗ ਹੋਵਾਂਗੇ ਮੁਸੀਬਤਾਂ ਕਹਿੰਦੇ ਤੁਹਾਨੂੰ ਡਿੱਗਣ ਲਈ ਨਹੀਂ ਹੁੰਦੀਆਂ ਸ਼ਕਤੀਸ਼ਾਲੀ ਬਣਾਉਣ ਲਈ ਹੁੰਦੀਆਂ ਬਿਲਕੁਲ ਬਿਲਕੁਲ ਭਾਜੀ ਸਾਨੂੰ ਪਤਾ ਆ ਇੱਕ ਵਾਰੀ ਮੁਸ਼ਕਲ ਆਉਂਦੀ ਆ ਤੇ ਅਸੀਂ ਉਹ ਤੇ 10 ਰਾਹ ਹੋਰ ਲੱਭ ਲਈਦੇ ਆ ਹਰੇਕ ਕੰਮ ਕਰਨ ਦਾ ਜਿਸ ਤਰੀਕੇ ਨਾਲ ਤੁਸੀਂ ਕਰਦੇ ਆ ਨਾ ਉਸ ਕੰਮ ਨੂੰ ਉਹ ਤੋਂ ਵੱਖਰਾ ਤਰੀਕਾ ਵੀ ਹੁੰਦਾ ਆ ਹਾਂਜੀ ਹਾਂਜੀ ਬਿਲਕੁਲ ਭਾਜੀ ਬਈ ਬਸ ਉਹ ਮੌਕਾ ਨਹੀਂ ਮਿਲਦਾ ਲੱਭਣ ਦੀ ਲੋੜ ਹੁੰਦੀ ਆ ਇੱਥੇ ਮੈਂ ਤਾਂ ਦੇਖਦਾ ਸੀ ਨਾ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਵਾਲਾ ਉਹ ਵੀ ਇੱਥੇ ਆ ਇਹਨਾਂ ਨੇ ਮਤਲਬ ਹਨੇਰੀ ਲਿਆ ਰੱਖੀ ਇੱਥੇ ਉਦੋਂ ਉਹਨਾਂ ਦਿਨਾਂ ਦੇ ਵਿੱਚ ਤੇ ਮੈਂ ਚਾਹੁੰਦਾ ਸੀ ਮੈਂ ਗੱਲ ਕਰੀਏ ਕਦੇ ਭਾਜੀ ਨੂੰ ਤੇ ਪਰ ਉਹ ਗੱਲ ਇਹ ਆ ਵੀ ਇੱਥੇ ਰੇਡੀਓ ਪ੍ਰੋਗਰਾਮ ਤੇ ਕਦੇ ਪੋਸਟਾਂ ਕਦੇ ਇਹਨਾਂ ਦੀਆਂ ਹੋਰ ਦੇਖਦੇ ਆ ਮਤਲਬ ਇਹ ਦੇਖਦੇ ਨੀ ਹੈਗੇ ਵੀ ਕੀ ਕਰ ਰਹੇ ਆ ਅਸੀਂ ਹਨਾ ਨਹੀਂ ਨਹੀਂ ਮੂਰਖ ਬੰਦੇ ਆ ਮੂਰਖ ਬੰਦੇ ਆ ਇਹਨਾਂ ਨੇ ਸਾਨੂੰ ਸਾਨੂੰ ਰਾਹ ਦੇ ਦਿੱਤਾ ਸਿਰਫ $1,00,000 ਦੇ ਨਾਲ ਸਾਨੂੰ ਹਮੇਸ਼ਾ ਲਈ ਇੱਦਾਂ ਕੰਨਾਂ ਨੂੰ ਹੱਥ ਲੱਗ ਗਿਆ ਫਿਰ ਇਹਨਾਂ ਤੇ ਦਇਆ ਨਹੀਂ ਕਰਨੀ ਚਾਹੀਦੀ ਇਹ ਨਸਲ ਐਸੀ ਆ ਇਹਨਾਂ ਨੂੰ ਜਿੰਨਾ ਤੁਸੀਂ ਜਿੰਨਾ ਕਾਮਿਆਂ ਵਾਂਗ ਟ੍ਰੀਟ ਕਰੋ ਨਾ ਇਹ ਚਾਹੇ ਹੁਣ ਰਣਜੋਤ ਸਿੰਘ ਵਰਗੇ ਜਿੰਨੇ ਪ੍ਰਚਾਰਕ ਆ ਹਮੇਸ਼ਾ ਲਈ ਸਤਿਕਾਰ ਜਿਹੜਾ ਹੈ ਨਾ ਇਹਨੀ ਗਵਾ ਲਿਆ ਪਈ ਇਹਨਾਂ ਦੇ ਨਾ ਕੋਈ ਇਹਨਾਂ ਨੂੰ ਜੀ ਕਹਿਣ ਦੀ ਲੋੜ ਆ ਨਾ ਭਾਈ ਉਹ ਕਹਿ ਕੇ ਬੁਲਾਵੇ ਇਹਨਾਂ ਨੂੰ ਆਪਣੀ ਡਿਊਟੀ ਦੇਵੇ ਤੇ ਕੰਮ ਕਰਾਵੇ ਇਹਨਾਂ ਤੋਂ ਬਸ ਜਿਹੜਾ ਭਾਜੀ ਤੁਸੀਂ ਕਹਿੰਦੇ ਹੋ ਨਾ ਬਿਲਕੁਲ 100% ਇਹਨਾਂ ਨੂੰ ਮੰਗ ਖਾਣੇ ਭਾਟੜੇ ਬਿਲਕੁਲ ਉਹੀ ਮਤਲਬ ਕੈਟਾਗਰੀ ਆ ਹਾਂ ਜਾਣਗੇ ਫਿਰ ਕੋਈ ਗੱਲ ਨੀ ਸਾਨੂੰ ਕਿਹੜਾ ਸਾਨੂੰ ਕੀ ਨੀ ਆਉਂਦਾ ਠੀਕ ਹੈ ਥੈਂਕ ਯੂ ਭਾਜੀ 107 ਤੁਸੀਂ ਆਉਂਦੇ ਰਹੋ ਜੀ ਹੈਲੋ ਜੀ ਹੈਲੋ ਹਾਂਜੀ ਹਾਂਜੀ ਤੁਸੀਂ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਮੇਰਾ ਨਾਮ ਹੈਗਾ ਨੀਲ ਮਲਮ ਹਾਂਜੀ ਆਪਣੇ ਭਾਜੀ ਮੈਂ ਤਕਰੀਬਨ ਤਕਰੀਬਨ ਮੈਂ ਤੁਹਾਨੂੰ 2 ਸਾਲ ਤੋਂ ਆਪਣੇ ਸੁਣ ਰਿਹਾ ਜੀ ਹਾਂਜੀ
ਹੈਲੋ ਹਾਂਜੀ ਹਾਂਜੀ ਭਾਜੀ ਆਵਾਜ਼ ਆ ਰਹੀ ਆ ਰਹੀ ਆ ਜੀ ਕਰੋ ਗੱਲ ਤੁਸੀਂ ਹਾਂਜੀ ਤੇ ਆਪੋ ਭਾਜੀ ਉਹ ਕਹਿੰਦਾ ਉਹ ਤੁਹਾਡੇ ਬਹੁਤ ਵੱਡੇ ਫੈਨ ਆ ਜੀ ਥੈਂਕ ਯੂ ਜੀ ਤੇ ਆਪਾਂ ਕੈਨੇਡਾ ਤੋਂ ਭਾਜੀ ਆਪਣੇ ਗੱਲ ਕਰ ਰਹੇ ਹਾਂ ਆਪਣੇ ਬਰੈਂਪਟਨ ਤੋਂ ਠੀਕ ਹੈ ਜੀ ਠੀਕ ਹੈ ਬੀ ਟਾਊਨ ਤੋਂ ਜੀ ਹਾਂਜੀ ਬੀ ਟਾਊਨ ਮੂਸੇ ਵਾਲਾ ਟਾਊਨ ਹਾਂ ਬੀ ਟਾਊਨ ਜੀ 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 ਹਾਂਜੀ ਉਹ ਕਹਿੰਦਾ ਤੁਹਾਡੀ ਭਾਸ਼ਾ ਦਾ ਬੀ ਟਾਊਨ ਤੋਂ ਗੱਲ ਕਰ ਰਹੇ ਭਾਜੀ ਤੇ ਉਹ ਚਲੋ ਕੋਈ ਨੀ ਉਹ ਭਾਈ ਸਾਹਿਬ ਹੁਣ ਵੀ ਆ ਰਹੇ ਨੇ ਆਪਣੇ ਇੱਕ ਦੋ ਦਿਨ ਤੇ ਇੱਥੇ ਹਾਂਜੀ ਹਾਂਜੀ ਮੋਰੇ ਮੌਂਟਰੀਅਲ ਤੋਂ ਬਾਅਦ ਤੁਹਾਡੇ ਕੋਲ ਹੀ ਆ ਹਾਂਜੀ 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 ਤੇ ਆਪਣੇ ਭਾਜੀ ਮੈਂ ਉਹ ਕਹਿੰਦਾ ਥੋੜੀ ਜਿਹੀ ਤੁਹਾਡੇ ਨਾਲ ਗੱਲ ਕਰਨੀ ਸੀਗੀ ਅਬਾਊਟ ਦਾ ਜਿਹੜਾ ਤੁਸੀਂ ਆਪਣੇ ਗੱਲ ਕਰਦੇ ਹੋ ਐਸ ਸੀ ਬੀ ਜੀ ਬੀ ਸੀ ਜਾਂ ਉਹ ਜਿਹੜਾ ਆਪਣੇ ਟੁੱਕਰ ਬੋਲ ਜੇ ਤਾਂ ਇਸ ਟਾਈਮ ਤੁਹਾਡਾ ਮੈਟਰ ਨਹੀਂ ਹੈ ਪਰ ਜਦੋਂ ਤੁਹਾਡਾ ਮੈਟਰ ਹੋਇਆ ਮੈਂ ਉਸ ਟਾਈਮ ਗੱਲ ਕਰੂੰਗਾ ਬੇ ਹੁਣ ਤਾਂ ਫਿਲਹਾਲ ਦੀ ਘੜੀ ਤਾਂ ਆਪਾਂ ਉਹ ਕਹਿੰਦਾ ਤੁਹਾਡੇ ਫੈਨ ਆ ਭਾਜੀ ਬੇ ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ ਜਾਂ ਕਿੱਦਾਂ ਵੀ ਆ ਥੈਂਕ ਯੂ ਜੀ ਕੋਈ ਨੀ ਤੁਸੀਂ ਗੱਲ ਜਦੋਂ ਵੀ ਕਰਨੀ ਹੋਈ ਦੱਸ ਦਿਓ ਹਾਂਜੀ ਨਹੀਂ ਜੇ ਦਿਨ ਤੁਹਾਡਾ ਭਾਜੀ ਮੈਟਰ ਕਰੂਗਾ ਵੀ ਉਹ ਇਸ ਟਾਈਮ ਤਾਂ ਇੱਦਾਂ ਹੀ ਵੀ ਹੁਣ ਆਪਾਂ ਇੱਦਾਂ ਨੀ ਕਹੋਗੇ ਥੋੜੇ ਤੋਂ ਥੋੜਾ ਜਿਹਾ ਡਰ ਵੀ ਲੱਗਦਾ ਭਾਜੀ ਉਹ ਕਹਿੰਦਾ ਕਿਤੇ ਕਿਤੇ ਵੀ ਤੁਸੀਂ ਉਹ ਕਹਿੰਦਾ ਤੁਸੀਂ ਕਿੱਥੋਂ ਲੈ ਕੇ ਆ ਗਏ ਮੈਟਰ ਵੀ ਉਹ ਮੈਂ ਸੁਣਦਾ ਪਿਆ ਸੀ ਰੇਡੀਓ ਉਹ ਕਹਿੰਦਾ ਬਹੁਤ ਵਧੀਆ ਜਾ ਰਿਹਾ ਠੀਕ ਹੈ ਜੀ ਠੀਕ ਹੈ ਥੈਂਕ ਯੂ ਹਾਂਜੀ ਵੀ ਜਿੱਦਣ ਆਪਣੇ ਉਹ ਕਹਿੰਦਾ ਮੈਟਰ ਭਾਜੀ ਉਹ ਚੱਲਿਆ ਨਾ ਕੋਈ ਐਸ ਸੀ ਬੀ ਸੀ ਵਾਲਾ ਏਦਾਂ ਦਾ ਕੋਈ ਮੈਟਰ ਚੱਲਿਆ ਵੀ ਸਟੂਡ ਦਾ ਉਹ ਕਹਿੰਦਾ ਉਹਦੇ ਅਕੋਰਡਿੰਗ ਮੈਨੂੰ ਥੋੜੇ ਜਿਹਾ ਸੀਗਾ ਵੀ ਉਹ ਕਹਿੰਦਾ 5 ਮਿੰਟ ਤੁਹਾਡੇ ਚਾਹੀਦੇ ਨੇ ਭਾਜੀ ਕੋਈ ਨੀ ਜੀ ਕੋਈ ਨੀ ਤੁਸੀਂ ਕਰਨਾ ਹੋਇਆ ਜਦੋਂ ਵੀ ਜੀ ਅੱਜ ਵੀ ਕਰਨਾ ਹੋਇਆ ਕਰ ਲਿਓ ਜਦੋਂ ਵੀ ਤੁਸੀਂ ਦੁਬਾਰਾ ਫੋਨ ਕਰ ਲਿਓ ਭਾਵੇਂ ਕੋਈ ਗੱਲ ਨੀ ਠੀਕ ਹੈ ਅੱਜ ਅਸੀਂ ਵੀ ਸੁਸਤ ਜਿਹਾ ਹੀ ਹਾਂ ਥੋੜੇ ਜਿਹੇ ਹਾਂਜੀ ਨੋ ਪ੍ਰੋਬਲਮ ਜੀ ਜੀ ਓਕੇ ਥੈਂਕ ਯੂ ਭਾਜੀ ਥੈਂਕ ਯੂ ਜੀ ਵਟਸਐਪ ਤੇ ਤੁਸੀਂ ਆਉਂਦੇ ਰਹੋ ਜੀ ਹੈਲੋ ਜੀ ਹਾਂਜੀ ਹਾਂਜੀ ਆਉਂਦੇ ਰਹੋ ਜੀ ਤੁਸੀਂ ਸੁਸਤ ਤੋਂ ਤੁਹਾਨੂੰ ਚੁਸਤ ਕਰ ਦਿੰਦੇ ਆ ਜੀ ਕੋਈ ਨੀ ਕੁਛ ਨੀ ਹਾਂਜੀ ਹੁਣ ਗੱਲ ਇਹ ਆ ਦੇਖੋ ਜੇ ਬੰਦਾ ਆਪਾਂ ਕਹਿੰਦੇ ਵੀ ਪੈਰੋਂ ਪੈਦਲ ਹੋਵੇ ਉਹਨੂੰ ਤਾਂ ਅਗਲਾ ਚੱਪਲਾਂ ਲੈ ਦਿੰਦਾ ਬਾਟਾ ਰੀਟਾ ਦੀਆਂ ਹੁਣ ਜਿਹੜੇ ਇਹ ਚੇਲੇ ਨੇ ਉਹਨਾਂ ਦੇ ਅਕਲੋਂ ਪੈਦਲ ਨੇ ਹੁਣ ਇਹਨਾਂ ਦੇ ਬਾਟਾ ਕਿੱਥੇ ਪਸਾ ਲਈ ਅਸੀਂ ਤਾਂ ਸਿਰ ਚ ਪੈਣੀ ਚਾਹੀਦੀ ਆ ਮੇਰੇ ਹਿਸਾਬ ਨਾਲ ਤਾਂ ਫਿਰ ਹੁਣ ਹਾਂ ਹੁਣ ਜਿਹੜੀ ਗੁਰਬਾਣੀ ਕਹਿੰਦੀ ਸਾਢੇ ਤਰੇ ਮਣ ਦੇਹਰੀ ਚੱਲੇ ਪਾਣੀ ਆਨਾ ਤੇ ਇਹਨਾਂ ਨੂੰ ਇਹ ਪੁੱਛਣਾ ਵੀ ਬਾਬਾ ਜੀ ਕੋ ਕਿਹੜੀ ਤੱਕੜੀ ਆ ਜਿਹਦੇ ਵਿੱਚ ਉਹ 10 ਉਹ ਆਪਣਾ 10 ਗ੍ਰਾਮ ਉਹ ਜੋਖ ਕੇ ਖਾਂਦੇ ਨੇ ਤੇ ਪਾਣੀ ਪੀਣ ਦਾ ਦੱਸਿਆ ਹੀ ਨੀ ਜਿਹੜਾ ਪਾਣੀ ਦੀ ਤਾਂ ਗੱਲ ਆ ਨਾਲ ਗੁਰਬਾਣੀ ਨੇ ਕਹੀ ਆ ਨਾ ਚੱਲੇ ਪਾਣੀ ਆਨਾ ਤੇ ਬਾਬਾ ਜੀ ਫਿਰ ਮਤਲਬ ਪਾਣੀ ਪੀਂਦੇ ਨੀ ਸੀਗੇ ਉਹ ਉਹਨਾਂ ਦਾ ਕਾਹਦੇ ਨਾਲ ਚੱਲਦਾ ਸੀਗਾ ਤੇ ਦੂਜੀ ਗੱਲ ਇਹ ਸੀ ਜਿਹੜਾ ਬੰਦਾ ਖੁਰਾਕ ਨੀ ਖਾਂਦਾ ਉਹ ਕੰਮ ਨੀ ਕਰ ਸਕਦਾ ਗੁਰਬਾਣੀ ਤਾਂ ਕਹਿੰਦੀ ਆ ਵੀ ਉਹ ਜਿਹੇ ਬੰਦੇ ਦੇ ਮੱਥੇ ਲੱਗਣਾ ਮਾੜਾ ਜਿਹੜਾ ਵਿਹਲਾੜਾ ਉਹ ਹੈ ਕੀ ਆ ਪਾਵਨ ਪੰਕਤੀ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲਾ ਲੱਗੀਏ ਪਾਏ ਘਾਲ ਖਾਏ ਕਿ ਚਾਥੋਂ ਦੇ ਨਾਨਕ ਰਾਹ ਪਛਾਣੇ ਸੇ ਹੁਣ ਇਹਨਾਂ ਨੂੰ ਪੁੱਛਣ ਵਾਲਾ ਵੀ ਗੁਰਬਾਣੀ ਤਾਂ ਕਹਿ ਰਹੀ ਹੈ ਵੀ ਇਹ ਜਿਹੜੀ ਚੀਜ਼ ਜਿਹਦੇ ਨਾਲ ਚੱਲਣੀ ਆ ਉਹਦੀ ਜ਼ਰੂਰਤ ਆ ਤੇ 10 ਗ੍ਰਾਮ ਵਾਲਾ ਤਾਂ ਕੰਮ ਹੀ ਨਹੀਂ ਕਰ ਸਕਦਾ ਤਾਂ ਆਪਣਾ ਭਾਰ ਨਹੀਂ ਚੱਕ ਸਕਦਾ ਕੋਈ ਸੈਂਸ ਹੀ ਨਹੀਂ ਬਣਦੀ ਪੁਰਸ਼ ਕਹੀ ਜਾਂਦੇ ਭਾਰ ਨਹੀਂ ਮੈਂ ਕਹਿੰਦਾ ਉਹ ਤਾਂ ਹਿੱਲ ਹਿੱਲ 10 ਗ੍ਰਾਮ ਨਾਲ ਕਿੱਦਾਂ ਸਰੀਰ ਤੁਹਾਡਾ ਚੱਲ ਜਾਊਗਾ ਇਹ ਭੁੱਖ ਗੱਲ ਸੱਚ ਹੋਰ ਵੀ ਹੋ ਸਕਦੀ ਹੈ ਜੀ ਨਾ ਤਾਂ ਤੁਸੀਂ ਉਹਦੇ ਨੇੜੇ ਲੰਘੇ ਹੋ ਨਾ ਮੈਂ ਲੰਘਿਆ ਅੱਜ ਦੇ ਕਬੱਡੀ ਵਾਲੇ ਲਾਉਂਦੇ ਨੇ ਟੀਕਾ ਉਹ 10 ਗ੍ਰਾਮ ਨੀ ਪੈਂਦਾ ਉਹ ਚ ਤਾਂ ਥੋੜਾ ਹੀ ਪੈਂਦਾ ਜੀ ਉਹ ਤਾਂ ਅੱਗ ਲੱਗੀ ਵਾਂਗੂ ਚੱਲ ਫਿਰ 10 ਗ੍ਰਾਮ ਕੁਛ ਇਹਨਾਂ ਨੂੰ ਪੁੱਛਣਾ ਪੈਣਾ ਵੀ ਕੁਛ ਹੋਰ ਤਾਂ ਨੀ ਉਹ ਹਾਂ ਇਹ ਪੋਸੀਬਲ ਆ ਉਹ ਵੀ ਜਦੋਂ ਗੁਰਬਖਸ਼ ਵੀ ਭੁੱਖ ਹੜਤਾਲ ਤੇ ਬੈਠਾ ਸੀ ਤਾਂ ਕੈਪਸੂਲ ਹੀ ਖਾਂਦਾ ਸੀ ਉਹ ਬਸ ਆ ਗੱਲ ਮੇਰੇ ਦਿਮਾਗ ਨੇ ਮਾੜੀ ਜੀ ਕੰਮ ਕੀਤੀ ਹੈ ਜੀ ਮੈਂ ਕਿਹਾ ਪੁੱਛਣਾ ਪੈਣਾ ਵੀ 10 ਗ੍ਰਾਮ ਕੁਛ ਹੋਰ ਤਾਂ ਨੀ ਹੈਗਾ ਇਹ ਪੋਸੀਬਲ ਆ ਜੀ ਪੋਸੀਬਲ ਆ ਉਹਨਾਂ ਨੂੰ ਇੱਥੇ ਕਿਹੜਾ ਚਲੋ ਜੀ ਗਾਹਾਂ ਚਲੋ ਫੇਰ ਦੇਖਦੇ ਆ ਦੀਦਾ ਇਹਨਾਂ ਨੂੰ ਥੈਂਕ ਯੂ ਜੀ ਤੇ ਪਤਾ ਨੀ ਜੀ ਇਹ ਬੰਦਿਆਂ ਦੀਆਂ ਇਹਨਾਂ ਦੇ ਤਰਕ ਆ ਜਿਹੜੇ ਇਹਨਾਂ ਦੀਆਂ ਦਲੀਲਾਂ ਆ ਜਿਹੜੀਆਂ ਜਿੱਦਾਂ ਇਹ ਸੋਚਦੇ ਆ ਕੋਈ ਸਮਝ ਨਹੀਂ ਆਉਂਦੀ ਵੀ ਇਹ ਕੀ ਹੱਲ ਕਰਨਗੇ ਕੌਮ ਦਾ ਉਹ ਤਾਂ ਸਾਡੀ ਬਦਕਿਸਮਤੀ ਕਹਿ ਲਓ ਵੀ ਆਪਾਂ ਵੇਸਲੇ ਹੋ ਕੇ ਚੁੱਪ ਕਰਕੇ ਬੈਠੇ ਹਾਂ ਅਤੇ ਇਹਨਾਂ ਦੀਆਂ ਬਰਦਾਸ਼ਤ ਕਰੀ ਜਾਂਦੇ ਹਾਂ ਨਹੀਂ ਤਾਂ ਉਹਨਾਂ ਨੇ ਝੂਠ ਬੋਲਣ 'ਚ ਗੱਪ ਮਾਰਨੇ 'ਚ ਗਲਤ ਗੱਲਾਂ ਕਹਿਣ 'ਚ ਅਫਵਾਹਾਂ ਫੈਲਾਉਣ 'ਚ ਗੁਰੂ ਸਾਹਿਬ ਦੀ ਬੇਅਦਬੀ ਕਰਨ ਦੇ ਵਿੱਚ ਗੁਰਬਾਣੀ ਦੇ ਉਲਟ ਪ੍ਰਚਾਰ ਕਰਨ ਦੇ ਵਿੱਚ ਕਦੇ ਵੀ ਕਿਤੇ ਵੀ ਕੋਈ ਵੀ ਕਸਰ ਨਹੀਂ ਛੱਡੀ ਹਰੇਕ ਥਾਂ ਦੇ ਉੱਤੇ
ਪੂਰੀ ਸ਼ਰੀਕਾਚਾਰੀ ਜਿਹੜੀ ਆ, ਜਿਹੜੇ ਲੋਕ ਇਹ ਕਹਿੰਦੇ ਆ ਵੀ ਬਾਬਾ ਦੀਪ ਸਿੰਘ ਤੋਂ ਟਕਸਾਲ ਚੱਲੀ ਆ, ਭਾਈ ਮਨੀ ਸਿੰਘ ਤੋਂ ਟਕਸਾਲ ਚੱਲੀ ਆ ਅਤੇ ਮੂਹਰਿਓਂ ਸਬੂਤ ਮੰਗਣ ਲੱਗ ਪਈ ਦਾ, ਉਹ ਸਾਡੀ ਗਲਤੀ ਆ। ਸਾਨੂੰ ਕਹਿਣਾ ਚਾਹੀਦਾ ਵੀ ਨਹੀਂ ਭਾਈ ਬਾਬਾ ਦੀਪ ਸਿੰਘ ਤੋਂ ਕਿਉਂ, ਤੁਸੀਂ ਤਾਂ ਸ਼੍ਰੀ ਚੰਦ ਤੋਂ ਹੀ ਚੱਲੇ ਹੋਏ ਆ। ਗੁਰੂ ਨਾਨਕ ਦੇਵ ਜੀ ਦੇ ਆਪ ਆਪਣਾ ਸਟੈਂਡ ਲੈਣ ਦੇ ਵੇਲੇ ਤੋਂ ਲੈ ਕੇ ਪੂਰਾ ਮੋਢੇ ਨਾਲ ਮੋਢਾ ਡਾਹ ਕੇ ਸ਼ਰੀਕਾਚਾਰੀ ਕੀਤੀ ਹੈ ਇਹਨਾਂ ਨੇ, ਕੋਈ ਸ਼ੱਕ ਨਹੀਂ ਰਹਿਣ ਦਿੱਤੀ ਉਹਦੇ ਵਿੱਚ। ਅੱਜ ਵੀ ਹਰ ਗੱਲ ਨੂੰ ਉਸੇ ਪੈਮਾਨੇ 'ਤੇ ਲਿਜਾ ਕੇ ਤੋਲਦੇ ਆ ਜਿੱਥੇ ਜਦੋਂ ਗੁਰੂ ਸਾਹਿਬ ਦੀਆਂ ਉਹ ਮਾਨਤਾਵਾਂ ਜਿਹੜੀਆਂ ਉਹਨਾਂ ਦੇ ਨਾਂ ਦੇ ਉੱਤੇ ਸਾਡੇ ਸਿਰ 'ਤੇ ਮੜੀਆਂ ਜਾ ਰਹੀਆਂ, ਉਹਨਾਂ ਨੂੰ ਪਿੱਛੇ ਜਾ ਕੇ ਦੇਖਦੇ, ਗ੍ਰੰਥਾਂ ਨੂੰ ਦੇਖਦੇ ਹਾਂ ਤਾਂ ਸਾਰਾ ਕੁਛ ਕਲੀਅਰ ਹੋ ਜਾਂਦਾ। ਬਸ ਚੁਟਕੀਆਂ ਦੇ ਵਿੱਚ ਤੁਹਾਨੂੰ ਸਮਝ ਆ ਜਾਂਦੀ ਆ, ਪਿਛਣਾ ਪਲਾਂਸ਼ਨਾਂ ਦੇ ਵਿੱਚ ਤੁਹਾਨੂੰ ਸਮਝ ਆ ਜਾਂਦੀ ਆ ਵੀ ਇਹ ਬੰਦੇ ਕਿੱਡੇ ਵੱਡੇ ਸ਼ਰੀਕ ਆ ਗੁਰੂ ਸਾਹਿਬ ਦੇ। ਠੀਕ ਆ ਜੀ, ਆਪਾਂ ਉਹਨੂੰ ਸੁਣ ਕੇ ਦੇਖਦੇ ਹਾਂ ਜੀ। ਬਾਬਾ ਜੀ ਮਾਂ ਰਾਮ ਸਿੰਘ ਜੀ ਕੋਲ ਸਾਡਾ ਹਾਲ ਹੈ, ਮਾਂ ਹਰਨਾਮ ਸਿੰਘ ਦੀ ਗੱਲ, ਜਿਹੜਾ ਭੇਵੇ ਵਾਲਾ ਉਹ ਵੀ ਬਹੁਤ ਕਰਦਾ ਹੁੰਦਾ ਭੁੱਚੋਂ ਵਾਲੇ ਦੀ। ਤੇ ਇਹ ਨਾਨਕ ਸਰੀਆਂ ਦੇ ਕਈ ਇਹਨਾਂ ਦੇ ਸੈਕਟ ਆ ਆਪਣੇ, ਉਹਦੇ ਵਿੱਚ ਹੀ ਕੋਈ ਹੈਗਾ ਮੇਰਾ ਖਿਆਲ ਭੁੱਚੋਂ ਵਾਲਾ ਜਿਹੜਾ ਆ ਉਹ ਹੋਇਆ ਡੈਫੀਨੇਟਲੀ ਆਨੰਦ ਸਿੰਘ ਤੋਂ ਬਾਅਦ ਹੀ ਹੋਊਗਾ। ਤੇ ਤਾਂ ਹੀ ਇਹ ਜਦੋਂ ਮਹਿਮਾ ਗਾਉਂਦੇ ਆ ਤਾਂ ਉਹਨਾਂ ਦੀ ਗਾਉਂਦੇ ਆ। ਠੀਕ ਆ ਜੀ, ਆ ਸੁਣ ਕੇ ਦੇਖਿਓ ਤੁਸੀਂ। ਕੁਝ ਸੰਗਤ ਇਕੱਠੀ ਹੋ ਕੇ ਭੁੱਚੋ ਸਾਹਿਬ ਚਲੀ ਗਈ ਬਾਬਾ ਜੀ ਮਾਂ ਰਾਮ ਸਿੰਘ ਜੀ ਕੋਲ, ਸਾਡਾ ਹਾਲ ਹੈ, ਅਸੀਂ ਗੁਰੂ ਕੋਲੇ ਕਿਉਂ ਕਿਵੇਂ ਆਉਣੇ ਆ, ਧਿਆਨ ਲਿਖ ਸੁਣਿਓ ਹੁਣ। ਸੰਗਤ ਭੁੱਚੋ ਸਾਹਿਬ ਚਲੀ ਗਈ ਜਾ ਕੇ ਬਾਬਾ ਜੀ ਨੂੰ, ਕਹਿੰਦੀ ਬਾਬਾ ਜੀ ਮੀਂਹ ਨੀ ਪੈਂਦਾ, ਹਵਾ ਨੀ ਚੱਲਦੀ, ਅਸੀਂ ਮਰ ਗਏ ਗਰਮੀ ਚ। ਬਾਬਿਆਂ ਦਾ ਸੇਵਾਦਾਰ ਸੀ ਨੀਲਾ ਗੜਬਈ, ਉਹਦਾ ਨਾਂ ਸੀ ਨੀਲਾ। ਬਾਬੇ ਕਹਿੰਦੇ ਨੀਲਿਆ ਜਾ ਟਿੱਲੇ ਉੱਤੇ ਇੰਨੇ ਨੰਬਰ ਦਾ ਘੜਾ ਆ, ਘੜੇ ਦਾ ਚੱਪਨ ਚੁੱਕਿਆ, ਥੋੜਾ ਜਿਹਾ ਚੁੱਕੀ ਹਵਾ ਚੱਲ ਪਊਗੀ। ਉਹ ਅੱਕਿਆ ਬੈਠਾ ਸੀ, ਕਹਿੰਦਾ ਜਦੋਂ ਰੋਟੀਆਂ ਮੰਗੀ ਉਦੋਂ ਭੱਜ ਭੱਜ ਪੈਂਦੇ ਆ, ਜਦੋਂ ਕੋਈ ਚੀਜ਼ ਮੰਗੀ ਉਦੋਂ ਕਹਿੰਦੇ ਲੈ ਤੁਹਾਨੂੰ ਵਿਹਲਣਾ ਨੂੰ ਸਾਧਾਂ ਨੂੰ, ਕਹਿੰਦੇ ਅੱਜ ਪੈ ਗਈ ਨਾ ਲੋੜ, ਟਿੱਲੇ ਤੇ ਚੜਿਆ ਤੇ ਸਾਰਾ ਚੱਪਣ ਚੱਕ ਕੇ ਰੱਖ ਦਿੱਤਾ। ਬਸ ਜਦੋਂ ਚੱਪਣ ਚੱਕਿਆ ਤੇ ਇੰਨੀਆਂ ਹਨੇਰੀਆਂ, ਇੰਨੇ ਝੱਖੜ, ਇੰਨੇ ਤੂਫਾਨ, ਉਹ ਗਰੀਬਾਂ ਦੇ ਘਰ ਢਹਿ ਗਏ, ਪਸ਼ੂ ਨੁਕਸਾਨੇ ਗਏ। ਸੰਗਤ ਫੇਰ ਆ ਗਈ, ਕਹਿੰਦੇ ਬਾਬਾ ਜੀ ਆਹ ਤਾਂ ਬੁਰਾ ਹਾਲ ਹੋ ਗਿਆ। ਮਹਾਂਪੁਰਖ ਜਾਣੀ ਜਾਣ ਸੀ ਨੀਲੇ ਬੰਨੀ ਝਾਕ ਕੇ, ਕਹਿੰਦੇ ਨੀਲਿਆ ਇਹ ਤੇਰਾ ਹੀ ਕਾਰਾ ਲੱਗਦਾ ਹੈ। ਹੱਥ ਜੋੜ ਕੇ ਕਹਿੰਦਾ ਮਹਾਰਾਜ ਮੈਂ ਹੀ ਹੀ ਕੀਤਾ ਹੈ। ਕਿਉਂ ਕੀਤਾ? ਉਹ ਕਹਿੰਦੇ ਲਓ ਜੀ ਹੁਣ ਨੀਲਾ ਪਤਾ ਨਹੀਂ ਕੀ ਚੀਜ਼ ਆ ਨੀਲਾ ਤੇ ਕੀ ਆ ਘੜਾ, ਉਹ ਬ੍ਰਹਮ ਗਿਆਨੀਆਂ ਦੇ ਕੌਤਕ ਵੀ ਜਾਣੀ। ਠੀਕ ਹੈ ਜੀ, ਸਾਡੇ ਨਾਲ ਸਰੋਤੇ ਆ ਪਹਿਲਾਂ ਉਹਨਾਂ ਦੀ ਗੱਲ ਸੁਣ ਲਈ। ਹਾਂਜੀ ਸਵਾਗਤ ਹੈ ਜੀ ਤੁਹਾਡਾ। ਭਾਜੀ ਮੈਂ ਤਾਂ ਉਹਦੇ ਬਾਰੇ ਗੱਲ ਕਰਨੀ, ਦਪਿੰਦੇ ਭਾਜੀ ਵਾਲੇ ਨੇ ਬਾਬੇ ਬੰਤੇ ਵਾਲੀ ਚਲਾਈ ਸੀ ਮੰਗਲਵਾਰ ਨੂੰ। ਹਾਂਜੀ, ਜੋ ਬਾਬਾ ਜੀ ਉਹਦੇ ਨਾਨਕ ਦੇਵ ਜੀ ਆਪਣੇ ਬੇਈ ਨਦੀ ਚ ਗਏ ਸੀ, ਮਤਲਬ ਹਜੇ ਤੱਕ ਆਏ ਨੀ ਬਾਹਰ ਉਹ, ਤੇ ਉਹ ਥੋੜੀ ਲੇਟ ਸ਼ੁਰੂ ਕਰੀ ਆ ਭਾਜੀ ਵਰਗੇ ਨੇ, ਜਿਹੜੇ ਸ਼ੁਰੂ ਚ ਉਹਨੇ ਕਮਲ ਕੁੱਟਿਆ ਭਾਜੀ ਉਹਦਾ ਬਾ ਕਮਾਲ ਹੀ ਆ, ਸਾਰਾ ਹੀ ਜਾਣੀ ਜਿੱਥੋਂ ਮਰਜ਼ੀ ਕਹਿੰਦੇ ਦੰਦੀ ਮਾਰ ਕੇ ਦੇਖ ਲਓ, ਐਪਲ ਨੂੰ ਇੱਕੋ ਜਿਹਾ ਹੀ ਹੁੰਦਾ। ਹਾਂ ਉਹ ਚ ਮੈਂ ਦੋ ਤਿੰਨ ਗੱਲਾਂ ਨੋਟ ਕੀਤੀਆਂ। ਇੱਕ ਤਾਂ ਉਹ ਕਹਿੰਦਾ ਵੀ ਜਦੋਂ ਧਰਤੀ ਤੇ ਜ਼ਿਆਦਾ ਪਾਪ ਵੱਧ ਜਾਂਦਾ ਨਾ ਉਦੋਂ ਅਵਤਾਰ ਜਨਮ ਲੈਂਦੇ ਆ। ਉਹ ਚ ਇੱਕ ਸਵਾਲ ਤਾਂ ਇਹ ਉੱਠਦਾ ਵੀ ਹੁਣ ਪਾਪ ਹੈ ਨੀ ਧਰਤੀ ਤੇ, ਹੁਣ ਜਮਾਂ ਸਵਰਗੀ ਆ ਮੈਂ ਇਸ ਹਿਸਾਬ ਨਾਲ, ਜਦੋਂ ਹੁਣ ਅਵਤਾਰ ਹੈ ਨੀ ਕੋਈ। ਆਹੋ ਇਹ ਤੋਂ ਵੱਡਾ ਪਾਪ ਕਿਹੜਾ ਜਿਹੜਾ ਜਿੱਦਾਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਆ। ਹਾਂਜੀ, ਜਾਣੀ ਸੱਚ ਦੀ ਮੌਤ ਹੋਣ ਦਾ ਇਦੋਂ ਵੱਡਾ ਸਬੂਤ ਕੀ ਆ? ਸਹੀ ਗੱਲ ਹੈ, ਜਦੋਂ ਦਸਵੇਂ ਪਾਤਸ਼ਾਹ ਨੂੰ ਆਨੰਦਪੁਰ ਛੱਡਣਾ ਪਿਆ, ਹਾਂਜੀ, ਜਦੋਂ ਨੌਵੇਂ ਪਾਤਸ਼ਾਹ ਦਾ ਸੀਸ ਕਤਲ ਹੋਇਆ, ਹਾਂਜੀ, ਦਸਵੇਂ ਪਾਤਸ਼ਾਹ ਦੀ ਉਮਰ ਹੈਗੀ 9 ਸਾਲ, ਹਾਂਜੀ, ਉੱਤਿਓ 22 ਧਾਰ ਦੇ ਪਹਾੜੀ ਰਾਜੇ, ਹਾਂਜੀ, ਔਰੰਗਜ਼ੇਬ ਨਾਲ ਦੁਸ਼ਮਣੀ, ਆਨੰਦਪੁਰ ਦੀਆਂ ਜੜਾਂ ਦੇ ਵਿੱਚ ਬੈਠੇ ਆ ਉਹ, ਹਾਂਜੀ ਹਾਂਜੀ, ਇਦੋਂ ਵੱਧ ਕੇ ਹਾਰਡ ਟਾਈਮ ਕੀ ਆਉਣਾ ਕਿਸੇ ਦੇ ਉੱਤੇ?
ਬਾਕੀ ਜਿਹੜੇ 7 ਸਾਲ ਤੇ 9 ਸਾਲ ਦੇ ਬੱਚੇ ਨਹੀਂ ਹਨ ਚਣ ਰਹੇ ਉਹਨਾਂ ਕੋਲੇ ਕੋਈ ਹੈ ਨਹੀਂ ਮਦਦ ਵੀ ਹੈ ਨਹੀਂ ਉਸ ਟਾਈਮ ਕੋਈ ਉਸ ਵੇਲੇ ਆਉਣਾ ਚਾਹੀਦਾ ਸੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਸਿੱਖਾਂ ਤੇ ਕਿਹੜਾ ਅਤਿਆਚਾਰ ਹੋਇਆ ਸੀ ਜਦੋਂ ਅਸੀਂ ਕਹਿੰਦੇ ਪਏ ਉਹ ਧਰਤੀ ਤੇ ਭਾਰ ਬਹੁਤ ਪਿਆ ਸੀ ਜੀ ਉਹ ਆਈ ਆ ਜਾਣੀ ਹਨਾ ਇੱਕੋ ਚ ਦੂਜੀ ਹਾਂਜੀ ਹਾਂਜੀ ਇੱਕੋ ਚ ਦੂਜੀ ਗੱਲ ਕਹਿੰਦਾ ਕਹਿੰਦਾ ਵੀ ਜਿਹੜਾ ਨਿਰਗੁਣ ਸਰੂਪ ਸੀਗਾ ਉਹ ਆਪ ਹੀ ਸਰਗੁਣ ਸਰੂਪ ਬਣ ਕੇ ਨਾਨਕ ਬਣ ਕੇ ਆ ਗਿਆ ਥੱਲੇ ਤੇ ਫੇਰ ਕਹਿੰਦਾ ਜਦੋਂ ਬੇਈ ਚ ਉਹ ਅਲੋਪ ਰਹਿ ਕੇ ਜਾ ਕੇ ਫੇਰ ਕਹਿੰਦਾ ਨਿਰਗੁਣ ਸਰੂਪ ਨੂੰ ਮਿਲਿਆ ਸੀ ਕਹਿੰਦਾ ਨਿਰਗੁਣ ਤੇ ਸਰਗੁਣ ਆਪਸ ਚ ਗੱਲਾਂ ਕਰਦੇ ਆ ਮੈਂ ਸੋਚ ਲਿਆ ਜੀ ਵੀ ਕਿੱਦਾਂ ਕਿੱਦਾਂ ਕਰਦੇ ਆ ਗੱਲਾਂ ਆਪਸ ਮੇ ਜਦੋਂ ਉਹ ਸਰਗੁਣ ਚ ਬਣ ਗਿਆ ਨਿਰਗੁਣ ਕੀ ਰਹਿ ਗਿਆ ਫਿਰ ਵੀਰਾ ਬਹੁਤ ਜ਼ਿਆਦਾ ਕਨਫਿਊਜ਼ਨ ਇਹਨਾਂ ਨੇ ਖੜੀ ਕੀਤੀ ਉਹ ਆ ਸੱਚ ਪਤਾ ਕੀ ਆ ਹਾਂਜੀ ਸੱਚ ਇਹ ਆ ਵੀ ਜਿਹਨੂੰ ਰੱਬ ਕਹਿੰਦੇ ਆ ਨਾ ਅਸੀਂ ਹਾਂਜੀ ਹਾਂਜੀ ਜਿਹਨੂੰ ਗੋਡ ਕਹਿੰਦੇ ਆ ਜਿਹਨੂੰ ਪਰਮਾਤਮਾ ਕਹਿੰਦੇ ਆ ਹਾਂਜੀ ਉਹਦੀ ਹੋਂਦ ਸਥਾਪਿਤ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਮੰਨਣਾ ਪੈਣਾ ਵੀ ਆਤਮਾ ਹੁੰਦੀ ਆ ਸਹੀ ਗੱਲ ਪੁਨਰ ਜਨਮ ਹੁੰਦਾ ਆ ਜੰਮਣ ਮਰਨ ਹੈਗਾ ਆ ਉਹ ਪਹਿਲਾਂ ਉਹ ਜੰਮਣ ਮਰਨ ਦਾ ਸੰਕਲਪ ਸਵਰਗਾਂ ਨਰਕਾਂ ਦਾ ਸੰਕਲਪ ਪੁਨਰ ਜਨਮ ਦਾ ਸੰਕਲਪ ਆਤਮਾ ਦਾ ਰੂਹ ਦਾ ਮੁੜ ਮੁੜ ਕੇ ਧਰਤੀ ਤੇ ਆਉਣ ਦਾ ਸੰਕਲਪ ਉਹ ਇੱਕ ਵਾਰੀ ਆਵੇ ਜਾਂ 100 ਵਾਰੀ ਆਵੇ 84 ਲੱਖ ਵਾਰੀ ਆਵੇ ਪਰ ਉਹ ਆਵੇ ਉਹ ਪਹਿਲਾਂ ਮੰਨਣਾ ਪੈਣਾ ਫਿਰ ਪਰਮਾਤਮਾ ਰੱਬ ਉਸ ਸ਼ਕਤੀ ਦੇ ਕੋਈ ਅਰਥ ਆ ਜਿਹੜਾ ਮੁਸਲਮਾਨ ਤੇ ਈਸਾਈ ਧਰਮ ਆ ਉਹ ਹੋਰ ਤਰ੍ਹਾਂ ਰੂਹ ਨੂੰ ਆਤਮਾ ਨੂੰ ਮੰਨਦਾ ਆ ਉਹ ਇੱਦਾਂ ਕਹਿੰਦੇ ਆ ਵੀ ਇੱਕ ਦਿਨ ਆਉਣਾ ਆ ਜਦੋਂ ਕਿਆਮਤ ਆਉਣੀ ਆ ਤੇ ਉਹ ਕਹਿੰਦੇ ਵੀ ਸਾਡੇ ਅੱਲਾ ਨੇ ਉਹ ਕਹਿੰਦੇ ਸਾਡੇ ਗੋਡ ਨੇ ਜਿਹੜੇ ਉਹ ਚ ਭਰੋਸਾ ਰੱਖਣ ਵਾਲੇ ਆ ਉਸ ਉਠਾੜ ਲੈਣੇ ਆ ਕਬਰਾਂ ਚੋਂ ਜਿਸ ਕਰਕੇ ਉਹ ਦੱਬਦੇ ਆ ਤੇ ਹਿੰਦੂ ਧਰਮ ਕਹਿੰਦਾ ਆ ਵੀ ਨਹੀਂ ਇੱਦਾਂ ਨਹੀਂ ਹੈਗਾ ਸਰੀਰ ਨਾਸ਼ਵਾਨ ਆ ਇਹ ਖਤਮ ਹੋ ਜਾਂਦਾ ਪਰ ਆਤਮਾ ਅਮਰਿਆ ਇਹ ਆਤਮਾ ਨੂੰ ਰੂਹ ਨੂੰ ਉਹਨੂੰ ਮਿਲਦੀ ਆ ਸਜ਼ਾ ਉਹ 84 ਲੱਖ ਜੂਨਾਂ ਚ ਜਾਂਦੀ ਆ ਤੇ ਜਿੱਦਾਂ ਦੀ ਹੁੰਦੀ ਆ ਉਦਾਂ ਦਾ ਉਹਨੂੰ ਸਰੀਰ ਲੱਭਣਾ ਪੈਂਦਾ ਇਹ ਝੂਠ ਆ ਇਹ ਤਾਂ ਜੇ ਨਾ ਕੋਈ ਸਿਆਣਾ ਹਿੰਦੂ ਕੋਈ ਇੰਟੈਲੀਜੈਂਟ ਆਰੀਆ ਸਮਾਜੀ ਆ ਜਾਏ ਗੱਲ ਕਰਨ ਤਾਂ ਉਹ ਸਾਡਾ ਮੂੰਹ 5 ਮਿੰਟ ਚ ਬੰਦ ਕਰਾ ਸਕਦਾ ਉਹਨਾਂ ਕੋਲ ਸਬੂਤ ਆ ਪਏ ਇਸ ਗੱਲ ਦੇ ਉਹਨਾਂ ਦੇ ਵੇਦਾਂ ਦੇ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਵੀ ਰੱਬ ਇੱਕ ਆ ਇਹ ਗੱਲ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਉਹਨਾਂ ਨੇ ਕਹੀ ਆ ਜੇ ਅਸੀਂ ਇਹ ਕਹਿਣਾ ਨਾ ਵੀ ਗੁਰੂ ਨਾਨਕ ਦੇਵ ਜੀ ਨੇ ਏਕ ਓਂਕਾਰ ਦੇ ਅਰਥ ਇਹ ਆ ਵੀ ਰੱਬ ਇੱਕ ਆ ਇਹ ਗੱਲ 1000 ਸਾਲ ਪਹਿਲਾਂ ਵੇਦਾਂ ਦੇ ਵਿੱਚ ਕਹੀ ਹੋਈ ਆ ਸਹੀ ਗੱਲ ਭਾਜੀ ਉਹ ਵੇਦਾਂ ਦੇ ਵਿੱਚ ਬਹੁ ਅਵਤਾਰਵਾਦ ਦੀ ਕੋਈ ਪ੍ਰਸ਼ੰਸਾ ਨਹੀਂ ਹੈਗੀ ਇਹ ਤਾਂ ਸਾਡੇ ਬੰਦਿਆਂ ਦਾ ਇਸ ਗੱਲੋਂ ਸੂਤ ਰਹਿ ਗਿਆ ਵੀ ਉਹ ਇਹਨਾਂ ਨੂੰ ਆਪਣਾ ਇੱਕ ਸੈਕਟ ਜਾਣ ਕੇ ਹਿੰਦੂਆਂ ਦਾ ਹਿੱਸਾ ਜਾਣ ਕੇ ਉਹ ਚੁੱਪ ਛੱਡ ਕੇ ਬੈਠੇ ਆ ਵੀ ਜਿੱਦਾਂ ਆਰੀਆ ਜਿਹੜੇ ਉਹ ਹੈਗੇ ਸਨਾਤਨੀ ਜਿੱਦਾਂ ਉਹ ਮੰਨਦੇ ਸੀ ਉਹੀ ਗੱਲ ਗੁਰੂ ਨਾਨਕ ਦੇਵ ਜੀ ਦੇ ਨਾਂ ਹੀ ਵੱਧ ਤੋਂ ਵੱਧ ਸਿਆਣੇ ਜਿਹੜੇ ਆ ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਉਹੀ ਗੱਲ ਜੋੜ ਰਹੇ ਆ ਵੀ ਉਹ ਕਹਿੰਦੇ ਸੀ ਰੱਬ ਇੱਕ ਆ ਬਾਕੀ ਸਾਰਾ ਕੁਛ ਜਿਹੜਾ ਪੁਨਰ ਜਨਮ ਵਾਲਾ ਆ ਉਹ ਹਿੰਦੂਆਂ ਵਾਲਾ ਹੀ ਆ ਸਾਡੇ ਕੋਲ ਜਦਕਿ ਨਾ ਗੁਰੂ ਨਾਨਕ ਦੇਵ ਜੀ ਦਾ ਮਕਸਦ ਸੀ ਉਹ ਸਾਰੇ ਕੁਛ ਨੂੰ ਰਿਜੈਕਟ ਕਰਦੇ ਸੀਗੇ ਨਾ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਧਿਐਨ ਕੀਤਿਆਂ ਤੁਹਾਡੇ ਸਮਝ ਵਿੱਚ ਪੈਂਦੀ ਆ ਵੀ ਇੱਥੇ ਕੋਈ ਇੱਦਾਂ ਦੀ ਗੱਲ ਹੈਗੀ ਆ ਉਹ ਸਿਰਫ ਗੱਲ ਇੱਦਾਂ ਆ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਨ ਲੱਗਦੇ ਆ ਅਰਥ ਕਰਨ ਲੱਗਦੇ ਆ ਉਹ ਤੋਂ ਪਹਿਲਾਂ ਇਹ ਇੱਕ ਮਨੌਤ ਬਣਾ ਲੈਂਦੇ ਆ ਵੀ ਅਜ਼ੰਪਸ਼ਨ ਇਹ ਬਣਾ ਲੈਂਦੇ ਆ ਵੀ ਦੇਖੋ ਜੀ ਰੱਬ ਇੱਕ ਆ ਤੇ ਜਦੋਂ ਵੀ ਗੱਲ ਆਉਂਦੀ ਆ ਉੱਥੇ ਨਾਮ ਦੀ ਜਪ ਦੀ ਸਿਮਰਨ ਦੀ ਗਿਆਨ ਦੀ ਮਿਲਣੇ ਦੀ ਉਹਨੂੰ ਅੰਗ ਸੰਗ ਜਾਣਨੇ ਦੀ ਤੇ ਇਹ ਉਹਦੇ ਅਰਥ ਵੀ ਕਿਉਂਕਿ ਮਨ ਜੋ ਚੁੱਕੇ ਆ ਪੇ ਕਿਆ ਠੀਕ ਆ ਉਹ ਤੇ ਜਾਣੀ ਸਾਨੂੰ ਤਾਂ ਕਿਤੇ ਵੀ ਉਹਨਾਂ ਨੇ ਖੰਡ ਨਹੀਂ ਦੇਣਾ ਸਾਡੇ ਕੋਲ ਤਾਂ ਇੰਨਾ ਸੋਹਣਾ ਯੂਨੀਕ ਇੱਕ ਵੱਖਰਾ ਰਾਹ ਆ ਸਾਰੀ ਦੁਨੀਆਂ ਤੋਂ ਜਿਹਨੂੰ ਅੱਜ ਸਾਇੰਸ ਚੀਕਾਂ ਮਾਰ ਮਾਰ ਕੇ ਦੱਸ ਰਹੀ ਆ ਸਹੀ ਗੱਲ ਹੈ ਸੈਭੰਗ ਦੇ ਅਰਥ ਇੱਕੋ ਦੇ ਅਰਥ ਹੈਗੇ ਹੀ ਇਹੀ ਆ ਵੀ ਉਹ ਇਹ ਨਹੀਂ ਹੈਗਾ ਵੀ ਇੱਕ ਕੋਈ ਹੋਰ ਆ ਤੇ ਇਹ ਕੁਦਰਤ ਕੋਈ ਹੋਰ ਆ
ਇੱਕ ਦਾ ਹੀ ਪਸਾਰਾ ਆ, ਇੱਕ ਦਾ ਹੀ ਪਸਾਰਾ ਹੈ, ਹੀ ਸਾਰਾ ਕੁਛ ਇੱਕ ਆ, ਜਿਹੜਾ ਘੱਟ ਘੱਟ ਮੈਂ ਹਰਜੂ ਵਸਿਆ ਆ ਉਹ ਉਹੀ ਆ, ਅਸੀਂ ਉਹ ਜਾਣੀ ਉਹੀ ਆ ਅਸੀਂ, ਠੀਕ ਹੈ, ਉਹ ਚੀਜ਼ ਨੂੰ ਜੇ ਜੇ ਐਕਸੈਪਟ ਕਰ ਲੈਂਦੇ ਤਾਂ ਬੜਾ ਵਧੀਆ, ਸਾਡੇ ਕੋਲ ਸਾਰਿਆਂ ਤੋਂ ਵੱਖਰਾ ਰਾਹ ਆ, ਪਰ ਇਹ ਨਹੀਂ ਭਾਈ, ਨਾ ਸਮਝੀ ਕਰਕੇ ਸੱਤਿਆ ਨਾਸ ਵੱਜਿਆ ਆ। ਚਲੋ ਕੋਈ ਨੀ ਜੀ, ਹਾਂ ਇੱਕ ਭਾਜੀ, ਇੱਕ ਭਾਜੀ ਹੋਰ ਗੱਲ ਦੇਖੋ, ਇਹ ਐਡੀ ਗੱਲ ਕਹਿਣ ਤੋਂ ਵੀ ਉਹ ਕਰਦੇ ਆ ਵੀ ਮਾਤਾ ਤਿਰਪਤ ਦੇ ਪੇਟ ਚ ਜਨਮ ਲਿਆ, ਉਹ ਕਹਿ ਰਿਹਾ ਮਾਤਾ ਤਿਰਪਤ ਦੇ ਹਿਰਦੇ ਚ ਪ੍ਰਕਾਸ਼ ਹੋਇਆ। ਨਹੀਂ ਨਹੀਂ, ਇਹਨਾਂ ਨੇ ਤਾਂ ਬਦਬਖਤਾਂ ਨੇ ਇੱਥੋਂ ਤੱਕ ਕਹਿ ਦਿੱਤਾ ਵੀ ਜਿਹੜੇ ਸ਼੍ਰੀ ਚੰਦ ਤਾਂ ਲਖਮੀ ਦਾਸ ਹੋਏ ਆ ਉਹ ਗੁਰੂ ਨਾਨਕ ਦੇਵ ਜੀ ਨੇ ਲੌਂਗ ਦਿੱਤੇ ਸੀ ਮਾਤਾ ਜੀ ਨੂੰ, ਜਿਹੜੀਆਂ ਸੱਚੀਆਂ ਗੱਲਾਂ ਉਹ ਲੁਕੋ ਰਹੇ ਆ ਤੇ ਜਿਹੜੇ ਪਖੰਡ ਆ ਉਹ ਦੱਸ ਰਹੇ। ਹੁਣ ਉਹ ਲੌਂਗਾਂ ਦੀ ਘਟਨਾ ਦੇ ਆਸਰੇ ਨਾਲ ਅੱਜ ਹਰ ਸਾਧ ਜਿੰਨੇ ਨਾਨਕ ਸਰੀਆਂ ਦੇ ਇਹਨਾਂ ਦੇ ਸਾਧੜੇ ਆ, ਇਹ ਆਪਣੇ ਜਿਹੜੇ ਬੰਦੇ ਆ ਉਹਨਾਂ ਨੂੰ ਆਸ਼ੀਰਵਾਦ ਦੇ ਦੇ ਕੇ ਕੁੜੀਆਂ ਮੁੰਡਿਆਂ ਨੂੰ ਪਤੀ ਪਤਨੀ ਕਹਿ ਕੇ ਨਾਲ ਰੱਖ ਰਹੇ ਆ, ਪਰ ਸੌ ਤੀਵੀਆਂ ਦੇ ਨਾਲ ਆਪ ਰਹੇ ਆ। ਜਦੋਂ ਉਹਨਾਂ ਦੇ ਦੋ ਦੋ ਤਿੰਨ ਤਿੰਨ ਨਿਆਣੇ ਹੋ ਜਾਂਦੇ ਆ, ਉਹ ਬੰਦੇ ਕਿਤੇ ਹੋਰ ਰਹਿੰਦੇ ਹੁੰਦੇ ਆ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ, ਉਹਨਾਂ ਨੂੰ ਦੇ ਕੰਨਾਂ ਚ ਇਹ ਕਨਵਿੰਸ ਉਹਨਾਂ ਨੂੰ ਇਹ ਕੀਤਾ ਇਹਨਾਂ ਨੇ ਵੀ ਇਹ ਲੌਂਗ ਦੇ ਕੇ ਬੱਚੇ ਹੁੰਦੇ ਸ਼੍ਰੀ ਚੰਦ ਹੋਇਆ ਸੀ ਕਿ ਨਹੀਂ। ਇਹ ਸਾਧ ਵੀ ਫਿਰ ਖਸਮ ਨੂੰ ਇਹ ਕਹਿ ਦਿੰਦੇ ਆ ਵੀ ਜਿਹੜਾ ਤੇਰੀ ਰੰਨ ਦੇ ਬੱਚਾ ਹੋਇਆ ਠੀਕ ਆ, ਤੂੰ ਨਹੀਂ ਮਿਲਿਆ ਇਹਨੂੰ, ਇਹ ਤਾਂ ਬੇਟਾ ਲੌਂਗ ਦਿੱਤਾ ਸੀ ਮੈਂ, ਬਾਬਾ ਜੀ ਨੇ ਲੌਂਗ ਦਿੱਤਾ ਸੀ, ਠੀਕ ਆ। ਜਿਹੜੀ ਨਾ ਹੁਣ ਸਾਡਾ ਦਿਮਾਗ ਨਹੀਂ ਕਨਵਿੰਸ, ਸਾਡਾ ਦਿਮਾਗ ਕਹਿੰਦਾ ਵੀ ਦੇਖੋ ਇੱਦਾਂ ਕਿੱਦਾਂ ਹੋ ਜਾਊ, ਔਰਤ ਆਪ ਤਾਂ ਕਹੂਗੀ। ਹੁਣ ਜਦੋਂ ਨਾ ਜਿਹੜੀ ਸਮਾਜ ਦੀ ਮਜਬੂਰੀ ਆ, ਸੈਂਕੜੇ ਘਟਨਾਵਾਂ ਤੁਹਾਡੇ ਆਲੇ ਦੁਆਲੇ ਇੱਦਾਂ ਦੀਆਂ ਹੋਣੀਆਂ ਆ ਜਿੱਥੇ ਔਰਤ ਦੇ ਬੱਚਾ ਨਹੀਂ ਹੋ ਰਿਹਾ। ਇੱਕ ਇੰਗਲੈਂਡ ਦੇ ਵਿੱਚ ਤਾਂ ਕਾਫੀ ਪੁਰਾਣੀ ਗੱਲ ਆ, ਉਹ ਘਟਨਾ ਸਾਬਤ ਵੀ ਹੋ ਗਈ ਸੀ, ਉਹਨਾਂ ਦੇ ਉਹ ਰਿਸ਼ਤੇਦਾਰ ਨੇ ਕਿਸੇ ਨੇ ਨਾ ਜਿਹੜਾ ਬੰਦਾ ਸੀ ਉਹਦੇ ਰਿਸ਼ਤੇਦਾਰ ਨੇ ਟੈਸਟ ਕਰਵਾ ਲਿਆ ਬੰਦੇ ਦਾ, ਜਾਣੀ ਉਹ ਕਿਸੇ ਬੰਦੇ ਦੇ ਬੱਚਾ ਨਹੀਂ ਸੀ ਹੁੰਦਾ, ਕੋਈ ਹੋਰ ਔਰਤ ਉਹਦੀ ਤੀਮੀ ਨੂੰ ਲੈ ਗਈ ਬਾਬੇ ਦੇ ਕੋਲ ਤੇ ਉਹ ਪ੍ਰੈਗਨੈਂਟ ਹੋ ਗਈ, ਠੀਕ ਹੈ, ਤੇ ਸਾਰੇ ਰੌਲਾ ਪੈ ਗਿਆ। ਉਹ ਜਦੋਂ ਕਿਤੇ ਪਹਿਲਾਂ ਗੱਲ ਹੁੰਦੀ ਸੀ, ਬੰਦੇ ਨੇ ਗੱਲ ਕੀਤੀ ਸੀ ਆਪਣੇ ਰਿਸ਼ਤੇਦਾਰ ਨਾਲ, ਉਹ ਬਲੱਡ ਟੈਸਟ ਹੋਇਆ ਸੀ ਪਹਿਲਾਂ, ਠੀਕ ਹੈ ਜੀ, ਉਹਨੂੰ ਪਤਾ ਸੀ ਮੁੰਡੇ ਨੂੰ ਵੀ ਇਹਦੇ ਬੱਚਾ ਨਹੀਂ ਹੋ ਸਕਦਾ, ਠੀਕ ਹੈ ਜੀ। ਹੁਣ ਉਹ ਤਾਂ ਗਰੰਟੀ ਆ, ਬਲੱਡ ਟੈਸਟ ਝੂਠ ਥੋੜੀ ਬੋਲੂਗਾ। ਹਾਂਜੀ ਹਾਂਜੀ, ਉਹ ਤਾਂ ਸਹੀ ਗੱਲ ਹੈ, ਤੇ ਹੁਣ ਉੱਥੇ ਉਸ ਬੱਚੇ ਦਾ DNA ਹੋ ਜਾਵੇ ਤਾਂ ਸਾਬਤ ਹੋ ਜਾਣਾ ਪੈਂਦਾ, ਨਹੀਂ ਹੈਗਾ। ਹੁਣ ਪਰ ਗੱਲ ਇਹ ਆ ਵੀ ਜਿਹੜੀ ਔਰਤ ਆ ਨਾ ਉਸ ਵੇਲੇ, ਉਹ ਔਰਤ ਦੀ ਮਜਬੂਰੀ ਬਣੀਓ ਆ, ਜੇ ਉਹ ਉਸ ਵੇਲੇ ਰੌਲਾ ਪਾਊਗੀ, ਕਹੂਗੀ ਵੀ ਨਹੀਂ ਮੈਂ ਬਾਬੇ ਦੇ ਗਈ ਸੀ, ਇਹ ਫਲਾਨੀ ਔਰਤ ਮੈਨੂੰ ਬਾਬੇ ਦੇ ਲੈ ਕੇ ਗਈ ਆ, ਮੈਂ ਉੱਥੇ ਗਈ ਆ, ਇਹਨਾਂ ਨੇ ਮੈਨੂੰ ਕਿਹਾ ਵੀ ਤੈਨੂੰ 5 ਰਾਤਾਂ ਚੌਂਕੀ ਭਰਨੀ ਪੈਣੀ ਆ, ਜਦੋਂ ਉੱਥੇ ਜਾ ਕੇ ਮੈਂ ਚੌਂਕੀ ਭਰਨ ਦੀ ਗੱਲ ਕੀਤੀ ਆ ਤਾਂ ਇਹ ਬਾਬਾ ਮੇਰੇ ਨਾਲ ਸੁੱਤਾ। ਹੁਣ ਜਦੋਂ ਚੌਂਕੀ ਭਰਨ ਦੀ ਗੱਲ ਕਰਦੇ ਆ ਨਾ, ਜਦੋਂ ਇਹ ਕਹਿੰਦੇ ਆ, ਉਦੋਂ ਉਹ ਪਹਿਲਾਂ ਜਿਹੜੀਆਂ ਘਰਾਂ ਦੀਆਂ ਔਰਤਾਂ ਹੁੰਦੀਆਂ ਆ, ਵੈਸੇ ਵੀ ਤੁਸੀਂ ਖਿਆਲ ਰੱਖਿਓ ਵੀ ਜਦੋਂ ਨਾ ਸਾਡੀਆਂ ਲੜਕੀਆਂ ਦੇ ਰਿਸ਼ਤੇ ਹੋਣ ਲੱਗਦੇ ਆ, ਉਦੋਂ ਜਦੋਂ ਮੁੰਡੇ ਵਾਲੇ ਸਵਾਲ ਕਰਦੇ ਆ ਵੀ ਅਸੀਂ ਇਹ ਗਰੰਟੀ ਚਾਹੁੰਦੇ ਆ ਵੀ ਸਾਨੂੰ ਦੱਸੋ ਕੁੜੀ ਵਰਜਨ ਆ, ਵੀ ਅਸੀਂ ਉਹ ਕਹਿੰਦੇ ਵੀ ਹਾਂ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ, ਅਗਲੇ ਕਹਿੰਦੇ ਟੈਸਟ ਕਰਾਉਣਾ ਚਾਹੁੰਦੇ ਆ। ਹੁਣ ਉਹ ਟੈਸਟ ਲਈ ਘਰ ਦੇ ਬੰਦੇ ਨਹੀਂ, ਬੰਦਿਆਂ ਨੂੰ ਨਹੀਂ ਪਤਾ ਹੁੰਦਾ, ਔਰਤਾਂ ਹੀ ਤਿਆਰ ਹੁੰਦੀਆਂ ਆ, ਤੇ ਉਹ ਉੱਥੇ ਵੀ ਜਦੋਂ ਬਾਬਿਆਂ ਦੇ ਸਾਧਾਂ ਦੇ ਕੇਸ ਵਿੱਚ ਜਿਹੜੀਆਂ ਔਰਤਾਂ ਲੈ ਕੇ ਜਾਂਦੀਆਂ, ਜੇ ਮੰਨ ਲਓ ਹੁਣ ਮੇਰੀ ਪਤਨੀ ਆ, ਮੇਰੀ ਬੱਚੀ ਆ, ਉਹਨੂੰ ਜੇ ਮੇਰੀ ਮਾਤਾ, ਮੇਰੀ ਸੱਸ, ਕੋਈ ਹੋਰ ਜਿਹੜਾ ਘਰ ਦਾ ਜੀ ਲੈ ਕੇ ਜਾਊਗਾ, ਉਹ ਕਿਸੇ ਔਰਤ ਦੇ ਰਾਹੀਂ ਹੀ ਜਾਊਗਾ। ਹੁਣ ਜਦੋਂ ਜਾਂਦੇ ਆ ਤੇ ਬਾਬੇ ਜਿਹੜੇ ਸਵਾਲ ਪੁੱਛਦੇ ਨਾ ਉਹਨਾਂ ਨੂੰ, ਉਹ ਇਹ ਪੁੱਛਦੇ ਆ ਵੀ ਉਹਨੂੰ ਔਰਤਾਂ ਦੇ ਰਾਹੀਂ ਵੀ ਦੱਸੋ ਇਹਨੂੰ ਇਹਦੇ ਜਿਹੜੇ ਮੰਥਲੀ ਪੀਰੀਅਡ ਆ ਉਹ ਰੈਗੂਲਰ ਹੈਗੇ ਜਾਂ ਨਹੀਂ ਹੈਗੇ, ਜੇ ਹੈਗੇ ਆ ਤੇ ਉਹਦੀ ਤਰੀਕ ਕਿਹੜੀ ਆ,
ਉਹ ਫਿਰ ਦੋ ਤਿੰਨ ਮਹੀਨੇ ਸੱਦ ਕੇ ਉਹਨਾਂ ਨੂੰ ਉਹ ਤੋਂ ਪਹਿਲਾਂ ਸ਼ੋਰ ਕਰਦੇ ਆ ਵੀ ਦੱਸੋ ਜੀ ਵੀ ਪਿਛਲੇ ਮਹੀਨੇ ਕਿਹੜੀ ਤਰੀਕ ਨੂੰ ਸਟਾਰਟ ਹੋਈ ਸੀ, ਕਦੋਂ ਖਤਮ ਹੋਏ ਆ, ਹੁਣ ਕਦੋਂ ਹੋਣੇ ਆ। ਉਹ ਜਿਹੜੇ ਪੀਰੀਅਡ ਦੇ ਦਿਨ ਹੁੰਦੇ ਨਾ, 28 ਦਿਨ ਦਾ ਸਾਈਕਲ ਆ ਜਾਂ 30 ਦਿਨ ਦਾ ਜਿੰਨਾ ਵੀ ਸਾਈਕਲ ਆ, ਉਹਦੇ ਵਿਚਾਲੇ ਸਰਟਨ ਦਿਨ ਹੁੰਦੇ ਆ 4-5 ਜਿਹਦੇ ਵਿੱਚ ਔਰਤ ਦੇ ਗਰਭਵਤੀ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਮੈਡੀਕਲੀ ਪਤਾ ਆ ਉਹਨਾਂ ਨੂੰ ਪਤਾ। ਉਹ ਫਿਰ ਉਹਨੂੰ ਸਟਿਮੂਲੇਟ ਕਰਨ ਦੇ ਲਈ ਜਿਹੜੀ ਦਵਾਈ, ਜਿਹੜੀਆਂ ਪੁੜੀਆਂ ਦਿੰਦੇ ਆ, ਪੁੜੀ ਦੇ ਵਿੱਚ ਦਵਾਈ ਦਿੰਦੇ ਆ ਉਹ, ਪਹਿਲਾਂ ਦਿਨ ਪੁੱਛ ਲੈਂਦੇ ਆ, ਫਿਰ ਜਦੋਂ ਪਤਾ ਲੱਗ ਜਾਂਦਾ ਫਿਰ ਉਹ ਕਰਦੇ ਵੀ ਦੇਖੋ ਜੀ ਤੁਸੀਂ 28 ਤਰੀਕ ਨੂੰ ਤੁਸੀਂ ਪੁੰਨਿਆ ਤੋਂ 3 ਦਿਨ ਬਾਅਦ ਆ ਕੇ ਚੌਂਕੀ ਭਰਿਓ। ਉਹ ਹੁਣ ਅਗਲੇ ਨੂੰ ਤਾਂ ਇਹ ਹੁੰਦਾ ਵੀ ਮੈਨੂੰ ਬੜੇ ਦਿਨਾਂ ਦੇ ਦਿਨ ਸੱਦਿਆ ਵੀ ਅਗਲੀ ਸੰਗਰਾਂਦ ਤੋਂ 2 ਦਿਨ ਪਹਿਲਾਂ ਆ ਜਾਇਓ ਜੀ ਤੁਸੀਂ, ਪਰ ਉਹ ਦਿਨ ਜਿਹੜੇ ਆ ਉਹਨਾਂ ਦੇ ਪੀਰੀਅਡ ਨਾਲ, ਉਹਦੇ ਸਾਈਕਲ ਨਾਲ ਸੰਬੰਧਿਤ ਹੁੰਦੇ ਆ ਉਹ। ਹੁਣ ਉਹਨਾਂ ਦਿਨਾਂ ਚ ਉਹ ਦਵਾਈ ਪੁੜੀ ਦੇ ਕੇ ਕਰਕੇ ਫਿਰ ਉਹ ਚੌਂਕੀਆਂ ਜਦੋਂ ਭਰਾਉਂਦੇ ਆ ਤੇ ਉਦੋਂ ਗੱਲ ਜਿਹੜੀ ਆ ਨਾ, ਮਾਤ ਪਿਤਾ ਬਿਨ ਬਾਲ ਨਾ ਹੋਈ, ਹਰੇਕ ਨੂੰ ਪਤਾ ਭਾਜੀ, ਹਰੇਕ ਨੂੰ ਠੀਕ ਆ ਨਾ। ਬਸ ਉਹ ਅਗਲੇ ਨੂੰ ਆਸ ਇੰਨੀ ਕੁ ਬਣਾ ਦਿੰਦੇ ਆ, ਔਰ ਜੇ ਔਰਤ ਨੂੰ ਪਤਾ ਆ ਵੀ ਜੇ ਮੇਰੇ ਬੱਚਾ, ਦੇਖੋ ਕੁਦਰਤ ਵੱਲੋਂ ਆ ਯਾਰ ਇਹ ਕਮਜ਼ੋਰੀ, ਔਰਤ ਅੰਦਰ ਵੀ ਹੋ ਸਕਦੀ, ਮਰਦ ਅੰਦਰ ਵੀ ਹੋ ਸਕਦੀ ਆ, ਪਰ ਔਰਤ ਦੀ ਚਾਹਨਾ ਹੁੰਦੀ ਆ ਮਾਂ ਬਣਨ ਦੀ, ਇਹ ਕੁਦਰਤ ਵੱਲੋਂ ਆ ਉਹਦੇ ਆਪਣੇ, ਕਿਉਂਕਿ ਅਸੀਂ ਸਾਡਾ ਸਮਾਜ ਉੱਤੇ ਸਮਾਜ ਸਾਡਾ ਇਹੋ ਜਿਹਾ ਜਿਹੜਾ ਮਿਹਣੇ ਮਾਰ ਮਾਰ ਕੇ ਬੁਰਾ ਹਾਲ ਕਰ ਦਿੰਦਾ। ਉਸ ਵੇਲੇ ਔਰਤ ਲਈ ਉਹ ਜਿਹੜਾ ਇਹ ਦੋਸ਼ ਆ ਉਹ ਤਾਂ ਬਰਦਾਸ਼ਤ ਕਰ ਲੈਂਦੀ ਆ, ਪਰ ਉਹਨੂੰ ਇਹ ਔਖਾ ਲੱਗਦਾ ਆ ਵੀ ਜੇ ਮੇਰਾ ਬੱਚਾ ਨਾ ਹੋਇਆ, ਮੈਨੂੰ ਛੱਡ ਦਿੱਤਾ ਘਰ ਵਾਲੇ ਨੇ, ਫਿਰ ਮੈਂ ਕਿੱਥੇ ਜਾਊਂਗੀ, ਕਿੱਥੇ ਜਾਊਂ। ਔਰ ਦੂਜੀ ਗੱਲ ਮੈਂ ਇਹ ਵੀ ਗਰੰਟੀ ਦੇ ਦਿੰਦਾ, ਮੈਂ ਕਹਿੰਦਾ ਚੰਗੀਆਂ ਸਿਆਣੀਆਂ ਔਰਤਾਂ ਜਿੱਦਾਂ ਦਾ ਜਾਲ ਆ ਨਾ ਇਹਨਾਂ ਦਾ ਸਾਧਾਂ ਦਾ ਵਿਛਿਆ ਆ, ਉਹਦੇ ਚ ਫਸਾ ਇਸ ਤਰੀਕੇ ਨਾਲ ਲੈ ਲੈਂਦੇ ਆ ਵੀ ਉੱਥੇ ਉਹ ਬੋਲਣ ਜੋਗੀ ਕਹਿਣ ਜੋਗੀ ਰਹਿੰਦੀ ਨੀ, ਉਹਨੂੰ ਪਤਾ ਹੁੰਦਾ। ਔਰ ਇੱਕ ਮੈਂ ਇਹ ਵੀ ਦੱਸ ਦਿੰਦਾ, ਮੈਂ ਦੱਸਿਆ ਸੀ ਨਾ ਪਿਛਲੇ ਦਿਨ ਇੱਥੇ ਵੀ ਉਹ ਬੀਬੀ ਕਹਿੰਦੀ ਵੀ ਮੈਂ ਦਰਬਾਰ ਸਾਹਿਬ ਉਹ ਰਾਗੀ ਜਥੇ ਨੂੰ ਜਿਹਨੂੰ ਮੈਂ ਪਸੰਦ, ਜਾਣੀ ਬਹੁਤ ਜ਼ਿਆਦਾ ਕੀਰਤਨ ਪਸੰਦ ਕਰਦੀ ਸੀ ਨਾ, ਮੈਂ ਜਾ ਕੇ ਬੈਠੀ ਤੇ ਉਹਨੂੰ ਕਹਿੰਦੀ ਉੱਥੇ ਕੀਰਤਨ ਕਰਦੇ ਨੇ, ਮੈਨੇ ਉਹ ਅੱਖ ਮਾਰ ਦਿੱਤੀ। ਹੁਣ ਉਹ ਕਹਿੰਦੀ ਤਿੰਨ ਭਰਾ ਸ਼ਾਇਦ ਵੀ ਬਾਪ ਮੇਰਾ, ਮੇਰੇ ਚ ਇੰਨੀ ਹਿੰਮਤ ਨਹੀਂ ਸੀ ਵੀ ਮੈਂ ਉਹਨਾਂ ਨੂੰ ਕਹਿ ਦਿੰਦੀ, ਤੁਸੀਂ ਸਾਡੀ ਬਹੁ ਗਿਣਤੀ ਪਰਿਵਾਰਾਂ ਦੇ ਵਿੱਚ ਜਦੋਂ ਲੜਕੀ ਜਾ ਕੇ ਕੁਛ ਕਹਿੰਦੀ ਆ, ਪਹਿਲਾ ਸਟੈਪ ਘਰਦਿਆਂ ਦਾ ਇਹ ਹੁੰਦਾ ਵੀ ਤੂੰ ਏਦਾਂ ਦੇ ਕੱਪੜੇ ਪਾ ਕੇ ਜਾਏਂਗੀ ਤੇ ਅਗਲਾ ਹੋਰ ਕੀ ਕਰੂਗਾ, ਤੇ ਤੂੰ ਦੇਖ ਕੇ ਹੱਸੀ ਹੋਣੀ, ਹਿੜਹਿੜ ਕਰਦੀ ਹੋਣੀ ਆ। ਕੁੜੀ ਜਦੋਂ 15-16 ਸਾਲ ਦੀ ਹੋਣ ਲੱਗਦੀ ਆ, ਕਿਉਂਕਿ ਉਹਦੇ ਅੰਦਰ ਉਹਦਾ ਸੁਭਾਅ ਚੰਚਲਤਾ, ਉਹਨੂੰ ਬਾਰ ਬਾਰ ਟੋਕਿਆ ਹੀ ਜਾਂਦਾ ਭੇਣ ਤੂੰ ਖੜੀ ਕਿੱਦਾਂ, ਛਾਤੀ ਕੱਢ ਕੇ ਖੜ ਜਾਂਦੀ ਆ, ਕੱਪੜੇ ਚੱਜ ਨਹੀਂ, ਕਿੱਧਰ ਮੂੰਹ ਚੱਕ ਤੁਰਿਆ, ਮਤਲਬ ਉਹ ਪਹਿਲਾਂ ਹੀ ਉਹਦੇ ਮਾਨਸਿਕ ਦਬਾਅ ਪਾਇਆ ਜਾਂਦਾ ਉਹਤੇ, ਉਹਨੂੰ ਪਤਾ ਹੈ ਵੀ ਜੇ ਮੈਂ ਸ਼ਿਕਾਇਤ ਲਾਈ, ਮੈਂ ਕੁਛ ਕਿਹਾ ਵੀ ਮੈਨੂੰ ਛੇੜਿਆ, ਮੈਨੂੰ ਕਿਸੇ ਨੇ ਕੁਛ ਕਿਹਾ, ਤੇ ਪਹਿਲਾਂ ਹੀ ਨੀ ਮੇਰੇ ਦੁਆਲੇ ਹੋ ਜਾਣਾ, ਪਹਿਲਾਂ ਉਸੇ ਨੂੰ ਟੋਕਿਆ ਜਾਣਾ। ਬਸ ਉਹ ਹੁਣ ਤੁਸੀਂ ਅੰਦਾਜ਼ਾ ਲਾਓ ਭਾਈ ਹੁੰਦਾ, ਨਹੀਂ ਤਾਂ ਭਾਈ ਉਹ ਕਹਾਣੀ ਸੁਣਾਈ ਸੀ ਨਾ ਕਿਸੇ ਨੇ, ਪਈ ਕੋਈ ਏਦਾਂ ਕੋਈ ਬੰਦਾ ਕਿਸੇ ਨਾਲ ਲਾਪਿਆ ਕਰਨ ਪਈ, ਮੈਂ ਕਹਿੰਦਾ ਡਾਕਟਰ ਦੇ ਗਿਆ ਤੇ ਡਾਕਟਰ ਕਹਿੰਦਾ ਵੀ ਤੇਰੇ ਬੱਚਾ ਨੀ ਹੋਣਾ, ਠੀਕ ਹੈ, ਕਹਿੰਦਾ ਟੈਸਟ ਕਰਵਾ ਤੇ ਸਾਰਾ ਕੁਛ ਹੋ ਗਿਆ ਤੇ ਬਸ ਜੀ ਉਹ ਉਹ ਅਸੀਂ ਕਿਹਾ ਵੀ ਕੋਈ ਇਲਾਜ, ਕਹਿੰਦਾ ਕੋਈ ਇਲਾਜ ਨੀ, ਹੋ ਹੀ ਨੀ ਸਕਦਾ ਵੀ ਜਿਹੜੀ ਕਮਜ਼ੋਰੀ ਆ ਤੇਰੀ ਉਹ ਪੂਰੀ ਨੀ ਹੋਣੀ। ਅਸੀਂ ਕਹਿੰਦਾ ਬਾਬੇ ਦੇ ਗਏ, 5 ਚੌਂਕੀਆਂ ਭਰੀਆਂ ਤੇ ਬੱਚਾ ਹੋ ਗਿਆ। ਉਹ ਅਗਲਾ ਕਹਿੰਦਾ ਵੀ ਜਾਂ ਤਾਂ ਡਾਕਟਰ ਨੇ ਝੂਠ ਬੋਲਿਆ ਤੈਨੂੰ, ਟੈਸਟ ਤੇਰਾ ਠੀਕ ਨੀ ਹੋਇਆ, ਜਾਂ ਫਿਰ ਕੁਛ ਹੋਰ ਹੋਇਆ ਵੀ ਇੱਦਾਂ ਨਹੀਂ ਮੰਨਿਆ ਉਹ, ਨਹੀਂ ਮੰਨਿਆ। ਹੁਣ ਫਿਰ ਉਹਨੂੰ ਕਹਾਣੀ ਸੁਣਾਈ, ਉਹ ਕਹਿੰਦਾ ਇੱਕ ਬੰਦਾ ਸੀਗਾ ਉਹ ਸ਼ਿਕਾਰ ਖੇਡਣ ਗਿਆ, ਅੱਗੇ ਵੀ ਜਾਂਦਾ ਸੀ, ਸ਼ੇਰ ਦਾ ਸ਼ਿਕਾਰ ਖੇਡਣਾ ਸੀ ਉਹਨੇ, ਇੱਕ ਦਿਨ ਗਿਆ ਤੇ ਉਹਨੇ ਜੰਗਲ ਦੇ ਬਾਹਰ ਆਪਣੀ ਕਾਰ ਖੜੀ ਕੀਤੀ, ਜਦੋਂ ਕਹਿੰਦਾ ਕਾਰ ਚੋਂ ਤੁਰਨ ਲੱਗਾ, ਜਿਹੜਾ ਜਿਹੜਾ ਉਹਨੂੰ ਸਮਾਨ ਚਾਹੀਦਾ ਸੀ ਰਾਹ ਦੇ ਵਿੱਚ, ਆਪਣਾ ਖਾਣਾ ਪੀਣਾ ਜੋ ਵੀ ਆ, ਕਿਉਂਕਿ ਜਿਹੜੇ ਹੰਟਿੰਗ ਕਰਨ ਜਾਂਦੇ ਆ ਉਹਨਾਂ ਨੂੰ ਪਤਾ ਆ ਵੀ ਇੱਕ ਸਰਟਨ ਪੁਆਇੰਟ ਤੋਂ ਬਾਅਦ ਅੱਗੇ ਜਾ ਕੇ ਇਹ ਨਾ ਕਾਰ ਜਾਂਦੀ ਹੁੰਦੀ ਆ, ਨਾ ਕੋਈ ਉੱਥੇ ਨੈਟਵਰਕ ਵੀ ਇੱਦਾਂ ਨਹੀਂ ਹੁੰਦਾ, ਉਹਨਾਂ ਦੇ ਆਪਣੀ ਕੋਈ ਜਾਣੀ ਕਹਿ ਲਓ ਗੁਣ ਹੁੰਦੇ ਜਿਹਦੇ ਰਾਹੀਂ ਉਹ ਲੱਭਦੇ ਆ ਵੀ ਨਕਸ਼ੇ ਕਿੱਦਾਂ ਆ। ਉਹਨੇ ਉਹ ਸਮਾਨ ਚੱਕ ਲਿਆ ਤੇ ਜਦੋਂ
ਕਿਤੇ ਬੇਧਿਆਨਾ ਸੀ, ਕਾਹਲੀ ਕਾਹਲੀ ਦੇ ਵਿੱਚ ਜਿਹੜੀ ਬੰਦੂਕ ਸੀ ਨਾ ਉਹਦੀ, ਹਾਂਜੀ ਪਟਾ ਤਾਂ ਉਹਨੂੰ ਗੋਲੀਆਂ ਵਾਲਾ ਪਟਾ ਚੱਕ ਲਿਆ, ਉਹ ਪਾ ਲਿਆ, ਪਰ ਬੰਦੂਕ ਦੇ ਭੁਲੇਖੇ ਉਹਨੇ ਛਤਰੀ ਨੂੰ ਹੱਥ ਪਾ ਲਿਆ, ਠੀਕ, ਛਤਰੀ ਲੈ ਕੇ ਚਲਾ ਗਿਆ, ਠੀਕ ਹੈ ਜੀ। ਉਹ ਜਾਣੀ ਗਿਆ ਜਾ ਕੇ, ਰੋਜ਼ ਅੱਗੇ ਵੀ ਜਾਂਦਾ ਹੀ ਸੀ, ਰੋਜ਼ ਗਿਆ ਉਹਦੇ ਵਾਂਗ ਗਿਆ ਆਪਣਾ, ਬਾਕੀ ਜਦੋਂ ਘੰਟਾ ਦੋ ਘੰਟੇ ਵੇਟ ਕੀਤੀ, ਥਰਮੋਸ ਦੇ ਵਿੱਚ ਚਾਹ ਸੀ ਆਪਣੀ, ਜੋ ਪੀ ਲਈ, ਜੋ ਕਰ ਲਿਆ ਉਹਨੇ, ਅਚਾਨਕ ਕਿਤੇ ਉਹਦੇ ਸਾਹਮਣੇ ਸ਼ੇਰ ਆ ਗਿਆ, ਠੀਕ ਹੈ ਜੀ। ਹੁਣ ਸ਼ੇਰ ਦਾ ਤਾਂ ਸ਼ਿਕਾਰ ਖੇਡਣ ਗਿਆ ਸੀ ਉਹ, ਘਾਤ ਲਾ ਕੇ ਬੈਠਾ ਸੀ, ਸ਼ੇਰ ਆ ਗਿਆ, ਉਹ ਕਹਿੰਦਾ ਵੀ ਹੁਣ ਜਦੋਂ ਦੇਖਿਆ ਇਕਦਮ ਚੱਕ ਕੇ ਹੱਥ ਚ ਤਾਂ ਉਹਦੇ ਛਤਰੀ ਸੀ, ਛਤਰੀ ਸੀ, ਪਰ ਕਹਿੰਦਾ ਉਹਨੇ ਛਤਰੀ ਨੂੰ ਜਿੱਦਾਂ ਬੰਦੂਕ ਨੂੰ ਲਾਈਦਾ ਮੋਢੇ ਨੂੰ, ਇੱਦਾਂ ਹੀ ਕਹਿੰਦਾ ਛਤਰੀ ਨੂੰ ਲਾਇਆ ਮੋਢੇ ਨੂੰ, ਤੇ ਉਹਨੂੰ ਜਿੱਦਾਂ ਘੋੜਾ ਦੱਬੀ ਦਾ ਗੰਨ ਦਾ, ਇੱਦਾਂ ਹੀ ਘੋੜਾ ਦੱਬਿਆ ਤੇ ਸ਼ੇਰ ਮਰ ਗਿਆ, ਗੋਲੀ ਵੀ ਚੱਲ ਗਈ, ਗੋਲੀ ਵੀ ਚੱਲੀ ਤੇ ਸ਼ੇਰ ਵੀ ਮਰ ਗਿਆ, ਸ਼ੇਰ ਮਰ ਗਿਆ। ਉਹ ਬੰਦਾ ਕਹਿੰਦਾ ਕਹਿੰਦਾ ਹੱਦ ਹੋ ਗਈ ਭਈ, ਛਤਰੀ ਦੇ ਵਿੱਚ ਗੋਲੀ ਕਿੱਦਾਂ ਪੈ ਗਈ, ਘੋੜਾ ਕਿੱਦਾਂ ਦੱਬ ਹੋ ਗਿਆ। ਉਹ ਬੰਦਾ ਕਹਿੰਦਾ ਮੈਂ ਤੈਨੂੰ ਗਰੰਟੀ ਦਿੰਦਾ ਸ਼ੇਰ ਗੋਲੀ ਠਾ ਦੇਣੀ, ਆਵਾਜ਼ ਹੋਈ, ਸ਼ੇਰ ਮਰ ਗਿਆ, ਸ਼ੇਰ ਮਰ ਗਿਆ। ਉਹ ਕਹਿੰਦਾ ਨਹੀਂ, ਕਹਿੰਦਾ ਇੱਦਾਂ ਨਹੀਂ ਹੋ ਸਕਦਾ, ਉੱਥੇ ਕੋਈ ਹੋਰ ਸ਼ਿਕਾਰੀ ਹੋਣਾ ਜਿਹੜਾ ਸੱਚੀ ਗੰਨ ਲੈ ਕੇ ਗਿਆ ਹੋਣਾ। ਜਦੋਂ ਸ਼ੇਰ ਸਾਹਮਣੇ ਆਇਆ, ਜਦੋਂ ਛਤਰੀ ਵਾਲੇ ਬੰਦੇ ਨੂੰ ਦਿਸਿਆ ਨਾ, ਉਦੋਂ ਦੂਜੇ ਸ਼ਿਕਾਰੀ ਨੂੰ ਵੀ ਦਿਸਿਆ ਹੋਣਾ ਉਹ। ਛਤਰੀ ਵਾਲੇ ਨੇ ਤਾਂ ਇੱਦਾਂ ਜਿੱਦਾਂ ਗੰਨ, ਕਿਉਂਕਿ ਉਹ ਤਾਂ ਸੀਗਾ ਭੁਲੇਖੇ ਚ, ਹੁਣ ਤਾਂ ਜਿੱਦਾਂ ਗੰਨ ਫੜੀ ਦੀ, ਛਤਰੀ ਲਾਈ ਮੋਢੇ ਨੂੰ, ਉਹਨੇ ਇੱਦਾਂ ਕਰ ਦਿੱਤਾ, ਤੇ ਉਧਰ ਉਸੇ ਹੀ ਟਾਈਮ ਅਚਾਨਕ ਕਿਤੇ ਉਸੇ ਹੀ ਟਾਈਮ ਸੱਚੀ ਨੇ ਸ਼ਿਕਾਰੀ, ਜੇ ਕੋਈ ਸੱਚੀ ਦੀ ਗੰਨ ਸੀ, ਉਹਨੇ ਗੋਲੀ ਚਲਾਈ ਤੇ ਸ਼ੇਰ ਮਰ ਗਿਆ, ਸ਼ੇਰ ਮਰ ਗਿਆ। ਉਹ ਕਹਿੰਦਾ ਫਿਰ ਸਮਝ ਗਿਆ ਕਿ ਨਹੀਂ ਹੁਣ, ਜਿਹੜਾ ਜਿਹੜਾ ਤੇਰੇ ਮੁੰਡਾ ਹੋਇਆ ਨਾ, ਉਹ ਬਾਬੇ ਦੇ ਆਸ਼ੀਰਵਾਦ ਨਾਲ ਨੀ ਹੋਇਆ, ਕੋਈ ਹੋਰ ਸ਼ਿਕਾਰੀ ਹੋਣਾ ਉੱਥੇ, ਹੋਰ ਸ਼ਿਕਾਰੀ। ਛਤਰੀਆਂ ਨਾਲ ਗੋਲੀ ਨੀ ਚੱਲਦੀ, ਜੇ ਟੈਸਟ ਵਿੱਚ ਆ ਗਿਆ, ਬਲੱਡ ਟੈਸਟ ਵਿੱਚ ਨਹੀਂ ਹੋਣਾ ਤਾਂ ਨਹੀਂ ਹੋਇਆ ਉਹ, ਨਹੀਂ ਹੋਣਾ, ਸਹੀ ਗੱਲ ਹੈ, ਠੀਕ ਹੈ। ਹੁਣ ਅਸੀਂ ਅਸੀਂ ਨਹੀਂ, ਸਾਡੀ ਜਾਣੀ ਸਮਾਜ ਨੇ ਔਰਤ ਤੇ ਦਬਾਅ ਇੰਨਾ ਕੁ ਪਾਇਆ ਆ ਵੀ ਜੇ ਬੱਚਾ ਨਾ ਹੋਇਆ, ਉਹਨੂੰ ਮਾਨਸਿਕ ਸ਼ੋਸ਼ਣ ਕਰਕੇ ਜਿੱਦਾਂ ਉਹਦਾ ਕਤਲ ਕੀਤਾ ਜਾਂਦਾ, ਔਰ ਦੂਜੀ ਗੱਲ ਜੇ ਇੱਕ ਡਰ ਜਿਹੜਾ ਉਹਦੇ ਉੱਤੇ ਆ ਵੀ ਜੇ ਮੇਰੇ ਬੱਚਾ ਨਾ ਹੋਇਆ ਤਾਂ ਮੇਰੇ ਖਸਮ ਨੇ ਛੱਡ ਦੇਣਾ ਮੈਨੂੰ, ਛੱਡ ਦੇਣਾ, ਸਹੀ ਗੱਲ। ਔਰ ਦੂਜੀ ਜ਼ਿੰਦਗੀ ਜਿਹੜੀ ਇੱਕ ਉਦੋਂ ਵੀ ਬਦਤਰ ਜ਼ਿੰਦਗੀ ਉਹਨੂੰ ਸਾਹਮਣੇ ਦਿਸ ਰਹੀ ਹੁੰਦੀ ਆ ਵੀ ਜੇ ਮੇਰੇ ਬੱਚਾ ਨਾ ਹੋਣ ਦੀ ਸੂਰਤ ਵਿੱਚ ਮੇਰਾ ਮਰਦ ਕਿਸੇ ਹੋਰ ਔਰਤ ਨੂੰ ਘਰੇ ਲੈ ਆਇਆ। ਉਹਨੂੰ ਦੋ ਪਾਸੇ ਆਪਸ਼ਨ ਹੈ ਜੀ, ਬੰਦੇ ਨੂੰ ਦੋਨੇ ਪਾਸੇ ਆਪਸ਼ਨ ਹੈ, ਬੁੜੀ ਕੋਲੇ ਕੋਈ ਆਪਸ਼ਨ। ਹਾਂ, ਉਹ ਉਹ ਉਸ ਦਬਾਅ ਥੱਲੇ ਸਾਰਾ ਕੁਛ ਕਰਨੇ ਨੂੰ ਤਿਆਰ ਹੋ ਜਾਂਦੀ ਆ, ਹੋ ਜਾਂਦੀ ਆ। ਠੀਕ ਹੈ, ਚਲੋ ਠੀਕ ਹੈ ਵੀਰੇ, ਠੀਕ ਹੈ ਭਾਈ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਦੋਹਾਂ ਲਾਈਨਾਂ ਤੇ ਸਾਡੇ ਨਾਲ ਸਰੋਤੇ ਆ ਜੀ, ਧੰਨਵਾਦ ਤੁਹਾਡਾ, ਬਣਦਾ ਸੀ ਜਾਣਾ, 18 ਮਿੰਟ ਵੇਟ ਕੀਤੀ ਤੁਸੀਂ ਤੇ ਤੁਹਾਡਾ ਵੀ ਬਣਦਾ ਸੀ ਜਾਣਾ, ਠੀਕ ਆ। ਜ਼ਿਆਦੇ ਜ਼ਿਆਦੇ ਟਾਈਮ ਨੂੰ ਨਹੀਂ ਨਹੀਂ ਕੋਈ ਗੱਲ ਨਹੀਂ ਜੀ, ਆਪਾਂ ਕੋਈ ਕਾਹਲੀ ਨਹੀਂ ਹੈਗੀ, ਦੁਬਾਰਾ ਜ਼ਰੂਰੀ ਹੋਣਾ ਆ ਉਹਨਾਂ ਨੂੰ ਤੇ ਉਹ ਦੁਬਾਰਾ ਫੋਨ ਕਰ ਲੈਣਗੇ, ਠੀਕ ਆ ਜੀ। ਆਪਣਾ ਸਮਾਂ ਜਿਹੜਾ ਆ ਉਹ ਹੁਣ ਆਪਾਂ ਬ੍ਰੇਕ ਲੈ ਲਈਏ ਪਹਿਲਾਂ, ਠੀਕ ਆ ਵੀ ਜਿੰਨਾ ਕੁ ਟਾਈਮ ਸਾਡੇ ਕੋਲ ਹੋਇਆ, ਕੋਈ ਹੋਰ ਗੱਲਬਾਤ ਹੋਊਗੀ ਉਹ ਆਪਾਂ ਵਿਚਾਰ ਕਰ ਲਾਂਗੇ, ਠੀਕ ਆ ਜੀ। ਅਤੇ ਚਲੋ ਬ੍ਰੇਕ ਦੇ ਦੌਰਾਨ ਆਪਾਂ ਇੱਕ ਜੇ ਠੀਕ ਰਹਿ ਗਈ ਸਾਨੂੰ ਤੇ ਆਪਾਂ ਕੋਸ਼ਿਸ਼ ਕਰ ਲੈਂਦੇ ਹਾਂ, ਇੱਕ ਵੀਡੀਓ ਕਲਿੱਪ ਆ ਜੀ, ਛੋਟਾ ਜਿਹਾ, ਛੋਟਾ ਨਹੀਂ ਮੈਨੂੰ ਲੱਗਦਾ 15-20 ਮਿੰਟ ਦਾ ਹੋਊਗਾ, ਦੋਵੇਂ ਬ੍ਰੇਕਾਂ ਵਿੱਚ ਉਹ ਚੱਲ ਜਾਣਾ ਆ, ਠੀਕ ਆ। ਅਤੇ ਆਪਾਂ ਥੋੜ੍ਹਾ ਥੋੜ੍ਹਾ ਕਰਕੇ ਉਹਨੂੰ ਦੋ ਬ੍ਰੇਕਾਂ 'ਚ ਸੁਣ ਲੈਂਦੇ ਹਾਂ। ਟਕਸਾਲੀ ਵੀਰ ਆ ਅਮੈਰੀਕਾ ਤੋਂ, ਅਤੇ ਉਹਨੇ ਗੱਲਬਾਤ ਜਿਹੜਾ ਬਲਜੀਤ ਸਿੰਘ ਦਿੱਲੀ ਤੋਂ ਆ, ਕਥਾਕਾਰ ਆ ਉਹ, ਲੇਟਲੀ ਬਹੁਤ ਸਾਰੇ ਸਰੋਤੇ ਸਵਾਲ ਵੀ ਪੁੱਛਦੇ ਆ, ਕਈਆਂ ਦੀਆਂ ਵੀਡੀਓ ਵੀ ਆਉਣੀਆਂ ਵੀ ਉਹ ਬੰਦਾ ਕਾਫੀ ਬੋਲਡ ਜਿਹੜਾ ਆ, ਸਿੱਧਾ ਸਿੱਧਾ ਬੋਲ ਰਿਹਾ ਆ, ਉਹ ਭਾਈ ਬਹੁਤ ਕਮੀਣਾ ਬੰਦਾ ਆ, ਬੋਲਣ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ, ਬਹੁਤ ਦਗੇਬਾਜ਼ ਮੌਕਾ ਪ੍ਰਸਤ ਬੰਦਾ ਆ ਉਹ, ਠੀਕ ਆ। ਬੋਲਦਾ ਪਹਿਲਾਂ ਵੀ ਹੁੰਦਾ ਸੀ, ਇੱਥੇ ਅੱਗੇ ਅਸੀਂ ਕਈ ਵਾਰ ਦੱਸਿਆ ਵੀ ਨਿਊਜ਼ੀਲੈਂਡ ਉਹ ਆਇਆ, ਗੁਰਦੁਆਰੇ ਤਾਂ ਆਇਆ ਟਕਸਾਲੀਆਂ ਦੇ ਗੁਰਦੁਆਰੇ,
ਉੱਥੇ ਬੇਇੱਜ਼ਤੀ ਉਹਦੀ ਇੰਨੀ ਕੁ ਹੋ ਗਈ ਜਾਣੀ, ਜਿਸ ਕਰਕੇ ਮੈਨੂੰ ਲੱਗਦਾ ਮੁੜ ਕੇ ਹੋ ਸਕਦਾ ਕਿਸੇ ਨੇ ਸੱਦਿਆ ਨਾ ਹੋਵੇ, ਕੋਈ ਸਬੱਬ ਨਾ ਬਣਿਆ ਹੋਵੇ। ਅਤੇ ਉਹਨ ਫਿਰ ਆਹ ਰਾਹ ਜਿਹੜਾ ਵੀਡੀਓ ਬਣਾ ਕੇ ਆਪਣੀਆਂ ਗੱਲਾਂ ਕਹਿਣ ਦਾ, ਗੱਲਾਂ ਉਹ ਜਿਹੜੀਆਂ ਸਾਰੀਆਂ ਜਿੱਦਾਂ ਭਾਈ ਸਾਹਿਬ ਕਰਦੇ ਆ ਉਹੀ ਕਰਦਾ, ਪਰ ਕਰਦਾ ਖਮੀਣਗੀ ਦੇ ਨਾਲ ਆ। ਆਉਣ ਵਾਲੇ ਸਮੇਂ 'ਚ ਵੀ ਇੱਦਾਂ ਹੋਣੀਆਂ, ਜਿੱਦਣ ਕਿਤੇ ਉਹ ਟਕਸਾਲੀਆਂ ਨੇ ਫੜ ਕੇ ਕੋਈ ਗੱਲ ਕੀਤੀ ਅਤੇ ਸਾਰਾ ਕੁਛ ਮੰਨਣ ਲਈ ਤਿਆਰ ਹੋ ਜਾਣਾ ਉਹਨੇ, ਠੀਕ ਆ। ਆਪਾਂ ਕੇਅਰਫੁੱਲ ਰਹੋ, ਪਰ ਉਹਦੇ ਕਿਸੇ ਵੀਡੀਓ ਕਲਿੱਪ ਦੇ ਉੱਤੇ ਟਕਸਾਲੀ ਨੇ ਵਿਚਾਰ ਕੀਤੀ ਹੋਆ, ਦੋ ਕਮੀਣੇ ਜਿਹੜੇ ਆ ਉਹ ਇਕੱਠੇ ਹੋਏ ਹੋ, ਇੱਕ ਗਿਆਨ ਦੀ ਗੱਲ ਕਰ ਰਿਹਾ ਆ ਅਤੇ ਇੱਕ ਆਪਣੀਆਂ ਮਾਨਤਾਵਾਂ ਦੀ ਕਰ ਰਿਹਾ ਆ, ਠੀਕ ਆ। ਉਹ ਆਪਾਂ ਜਿਹੜੀਆਂ ਉਹਦੀਆਂ ਟਕਸਾਲੀਆਂ ਦੀ ਮਾਨਤਾ ਆ ਉਹਨੂੰ ਆਪਾਂ ਸੁਣ ਲੈਂਦੇ ਹਾਂ ਬ੍ਰੇਕ ਦੇ ਦੌਰਾਨ। ਬਹੁਤ ਵਿਚਾਰਾ ਫਰਸਟ੍ਰੇਟ ਹੋ ਕੇ ਗੱਲ ਕਰਦਾ, ਅਤੇ ਤੁਸੀਂ ਸਰੋਤਿਆਂ ਨੂੰ ਬੇਨਤੀ ਆ ਜਿਹੜੇ ਫੋਨ ਕਰ ਰਹੇ ਆ, ਸਾਨੂੰ ਬ੍ਰੇਕ ਲੈ ਲੈਣ ਦਿਓ, ਅਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ 10 ਮਿੰਟ ਦੀ ਬ੍ਰੇਕ ਹੋਣੀ ਆ, ਉਹ ਤੋਂ ਬਾਅਦ ਫਿਰ ਆਪਾਂ ਆਪਣੀ ਗੱਲਬਾਤ ਜਿਹੜੀ ਆ ਉਹ ਜਾਰੀ ਰੱਖਦੇ ਹਾਂ। ਇੱਕ ਗੱਲ ਜਿਹੜੀ ਜ਼ਰੂਰੀ ਬੇਨਤੀ ਆ ਤੁਹਾਨੂੰ, ਉਹ ਇਹ ਆ ਵੀ ਤੁਸੀਂ ਜੇ ਫੇਸਬੁੱਕ ਦੇ ਉੱਤੇ ਲਾਈਵ ਦੇਖ ਰਹੇ ਹਾਂ ਤਾਂ ਤੁਹਾਨੂੰ ਪਤਾ ਹੋਣਾ ਵੀ ਉਹ ਇਸ ਵੇਲੇ, ਹਾਂਜੀ ਜਿਹੜੇ ਜਿਹੜੇ ਸਰੋਤੇ ਲਾਈਵ ਹੈਗੇ ਆ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਉਹਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਣੀ ਵਾਲ ਦੇ ਉੱਤੇ, ਅਤੇ ਆਪਾਂ ਬ੍ਰੇਕ ਤੋਂ ਬਾਅਦ ਫਿਰ ਤੁਹਾਨੂੰ ਮਿਲਦੇ ਹਾਂ। ਧੰਨਵਾਦ ਜੀ।